Listen everybody, pun chattan di wali, saade agge koi na kare hoshiyari. Jatt Airways ka viman ab DJ flow banane ke liye taiyar hai. Oye andar ja ke baith jao, jo leke jana le jao, ji seat di petti kholo, jo peena hai ji bolo. Air hostess saariyan, jattan diyan raaniyan, seva de vich haazir ne, oye kitte nahi ho jaaniyan. Every khushiyan da package. ਜਾਮੇ ਵਿੱਚ ਬੈਠਾ ਪਾਇਲਟ ਸੀਟ ਤੇ ਨਾਲ ਪੰਜਾਬੀ ਗਾਣੇ ਲਾਏ ਨੇ ਰਪੀਟ ਤੇ ਜੱਟ ਸੂਟ ਤੇ ਪਜਾਮੇ ਵਿੱਚ ਬੈਠਾ ਪਾਇਲਟ ਸੀਟ ਤੇ ਨਾਲ ਪੰਜਾਬੀ ਗਾਣੇ ਲਾਏ ਨੇ ਰਪੀਟ ਤੇ ਓਏ ਵੱਡੇ ਵੱਡੇ ਵੂਫਰ ਵੱਜਣ ਥੱਲੇ ਸੀਟ ਤੇ ਨੱਚੀ ਜਾਣ ਪੈਸੰਜਰ ਓਏ ਰੁਕ ਨੀ ਪਾਉਂਦੇ ਫੀਟ ਵੇ ਜੱਟਾਂ ਦੇ ਵੀ ਢੋਲ ਤੇ ਵੀ ਬੱਲੇ ਬੱਲੇ ਬੋਲ ਕੇ ਪਗੜਾ ਪਾਉਂਦੇ ਅੰਗਰੇਜ਼ ਜੋਗਿੰਦਰ ਫਟਾਫਟ ਗੇਟ ਬੰਦ ਕਰਾ ਸਕਿਉਰਿਟੀ ਕਲੋਜ਼ ਦ ਡੋਰ ਘਰੋਂ ਤਾਂ ਭੱਜ ਗਏ ਕਦੋਂ ਤੱਕ ਭੱਜਣਗੇ ਕਿੱਥੇ ਤੱਕ ਭੱਜਣਗੇ ਜੇ ਪੂਰੀ ਪੰਜਾਬ ਪੁਲਿਸ ਹਾਈ ਅਲਰਟ ਨਾ ਕਰਵਾਤੀ ਮੈਨੂੰ ਵੀ ਸ਼ਮਸ਼ੇਰ ਸੰਧੂ ਕਿਹਨੇ ਕਹਿਣਾ ਸਰ ਫੋਨ ਹੈਲੋ ਪੁਲਿਸ ਹੈੱਡਕੁਆਰਟਰ ਹੁਕਮ ਸਿਉਂ ਦੇ ਹੁਕਮ ਤੋਂ ਬਿਨਾਂ ਤਾਂ ਕੁੱਤਾ ਵੀ ਪੂਛ ਨਹੀਂ ਹਿਲਾਉਂਦਾ ਜੇ ਕੁੱਤੇ ਨੂੰ ਕਰੋ ਤਾਂ ਹਿਲਾਉਂਦਾ ਵੈਰੀ ਸਿੰਪਲ ਮੈਂ ਤਾਂ ਬਸ ਇਹੀ ਕਹਿਣਾ ਵੀ ਬਚੋ ਜਿੰਨਾ ਵੀ ਮੇਰੇ ਤੋਂ ਬਚ ਸਕਦੇ ਹੋ ਬਸ ਬਚੋ ਪੁੱਛੋ ਸਾਲਿਓ ਕਿਉਂ ਕਿਉਂ ਜਨਾਬ ਕਿਉਂਕਿ ਹੁਕਮਾਂ ਬਾਲੇ ਕੱਬਾ ਬਾਲੇ ਜ਼ਿਆਦੇ ਕੱਬਾ ਬਾਲੇ ਜ਼ਿਆਦੇ ਕੱਬਾ ਸਵਾਦ ਚੱਕੀ ਹੈਲਮਟ ਲਾਓ ਇਹਨਾਂ ਦੇ ਓਏ ਜੀ ਜਨਾਬ ਜਨਾਬ ਸ਼ਕਲੋਂ ਤਾਂ ਚੋਰ ਲੱਗਦੇ ਨਹੀਂ ਇਹ ਸਾਲੇ ਸ਼ਕਲੋਂ ਤਾਂ ਆਪਾਂ ਪੁਲਿਸ ਵਾਲੇ ਵੀ ਨਹੀਂ ਲੱਗਦੇ ਸੰਧੂ ਸਾਹਿਬ ਦੇ ਘਰੇ ਚੋਰੀ ਕੀਤੀ ਇਹਨਾਂ ਨੇ ਸਾਡੀ ਗੱਲ ਤਾਂ ਸੁਣੋ ਜਨਾਬ ਥਾਣੇ ਚੱਲੋ ਪੁੱਤ ਉੱਥੇ ਗੱਲਾਂ ਵੀ ਸੁਣਾਂਗੇ ਅਤੇ ਨਾਲੇ ਚੀਕਾਂ ਵੀ ਸੁਣਾਂਗੇ ਤੁਹਾਡੀਆਂ ਇੱਕ ਮਿੰਟ ਖੜੋ ਸਾਲਾ ਅੜਬ ਜਿਹਾ ਲੱਗਦਾ ਯਾਰ ਹੈਲੋ ਹਾਂਜੀ ਸੰਧੂ ਸਾਹਿਬ ਤੁਹਾਡੇ ਦੋਨੇ ਮੁਜਰਮ ਫੜ ਲੈਣੇ ਜੀ ਉਹ ਤਾਂ ਫੜਨਾ ਹੀ ਸੀ ਇਹਨਾਂ ਦਾ ਕੀ ਕਰਨਾ ਥਾਣੇ ਲੈ ਜਾਏ ਜਾਂ ਤੁਹਾਡੇ ਕੋਲ ਲੈ ਕੇ ਆਵਾਂ ਉਹ ਕਰੇ ਕੋਈ ਨੀ ਢਿੱਲੋ ਸਾਹਿਬ ਦੇ ਘਰ ਚੱਪੜ ਮਾਰੂ ਸਾਲਿਆਂ ਦੇ ਵਾਟ ਆਰ ਯੂ ਟਾਕਿੰਗ ਸੰਧੂ ਸਾਹਿਬ ਤੁਹਾਨੂੰ ਥੋੜੂ ਕਿਹਾ ਜੀ ਉਹ ਤਾਂ ਬਕਵਾਸ ਕਰ ਰਹੇ ਸੀ ਮੁੰਡੇ ਬਸ ਹਾਂਜੀ ਦੱਸੋ ਫਿਰ ਕਿਵੇਂ ਕਰਨਾ ਮੈਂ ਇਸ ਵਕਤ ਆਪਣੇ ਦੋਸਤ ਪਿਆਰਾ ਸਿੰਘ ਢਿੱਲੋਂ ਦੀ ਕੋਠੀ ਜਾ ਰਿਹਾ ਇਹਨਾਂ ਨੂੰ ਬਾਇਜ਼ਤ ਉੱਥੇ ਹੀ ਲੈ ਠੀਕ ਹੈ ਜੀ ਠੀਕ ਹੈ ਸੰਧੂ ਸਾਹਿਬ ਦੇ ਘਰੇ ਚੋਰੀ ਕਰਨ ਗਏ ਸੀ ਕਿ ਜਸੂਸੀ ਕਰਨ ਗਏ ਸੀ ਉਹ ਹੈ ਉਹ ਯਾਰ ਉਹ ਜੜਾ ਹੱਥਕੜੀ ਲਾਓ ਇਹਨਾਂ ਨੂੰ ਜੀ ਜਨਾਬ ਸਿੱਟੋ ਜਿਪਸੀ ਸਾਲਿਆਂ ਨੂੰ ਦੱਸਦਾ ਤੁਹਾਨੂੰ ਮੈਂ
संधू साहब जोगिंदर तेन 20 बारी समझाया कि जाते पिछों आवाज नहीं मारी थी सारा काम नहीं सिरे चढ़ता हूं आवाज मैं मारी थी संधू साहब जनाब टोपी तो पा लो सारे इतने टोपी तो पा आया संधू साहब तुम शहर के मोहतवर बंदे हो ता करके थोड़ी इज्जत करते हैं नहीं तो थोड़ा पता ही है पंजाब पुलिस पिट पिछे आवाजा नहीं पटे ही मार दी आँदी हुंदी है वेल डन हुकम सिंह वेल डन आखिर दोवें बदमाश तेरे अड़के आ ही गए साले कहा सी ना बदमाश ने पर बदकिस्मती नाले दोवें मेरे बेटे भी ने चलो जिदे मर्जी हुण असी की लैणा कि नहीं जी हैं की क्या थोड़े बेटे ने सब किस्मत दियां गल्लां ने हुकम सिंह जमीन बंजर ते औलाद कंजर रब किसे नूं ना दवे अज दोवां ने इत्थे ढिल्लों साहब दियां बेटियां वेखण आउणा सी पर मेरे साल दिया ने मौके ते जान बुझ के घरों फरार होने के असी ब्याह नहीं कराउणा नुक्स होना कोई नहीं 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 मेडिकली तो ठीक ने पर टेक्निकली थोड़े जे वीक ने खैर इन्हां दियां हथ कड़ियां इदां ही लगियां रहण दे बस एक वारी मेरे चाबी हवाले कर चाबी ले चाबी फड़ावे जनाब चाबी मेरे कोल नहीं इहदे कोल है साला फिर तो फड़ के फड़ा आ लो जी तुसी दोने जने जिंदगी च एक गल ना भुल्लियो साले पुछो केड़ी केड़ी हुक्मा बड़ा कब्बा सुभा चक्की फिरदा बस बचो बचो जिन्ना बच सकदे हो बचो ना बचा नू रोडवेज दी बस चलाओ ना चलो भाई निकलो सत श्री अकाल जनाब चल बचो जिन्ना बच सकदे बचो हाँ बड़ा कब्बा सुभा है मेरा जोगिंदर जी इन्हां नू चंगी तरह सबक सिखा दे कि जे ढिल्लों साहब दे करे कोई भी उल्टा सिद्धा बकवास किया तो शमशेर संधू की जायदाद के विचों फुटी कौडी नहीं मिलनी किसने सच्ची कहा जिन्हें कोठी दाने उन्हें कमले भी सियाने इन्हों धक्के टंगन फिरते हैं मेरा साला सिर थाने की कंधे टंगे पे और रब्बा मेहर करी हैलो मेरे ते इन्हों साले ते तो हो ही जानी है कमाल है सत श्री अकाल ढिल्लों साहब सत श्री अकाल वेलकम वेलकम संधू साहब वेलकम ਕੁੜੀਆਂ ਦੇਖਣ ਲਈ ਕਾਕੇ ਤੁਹਾਡੇ ਨਾਲ ਨਹੀਂ ਆਏ ਅੱਜ ਕੱਲ ਕਾਕੇ ਨਾਲ ਲਿਆਉਣੇ ਕਿਤੇ ਸੌਖੇ ਆ ਅਜੀਬ ਹੀ ਸੋਚ ਆ ਸਾਲਿਆਂ ਦੀ ਮੈਂ ਕਿਹਾ ਸੀ ਆਜੋ ਮੜ ਗਿਆ ਕੁੜੀਆਂ ਦੇ ਥੱਲੇ ਕੱਢ ਲਿਓ ਕਹਿੰਦੇ ਕਿਸੇ ਦੀ ਧੀ ਭੈਣ ਤੇ ਅੱਖ ਰੱਖਦੇ ਚੰਗੇ ਲੱਗਦੇ ਕਾਕੇ ਤੁਹਾਡੇ ਸ਼ਰੀਫ ਨੇ ਪਰ ਤੁਸੀਂ ਬੜੇ ਨੌਟੀ ਹੋ ਨੌਟੀ ਹੋ ਮੈਂ ਮਜ਼ਾਕ ਕਰ ਰਿਹਾ ਸੀ ਆ ਕਾਕਾ ਜੀ ਨਾਲ ਆਏ ਨੇ ਬਾਹਰ ਖੜੇ ਵਿਆਹ ਦਾ ਸਬਕ ਲੈ ਰਹੇ ਨੇ ਓਕੇ ਉਨੀ ਦੇਰ ਆਪਾਂ ਅੰਦਰ ਚਾਹ ਪੀਂਦੇ ਆ ਆਜੋ ਕੀ ਯਾਰ ਖਾਮ ਖਾ ਪਿੱਛੇ ਪਿਆ ਯਾਰ ਨਹੀਂ ਕਰਾਉਣਾ ਵਿਆਹ ਮੈਂ ਵੀ ਨਹੀਂ ਕਰਾਉਣਾ ਫਿਰ ਸੰਧੂ ਸਾਹਿਬ ਨੇ ਕਰਵਾ ਲੈਣਾ ਕੀ ਉਹ ਕਹਿੰਦੇ ਜੇ ਮੁੰਡੇ ਘੋੜੀ ਨਹੀਂ ਚੜਦੇ ਤਾਂ ਮੈਂ ਘੋੜੀ ਚੜ ਜੂ ਯਾਰ ਬੁੜੇ ਨੂੰ ਸ਼ਰਮ ਨਹੀਂ ਆਉਂਦੀ ਸੁਮਰ ਘੋੜੀ ਚੜਦੇ ਸ਼ਰਮ ਤਾਂ ਪੁੱਤ ਤੁਹਾਨੂੰ ਵਾਹੂ ਜਦੋਂ ਤੁਹਾਡੇ ਬੁੜੇ ਨੇ ਜੰਮਿਆ ਸ਼ਰੀਕ ਨਾਲੇ ਸਾਡੇ ਸੰਧੂ ਸਾਹਿਬ ਜ਼ਹਿਰੀ ਬਹੁਤ ਨੇ ਸ਼ਰੀਕ ਵੀ ਇੱਕ ਨਹੀਂ ਪੂਰੇ 5-7 ਜੰਮਣਗੇ ਯਾਰ ਨਹੀਂ ਕਰਾਉਣਾ ਵਿਆਹ ਮੈਂ ਉਹ ਚੱਲ ਨਾ ਕਰਾਈ ਯਾਰ ਗੱਲ ਤਾਂ ਕਰ ਨਹੀਂ ਯਾਰ ਉਹ ਚੱਲ ਚੱਲ ਨਾ ਠੀਕ ਹੈ ਚੱਲ ਓਏ ਖੜ ਜਾਓ ਪਹਿਲਾਂ ਪਹਿਲਾਂ ਆਪਣੀ ਭੂਆ ਤਾਂ ਢੱਕ ਲਓ ਆਹ ਫੇਰ ਹੀ ਅੰਦਰ ਜਾਵਾਂਗੇ ਆਓ ਜਲਦੀ ਤੁਸੀਂ ਬੜੇ ਨੌਟੀ ਹੋ ਨੌਟੀ ਹੋ ਆ ਜਾਓ ਬੇਟਾ ਆ ਜਾਓ ਆ ਜਾਓ ਆ ਜਾਓ ਪੈਰੀ ਪੈਰੀ ਬਸ 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 ਮੈਂ ਤੁਹਾਡਾ ਇੰਟਰੋ ਕਰਵਾ ਦਿਆਂ ਇਹ ਮੇਰੀ ਇਕਲੌਤੀ ਪਤਨੀ ਪੰਮੀ ਔਰ ਇਹ ਮੇਰੀ ਛੋਟੀ ਬੇਟੀ ਨੂਰ ਕੀਰਤ ਬੇਟਾ ਹੋ ਗਿਆ ਜੀ ਡੈਡੀ ਜੀ ਇਹ ਮੇਰੀ ਵੱਡੀ ਬੇਟੀ ਕੀਰਤ ਕੀਰਤ ਬੇਟਾ ਹੈਰੀ ਨੂੰ ਆਪਣਾ ਕਮਰਾ ਦਿਖਾਓ ਕੀ ਗੱਲ ਹੈਰੀ ਤਾਂ ਕਮਰਾ ਸਾਫ਼ ਕਰਾਉਣਾ ਤੁਸੀਂ ਬਹੁਤ ਨੌਟੀ ਹੋ ਨੌਟੀ ਹੋ ਜੀ ਆ ਜਾਓ ਜੀ ਖੜ ਜਾ ਗੈਰੀ ਬੇਟਾ ਤੁਸੀਂ ਇੱਥੇ ਰੁਕੋ ਇਹਨਾਂ ਨੂੰ ਇਕੱਲਿਆਂ ਕੋਈ ਗੱਲ ਕਰਨ ਦਿਓ ਉਹ ਨਹੀਂ ਨਹੀਂ ਅੰਕਲ ਜੀ ਮੈਨੂੰ ਤਾਂ ਨਾਲ ਜਾਣਾ ਪੈਣਾ ਹੈ ਤੂੰ ਸਾਲਿਆ ਸੱਗੀ ਨਾਲ ਪਰਾਂਦੇ ਵਾਂਗੂ ਹਮੇਸ਼ਾ ਨਾਲ ਹੀ ਰਿਹਾ ਕਰ ਉਹ ਡੈਡੀ ਜੀ ਸਮਝਿਆ ਕਰੋ ਤੁਸੀਂ ਬਕਵਾਸ ਕਰ ਰਹੇ ਹੋ ਉਹ ਡੈਡੀ ਸਮਝਿਆ ਕਰੋ ਯਾਰ ਇਹਨੇ ਵੀ ਤਾਂ ਪਤਾ ਲੱਗੇ ਦੇ ਆਉਣ ਵਾਲੀ ਭਾਬੀ ਕਿੱਦਾਂ ਦੀ ਹੈ ਓ ਯੈਸ ਐਕਚੁਅਲੀ ਢਿੱਲੋਂ ਸਾਹਿਬ ਜਿਸ ਤਰ੍ਹਾਂ ਆਪਣੇ ਜ਼ਮਾਨੇ 'ਚ ਆ ਡੋਲੀ ਵਾਲੀ ਕਾਰ ਨਾਲ ਨੈਣ ਨਹੀਂ ਜਾਂਦੀ ਹੁੰਦੀ ਸੀ ਹਾਂਜੀ ਹਾਂਜੀ ਸਾਡੇ ਡੈਣ ਜਾਂਦੀ ਹੈ ਹੈ ਮੇਰਾ ਮਤਲਬ ਛੋਟਾ ਭਰਾ ਨਾਲ ਜਾਂਦਾ ਹੁੰਦਾ ਕਿਉਂ ਜੀ ਡੈਡੀ ਜੀ ਮੇਰੀ ਮਜਬੂਰੀ ਆ ਨਾਲ ਜਾਣਾ ਪੈਣਾ ਹੈ ਸਮਝੋ ਓ ਸਮਝ ਗਿਆ ਸਮਝ ਗਿਆ ਸਮਝ ਗਿਆ ਤੁਸੀਂ ਤਾਂ ਸਮਝੇ ਨਹੀਂ ਨਹੀਂ ਐਕਚੁਅਲੀ ਗੱਲ ਇਹ ਹੈ ਕਿ ਹੈਰੀ ਥੋੜਾ ਜਿਹਾ ਮੇਰੇ ਵਾਂਗੂ ਸ਼ਰਮਾਕਲ ਹੈ ਕੁੜੀ ਨਾਲ ਗੱਲ ਕਰਨ ਤੋਂ ਘਬਰਾਉਂਦਾ ਜੀ ਆਪਾਂ ਛੋਟੇ ਨੂੰ ਨਾਲ ਭੇਜ ਦਈਏ ਹਾਂ 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 ਭੇਜੋ ਭੇਜੋ ਜਾਓ 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 ਚਲੋ ਚਲੋ ਬੇਟਾ ਸ਼ਾਬਾਸ਼ ਸ਼ਾਬਾਸ਼ ਚਲੋ ਤੁਸੀਂ ਬਹੁਤ ਨੌਟੀ ਹੋ ਨੌਟੀ ਹੋ ਭਾਈ ਸਾਹਿਬ
की दसीए साड़ी कीरत एंडी शरीफ है एडी शरीफ है एंज समझो निरी गऊ है गऊ मेरा ऑलरेडी मुंडे नाल अफेयर चल रहा है तो मैं ओदे नाल ही व्याह कराना समझ आ गया मर्जी है तुहाडी असि ता व्याह दे मूड चाहे सी क्यों है री चुप है जे मैं चुप है दा मतलब ए नहीं के मेरे जवाकां च कोई खोट है मिसेस ढिल्लों जे तुहाडी कुड़ी गऊ है ना तो मेरे मुंडे भी राम गऊ तो घट नहीं ए वखरी गल है के ना साले घरे दुध दंदे आ ते ना बाहर कहे ता ढिड पाड़दे आ ओ ना मिस्टर संधू ना 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 ਮੈਨੂੰ ਲੱਗਦਾ ਤੁਸੀਂ ਮਿਸਿਸ ਢਿੱਲੋਂ ਦੀ ਗੱਲ ਨੂੰ ਮਿਸ ਇੰਟਰਪ੍ਰੈਟ ਕੀਤਾ ਹੈ ਮੈਨੂੰ ਲੱਗਦਾ ਤੁਸੀਂ ਸਮਝੇ ਨਹੀਂ ਨਾ ਨਾ ਸਮਝਣ ਨੂੰ ਇਹ ਸਾਲਾ ਅਲਜਬਰਾ ਕੂਲ ਡਾਊਨ ਸੰਧੂ ਸਾਹਿਬ ਕੂਲ ਡਾਊਨ ਵੈਸੇ ਟਾਈਮ ਕਾਫੀ ਹੋ ਗਿਆ ਆਪਾਂ ਅੰਦਰ ਜਾ ਕੇ ਦੇਖੀਏ ਕਿਤੇ ਸਾਲੇ ਅੰਦਰ ਪੀਂਗ ਤਾਂ ਨਹੀਂ ਪਾਈ ਬੈਠੇ ਹਾਂਜੀ ਮੇਰਾ ਮਤਲਬ ਅੰਦਰ ਸ਼ੁਰੂ ਤੋਂ ਹੀ ਗੱਲ ਸ਼ੁਰੂ ਕੀਤੀ ਹੋਣੀ ਹੈ ਨਾ ਹਾਂਜੀ ਆਈ ਮੀਨ ਨਰਸਰੀ ਤੋਂ ਹਾਂ ਫਿਰ ਪ੍ਰਾਇਮਰੀ ਕੀਤੀ ਹੋਣੀ ਆ ਮੈਟ੍ਰਿਕ ਕੀਤੀ ਹੋਣੀ ਆ ਫਿਰ ਪਲੱਸ 2 ਕੀਤੀ ਹੋਣੀ ਆ ਹੁਣ ਘੱਟੋ ਘੱਟ ਗ੍ਰੈਜੂਏਸ਼ਨ ਕਰਕੇ ਹੀ ਬਾਹਰ ਨਿਕਲਣਗੇ ਨਾ ਸੰਧੂ ਸਾਹਿਬ ਤੁਸੀਂ ਬੜੇ ਨੌਟੀ ਹੋ ਨੌਟੀ ਭਾਈ ਸਾਹਿਬ ਸਾਨੂੰ ਤਾਂ ਕੀਰਤ ਲਈ ਇਦਾਂ ਦਾ ਹੀ ਮੁੰਡਾ ਚਾਹੀਦਾ ਸੀ ਨੂਰ ਵੈਸੇ ਤਾਂ ਉਹਦਾ ਵਿਆਹ ਹੋਣਾ ਔਖਾ ਹੀ ਸੀ ਕੁਝ ਵੀ ਔਖਾ ਨਹੀਂ ਹੈਗਾ ਤੁਸੀਂ ਦੋਵੇਂ ਸਾਡੇ ਨਾਲ ਹੋ ਨਾ ਬਿਲਕੁਲ ਬਿਲਕੁਲ ਫੇਰ ਠੀਕ ਹੈ ਚੱਲ ਮਿੱਟੂ ਬਾਹਰ ਆ ਜਾ ਕਾਕਾ ਜੀ ਇੰਟਰਵਿਊ ਅਜੇ ਖਤਮ ਨਹੀਂ ਹੋਈ ਪੰਜ ਮਿੰਟ ਗੱਲ ਤਾਂ ਸੁਣ ਕਮਾਲ ਹੈ ਵਿਆਹ ਤੋਂ ਪਹਿਲਾਂ ਇੰਟਰਵਿਊ ਅਸੀਂ ਵੀ ਲੈਣ ਗਏ ਸੀ ਪਰ ਇੰਨੇ ਸਾਹੋ ਸਾਹ ਨਹੀਂ ਹੋਏ ਸੀ ਮੈਨੂੰ ਲੱਗਦਾ ਕੁੜੀ ਚੜੇ ਨਾ ਚੜੇ ਗੱਡੀ ਜ਼ਰੂਰ ਚੜ੍ਹ ਕੀ ਕਿਹਾ ਤੁਸੀਂ ਕੁਛ ਨਹੀਂ ਕੁਛ ਨਹੀਂ ਕੁਛ ਭਾਜੀ ਜਿੱਥੇ ਤੁਸੀਂ ਸਾਡੇ ਲਈ ਇੰਨਾ ਕੀਤਾ ਇੱਕ ਸ਼ੁਭ ਕੰਮ ਹੋਰ ਕਰ ਦਿਓ ਹਾਂਜੀ ਦੱਸੋ ਸਾਡਾ ਵਿਆਹ ਹੀ ਕਰਾ ਦਿਓ ਕਿੱਡੀ ਗੱਲ ਤੇ ਆ ਲਓ ਫਿਰ ਆ ਲਓ ਜੀ ਉਹ ਜੀ ਆ ਜੀ ਇਹ ਕੀ ਕਰ ਰਹੇ ਹੋ ਸਾਡੇ ਦੋਵਾਂ ਦਾ ਵਿਆਹ ਕਰਾਉਣਾ ਹੈ ਉਹ ਅੱਛਾ ਪਾ ਦੋ ਜੀ ਧਿਆਨ ਨਾਲ ਮਿੱਠੂ ਹੋ ਲੈ ਹੋ ਗਿਆ ਤੁਹਾਡਾ ਵਿਆਹ ਹੋ ਗਿਆ ਕੰਗ੍ਰੈਚੁਲੇਸ਼ਨਸ ਵਧਾਈ ਹੋ ਤੁਹਾਨੂੰ ਵੀ ਓਏ ਥੈਂਕ ਯੂ ਸੋ ਮਚ ਪਾਜੀ ਓਏ ਕੀ ਡੈਡੀ ਮੈਂ ਮਿੱਠੂ ਨਾਲ ਵਿਆਹ ਕਰਾ ਲਿਆ ਉਹ ਤਾਂ ਮੈਨੂੰ ਪਤਾ ਹੈ ਮਗਰ ਇਹ ਵਿਆਹ ਕਰਵਾਇਆ ਕਿਸਨੇ ਇਹਨਾਂ ਦੋਵਾਂ ਨੇ ਓਏ ਦੋਨਾਂ ਨੇ ਤਾਂ ਠੀਕ ਹੈ ਪਰ ਕਰਵਾਇਆ ਕਿਸਨੇ ਅਸੀਂ ਦੋਵਾਂ ਨੇ ਸੰਧੂ ਸਾਹਿਬ ਤੁਸੀਂ ਇਹ ਠੀਕ ਨਹੀਂ ਕੀਤਾ ਓਏ ਮੈਂ ਕੀ ਕੀਤਾ ਮੈਨੂੰ ਤਾਂ ਸਾਲਾਂ ਨੇ ਵਿਆਹ ਦਾ ਕਾਰਡ ਵੀ ਨਹੀਂ ਦਿੱਤਾ ਮੈਂ ਤਾਂ ਆਪਣਾ ਮੁੰਡਾ ਘੇਰ ਘੂਰ ਕੇ ਲਿਆ ਸੀ ਤੁਹਾਡੀ ਕੁੜੀ ਨਾਲ ਵਿਆਹ ਕਰਾਉਣ ਲਈ ਮੈਨੂੰ ਕੀ ਪਤਾ ਕਿ ਜਨੌਰ ਜਿਹਾ ਪਸੰਦ ਕਰੀ ਫਿਰਦੀ ਆ ਉੱਤੋਂ ਦੀ ਸਾਲਾ ਤੋਤੇ ਵਰਗਾ ਨਾਂ ਰੱਖਿਆ ਮਿੱਠੂ ਸੌਰੀ ਸਰ ਡੋਨਟ ਸੇ ਲਾਈਕ ਦਿਸ ਮੈਂ ਮਿੱਠੂ ਨੂੰ ਪਿਆਰ ਕਰਦੀ ਆ ਸਾਨੂੰ ਕੀ ਫਿਰ ਕਰੀਆ ਬਕਵਾਸ ਬੰਦ ਕਰ ਕੱਢੋ ਉਹਨੂੰ ਮੇਰੇ ਘਰੋਂ ਬਾਹਰ ਚੱਲ ਮਿੱਠੂ ਜਿੱਥੇ ਤੇਰੀ ਇੱਜ਼ਤ ਨਹੀਂ ਮੈਂ ਉੱਥੇ ਨਹੀਂ ਰਹਿਣਾ ਨਹੀਂ ਕੀ ਨਾ ਜਾਰੀਆ ਮੈਂ ਤਾਂ ਰੁਕਣ ਦੀ ਕੋਈ ਲੋੜ ਨਹੀਂ ਢਿੱਲੋ ਸਾਹਿਬ ਗੁੱਸਾ ਛੱਡੋ ਆ ਬੱਚਿਆਂ ਨੂੰ ਮਾਫ਼ ਕਰ ਦਿਓ ਮੈਂ ਨਹੀਂ ਮਾਫ਼ ਕਰਾਂਗਾ ਨਾ ਬੱਚਿਆਂ ਨੂੰ ਮਾਫ਼ ਕਰਾਂਗਾ ਨਾ ਤੁਹਾਨੂੰ ਮਾਫ਼ ਕਰਾਂਗਾ ਸੰਧੂ ਸਾਹਿਬ ਮੈਂ ਇਸ ਬੇਇੱਜ਼ਤੀ ਦਾ ਬਦਲਾ ਤੁਹਾਡੇ ਤੋਂ ਜ਼ਰੂਰ ਲਵਾਂਗਾ ਢਿੱਲੋ ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਕਿਸੇ ਨੂੰ ਨਾ ਦੇਵੇ ਆ ਲਓ ਅੱਜ ਤਾਂ ਮੈਨੂੰ ਮੇਰੀ ਫੇਵਰਟ ਦਾਲ ਵੀ ਸਾਲੀ ਵਿਓ ਵਰਗੀ ਲੱਗ ਰਹੀ ਆ ਡੈਡ ਮੈਨੂੰ ਲੱਗਦਾ ਦਾਲ 'ਚ ਕੱਦੂ ਪਾਇਆ ਤਾਂ ਲੱਗ ਰਹੀ ਹੈ ਸਾਲਾ ਕੱਦੂ ਦਾ ਅੱਜ ਦੋਵਾਂ ਨੇ ਰਲ ਕੇ ਜੋ ਤੁਸੀਂ ਮੇਰੀ ਜ਼ਿੰਦਗੀ ਦਾ ਕੱਦੂਕਸ ਕੀਤਾ ਨਾ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਉਹ ਤਾਂ ਮੇਰੀ ਢਿੱਲੋਂ ਨਾਲ ਦੁਸ਼ਮਣੀ ਪਵਾ ਕੇ ਰੱਖਤੀ ਆ ਉਹ ਸੋਚਦਾ ਸ਼ਾਇਦ ਮੈਂ ਤੁਹਾਡੇ ਨਾਲ ਥੋੜੀ ਗੰਦੀ ਚਾਲ 'ਚ ਵੀ ਸ਼ਾਮਲ ਸੀ ਪਤਾ ਨਹੀਂ ਮੈਂ ਉੱਥੇ ਕਿਹੜੀ ਗੱਲ ਦੀ ਝੇਪ ਖਾ ਗਿਆ ਨਹੀਂ ਦੋਨਾਂ ਨੂੰ ਅੱਜ ਮੈਂ ਉੱਥੇ ਬੱਕਰੇ ਵਾਂਗੂ ਢਾ ਲੈਣਾ ਸੀ ਸਰ ਕੂਲ 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 ਜ਼ਿਆਦਾ ਟੈਨਸ਼ਨ ਨਹੀਂ ਲਈਦੀ ਤੁਹਾਡਾ ਪਹਿਲਾਂ ਹੀ ਬਲੱਡ ਪ੍ਰੈਸ਼ਰ ਹੈ ਨਾਲੇ ਜਦੋਂ ਪਿਓ ਦੀ ਜੁੱਤੀ ਜਵਾਕਾਂ ਦੇ ਪੈਰੀ ਆ ਜਾਏ ਨਾ ਫਿਰ ਮੇਰੇ ਹਿਸਾਬ ਨਾਲ ਘਰ 'ਚ ਵਾਲੀਆਂ ਜੁੱਤੀਆਂ ਖਰੀਦਣ ਦੀ ਲੋੜ ਨਹੀਂ ਇੱਕ ਜੁੱਤੀ ਨਾਲ ਹੀ ਕੰਮ ਚਲਾਉਣਾ ਚਾਹੀਦਾ ਓਏ ਸ਼ਰਮ ਕਰ ਕੋਈ ਸ਼ਰਮ ਦੇਖੋ ਆ ਕੇ ਦੇਵਾਂ ਆ ਦੇਖੋ ਆ ਦੇਖੋ ਓਏ ਓਏ ਆ ਕੀ ਕਰ ਰਿਹਾ ਲੈ ਇਹ ਤਾਂ ਜਮੇ ਮੇਚ ਆ ਗਈ ਅੱਛਾ ਹਾਂ ਮੇਚ ਆ ਗਈ ਹਾਂਜੀ ਲਾਈ ਤਾਂ ਜਰਾ ਆ ਦੇਖੋ ਲੈ ਹੁਣ ਦੇਖ ਫਿਰ ਕਿਵੇਂ ਲੱਗਦੀ ਆ ਹੁਣ ਦੇਖ ਫਿਰ ਕਿਵੇਂ ਲੱਗਦੀ ਆ ਹੁਣ ਦੇਖ ਫਿਰ ਆ ਗਿਆ ਡੈਡ ਕੀ ਕਰ ਰਹੇ ਹੋ ਕਿਹਨੂੰ ਪੁੱਛੇ ਮੇਰੀ ਜੁੱਤੀ ਪਾਈ ਤੂੰ ਸਾਲੇ ਫਰੈਂਕਮ ਫਾਦਰ ਡੈਡ ਫਿਰ ਕਰੀ ਬਾਲੀ ਤੁਹਾਡੀ ਜੁੱਤੀ ਸਾਲੇ ਅੱਜ ਮੇਰੀ ਜੁੱਤੀ ਪਾਈ ਆ ਕੱਲ ਨੂੰ ਮੇਰੀ ਪੈਂਟ ਫਸਾਉਂਗੇ ਤੁਸੀਂ ਮੈਨੂੰ ਸਮਝਿਆ ਕੀ ਆ ਨਾ ਹੁਣ ਤੁਹਾਡੇ ਵਿਆਹ ਲਈ ਕੁੜੀਆਂ ਵੀ ਮੈਂ ਤੁਹਾਨੂੰ ਪੁੱਛ ਕੇ ਦੇਖਿਆ ਕਰਾਂ ਡੈਡ ਸਾਡੀ ਗੱਲ ਸਾਫ਼ ਸਾਫ਼ ਕੰਨ ਖੋਲ ਕੇ ਸੁਣ ਲਓ ਅਸੀਂ ਵਿਆਹ ਕਰਾਵਾਂਗੇ ਤੇ ਦੋ ਸਕੀਆਂ ਭੈਣਾਂ ਨਾਲ ਕਰਾਵਾਂਗੇ ਵਰਨਾ ਨਹੀਂ ਕਰਾਵਾਂਗੇ ਅੱਛਾ
दो सखियां भैणां लिया के चिड़ी छिक्के की टीम बनाउणी आ। लोकी भरूण हत्या कर करके एक भैण नहीं जमण दिंदे। मैं थोड़े लिए दो कित्थों लभ के लिया, वह भी सखियां। जे नहीं लभदे फिर ऑर्डर ते बना लो। साले ऑर्डर ते बनाउण नूं इह बर्थडे केक आ। जमीन बंजर ते औलाद कंजर, रब किसे नूं ना दवे। साला कोले दी दलाली च मूंह कौड़ा। इतां दी करिया कर फिर लाल हो। बड़े भाई हाँ छोटे, ए ना सोच के मैं खाधी पीती च कुछ गलत कह रहा। ना जमा नहीं। आप दो सगे भैया क्यों कराना चाहते हैं? क्यों? वेरी सिंपल, ताकि मैनू जाली नू मिल स्पेशल ना जाना पवे। नहीं ताकि आप दो सगे भरावां दा प्यार बढ़िया रहे। पर ए साली समझ नहीं आती। केड़ी साली समझ नहीं आती? अपना तो अजे ब्याह ही नहीं होया। ओही तो साली समझ नहीं आती कि रब ने अपनी घरवालियां कितने लुका के रखिया ने। सौ रब दी यार, कितने एक बार नजर पै जाए ना, सड़ा स्वाद ही आ जाए जिंदगी दा। सच्ची मैं तेनू जाके लेके जाना। क्या दा छड़िया तू भज जा मेरे नाल। आह आह तेरी हिम्मत किस तरह हुई साडे घर रिश्ता लेके आउण दी? सालिया रिश्ते दा आइडिया तेरे दिमाग च आया किद्दां? एक जवान मुंडा जवान कुड़ियां दे घर रिश्ता लेके नहीं जाएगा ते होर रिक्शा लेके जाएगा। रिक्शा लिया के ता देख, जे तोड़ के तेरे हाथ ना फड़ाता ते मेरा नाम भी प्रीति नहीं ते मेरा स्वीटी नहीं। प्रीति रिक्शा बाद च तोड़ांगे, पहला एदियां लत्ता तोड़ देने। गलती हो गई भैन जी। सालिया गाल कर दा। गलती हो गई डार्लिंग। डार्लिंग कैनू क्या ते फिर मैं तानू कवां ते कवां की तेरी ताँ खटने। पुलिस रुक के खटता सही मेनू चढ़ांदे कोड़ी लाउंदे आ बंदा। लगदा कुड़ियां छेड़ के भज्जिया। फड़ लो साले नू। कुड़ियां छेड़ के भज्जे जी साला भज्जा कितों ढाके तो कुटी जाने हो तुसीं। बचो जिन्ना बच सकते हो बचो, अज मेरे तो बचो बस। हाँ मेरे तो बचो, थोनू मैं कहता बचो। साले पूछो क्यों? क्यों जनाब? क्योंकि हुक्मा बड़े कब्बा, बड़े ज्यादा कब्बा, बड़े ज्यादा कब्बा सुभा चक्की फिरदा। खबरदार जे किसी ने हथ लाया इनू। रब दे सौ कुड़ियां नू मैं नहीं छेड़िया, ये पहले छिड़िया हुई सी हौलदार साहब। थानेदारा मैं आ तारे दिखते ने गिणो। जनाब जिन्नियां को मेरे पै चुकी हैं, मैनू ते चारे पासे तारे नजर आउण डए। चारे पासे की पुत, एक करी ठाणे चल, उत्थे जाके तैनू पब्बू तारे भी नजर आउणगे। ते दूजा जदों तैनू साला किधर गया? ओ अच्छा जी, मैनू लगदा अपने थप्पड़ नाल तां नहीं गिरिया, पहले कुट जाते पई लगदी है। साले देखदे क्यों चक्को ओ साले, इहनू नहीं इहनू चक्के हस्पताल चाओ। श्रीमती निशा राणी जी 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 जनाब देखते की हो, कुड़िया चको, मेरा मतलब है जिस भी बिठाओ फॉलो मी। ओ जी पुड़ी लो, चलो वे। बस बचो बचो जिन्ना बच सकते हो बस बचो। साले पुछो क्यों? क्यों? क्योंकि हुक्मा बड़ा कब्बा सुभा चक्की फिरदा, बड़ा कब्बा, बहुत ज्यादा कब्बा सुभा चक्की फिरदा। हुक्मे दे हुक्म तो बिना तो इतने पता नहीं हिलदा। तुसी बंदे ही हिलाता? वो तो पहले हिलिया होया सी। की होया की होया की होया थानेदार साहब की होया? ना मैनू की पता की होया, बाहर तो तुसी आए, तुसी दसो की होया। डैडी 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 ए तुहाडियां कुड़ियां? जाहिर जी गल है, जे कुड़ियां मैनू डैडी डैडी कह रही हैं तां मैं इन्हां दा फुफड़ तां लग नहीं सकदा। क्यों अंदर कीतियां कुड़ियां? ताकि थाने दी लुक ग्लैमरस लगे, कुटापा चाड़िया मुंडे नू तां कीतियां ने अंदर। अच्छा उस मुंडे नू? हां ओ भी मेरी गलती है। हैं फिर दोनों कुड़ियां ओदियां भैणां लगियां? थानेदार साहब मैं कदों कहे भैणां लगी है? तुसी आपे होने तक कह के हटो सरदार साहब भी ओ मुंडा भी तुहाडी गलती है। ओ थानेदार साहब तुसी समझ नहीं रहे, मेरे कहने दा मतलब है कि उस मुंडे नाल मैं अपनी कुड़ियां दा रिश्ता करके बहुत वड्डी गलती कीती है। गलती मंदे हो ना डैड?
मैं तो थोनू पैदा करने की भी गलती मानता है। हुण तो पता नहीं किन्नियां खराबियां हो गई होणगियां, पर हस्पताल जाण तो पहला ना मुंडे च की खराबी सी बई? ओ अपने मां प्यो दा इकलौता मुंडा सी ते असी व्याह उत्थे कराउणा है जिथे दो सके भरा होण। ओए हुण मैं सके भरा कित्थों लियावां? थानेदार साहब एक मिनट गल सुनिया। दसो। थोड़ा ब्याह हो गया? नहीं जी। थोड़ा कुछ सका भरा है? सका भरा तो है नहीं, पर मैं डबल रोल बहुत वधिया कर लैना। वो भी ट्रिपल रोल बड़ा वधिया करता हुंदा सीगा। कौन? जो हस्पताल विच है। ओ चलो कोई गल नहीं, हुण पहला तो कुड़ियां छड्डो तुसी। थाने आके तो मेरा दिमाग बंद हो जाता है, थोड़ा पता नहीं किवें चलता है। यू आर राइट। चुन्नू मुन्नू नहीं नहीं तुसी नहीं, कुड़ियां का कम है अपना। निशा रानी जी। जी जनाब। सुनिए सुनिए कुड़ी बाहर कड्डो। सालो तुसी देखदे कि उधरों पति लाओ जाके कमाल करी जाने हो। तुसी चाह दे नाल कुछ खाओगे डैडी? डैडी डैडी मेरे अंदर अग बल रही है। डैड ओ तुसी अपने वालों आइडिया ना लाई जाओ, चुप करके पहला अल्ट्रासाउंड करवाओ। हुण अल्ट्रासाउंड की करना है? तुसी आग आखी जांदे हो, की पता गैस ही होवे? गैस नहीं है, जदों भी मैं संधू दे पुत्रां बारे सोचदा मेरे अंदर पांबड़ बनन लगदे ने पांबड़, और जदों तक मैं बदला नहीं लैंदा मैनूं चैन नहीं आउणी। डैड मेरियां दो सहेलियां ने। हां ते मेरे चार दोस्त ने, और इस गल दा मेरे बदला लैण नाल की ताल्लुक है दस? ओहो डैड ओ मामूली कुड़ियां नहीं हैगियां, अफलातून ने अफलातून। बस मर जी तिली लाउण दी देर है, पांबड़ बनन लगे टाइम नहीं लाउंदियां। की? हां प्रीति, ऐसे मुंडे ता कलंक ने समाज ते। नूर कोई गल रह ना जावे, जिन्ना खुल के दसेंगी ना उन्ना ही साडा दिमाग ज्यादा चलूगा। डैडी मेरा तकीरा दा व्याह इन्हां दोवां मुंडियां नाल कराउणा चाहुंदे सी। पर तेरा ता रायकोट वाले मुंडे नाल चक्कर सी। डैडी पहला ही चक्करां च पए होए ने, जे ए गल सुन ली ता चक्कर ही ना आ जान। फिर कहंदे ने कि छड़े मर जावांगे, पर एक घर विच दोवें भरा व्याह नहीं करवाउणगे। की? क्यों? कहंदे ने जे सकियां भैणां इक्को घर विच जाण तां उस घर नूं नरक बना दिंदियां ने। इह क्या उन्हां ने? हां होर तां होर भैणां भरावां विच फुट पा दिंदियां ने। इह वी क्या उन्हां ने? हां किरत तां जबरदस्ती उन्हां ने उस मुंडे नाल व्याह कराता, ते मैं रायकोट वाले कोल चली जाऊं तां फिर डैड कित्थे जाणगे? डैड तीन बारी जहर खाण दी कोशिश कर चुके ने। फिर कित्थों खाण जहर? जहर है ही नहीं करे, बाजार जहर लैण लई जांदे ने, वापस मुड़ आउंदे ने। क्यों? कहंदे ने मैं ते शर्म नाल पहला ही मरिया पिया, जहर खा के मैं अनोखा मरूं। डैड 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 अंकल 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 ਇਹ ਤਾਂ ਖਾਲੀ ਹੈ। ਜਾਣ ਦੇ ਧੀ ਮੈਂ ਜੀਣਾ ਨਹੀਂ ਚਾਹੁੰਦਾ, ਮੈਂ ਜੀਣਾ ਨਹੀਂ ਚਾਹੁੰਦਾ। ਡੈਡ ਅੰਕਲ ਚੁੱਪ ਕਰੋ ਡੈਡ, ਇਹ ਚੌਥਾ ਅਟੈਂਪਟ ਸੀ। ਹਾਂ ਹਾਂ ਮੇਰਾ ਇਹਦੇ ਡੈਡ ਦਾ। ਜੇ ਉਹਨਾਂ ਬਦਮਾਸ਼ਾਂ ਨੂੰ ਪਤਾ ਚੱਲ ਜਾਂਦਾ ਖਾਲੀ ਸ਼ੀਸ਼ੀ ਦੀ ਥਾਂ ਭਰੀ ਸ਼ੀਸ਼ੀ ਰੱਖ ਦੇਣੀ ਸੀ, ਫੇਰ ਕੀ ਹੋ ਸਕਦਾ? ਚੁੱਪ ਕਰ ਨੂਰ ਚੁੱਪ ਕਰ, ਤੁਹਾਡੇ ਤੇ ਕੀਤੇ ਕੱਲੇ ਕੱਲੇ ਜ਼ੁਲਮ ਦਾ ਹਿਸਾਬ ਨਾ ਲਿਆ ਨਾ ਤੇ ਸਾਨੂੰ ਪ੍ਰੀਤੀ ਤੇ ਸਵੀਟੀ ਕਿਹਨੇ ਕਹਿਣਾ? ਆਲੋ ਬੇਟਾ। ਨਹੀਂ ਨਹੀਂ ਅੰਕਲ, ਚੈੱਕ ਦੀ ਕੋਈ ਲੋੜ ਨਹੀਂ। ਕੋਈ ਲੋੜ ਨਹੀਂ, ਇਹ ਚੈੱਕ ਨਹੀਂ ਹੈ, ਇਹ ਚੈੱਕ ਨਹੀਂ ਹੈ, ਉਹਨਾਂ ਦੋਹਾਂ ਦੀ ਤਸਵੀਰ ਹੈ। ਯਾਰ ਕਿੰਨੀਆਂ ਸੋਹਣੀਆਂ ਨੇ ਯਾਰ। ਸਹੀ ਗੱਲ ਹੈ ਯਾਰ, ਕਿੱਡੇ ਸੋਹਣੇ ਪਰਜੇ ਆ, ਕਿਤੇ ਆਪਣੇ ਇੰਜਣ 'ਚ ਫੈਟ ਹੋ ਜਾਣਾ ਸਾਲਾ, 100 ਦੀ ਐਵਰੇਜ ਦੇਵਾਂਗੇ। ਯਾਰ ਹੁਣ ਰਿਹਾ ਨਹੀਂ ਜਾਂਦਾ, ਇਹ ਬੁੱਗੀ ਕਰ ਲਾ ਨਾ ਓਏ। ਕਿਉਂ ਸਾਲਾ ਜੀ ਮੇਰੀ ਆਲੂ ਕਰ ਲਈ ਥੱਪੜ ਬਹੁਤ ਰੇ? ਫਿਰ ਹੁਣ ਕੀ ਕਰੀਏ? ਆ ਚਿੱਟੀ ਵਾਲੀ ਮੇਰੀ ਅੰਨੀ ਜੀ ਤੂੰ ਰੱਖ ਲਾ। ਠੀਕ ਹੈ, ਐ ਕਰਦੇ ਹਾਂ ਸੁਪਨੇ 'ਚ ਲੈ ਕੇ ਚੱਲਦੇ, ਜੀ ਭਰ ਕੇ ਰੋਮਾਂਸ ਕਰਾਂਗੇ। ਚੱਲੀਏ ਫਿਰ। ਚੱਲ ਜਾਨੀ ਤੇਰੇ ਬਿਨਾਂ ਮੋਏ ਮੋਏ ਲੱਗੇ ਜਿੰਦੜੀ ਰਾਜਣਾ।
भाई हाँ खासा टाइम हो गया, एक फोन करके देख लेने आ। फोन करता फिर चार जान गया, मैसेज करता ना। ओ की पता मैसेज डिलीवर ना होया हो गया। आ देख असी दोवें सके भरा व्याह दा प्रपोजल भेज रहे हैं। जे इंटरेस्टेड हो दो बजे ओपन हाउस कैफे मिलो, डिलीवर टू प्रीति। एक मैसेज मैं भी भेजदा। थले लगने वाली गल है यार, उधरों कोई रिस्पॉन्स नहीं आता, आपा मैसेज तो मैसेज भेजी जाने हूं। आओ जवाब क्यों, तू की स्पेशल मैसेज भेजे? नॉनवेज मैसेज भेजे। ओए दो दो मुर्गियां दी फोटो भेजिया। तुसी बड़े नाटी हो, नाटी हो। ਇੰਨੀ ਦੇਰ ਕਿੱਥੇ ਲਾਏ? ਐਕਚੁਅਲੀ ਅਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੀਆਂ ਸੀ। ਹੋ ਗਈਆਂ ਪ੍ਰਿਪੇਅਰ? ਥੋੜਾ ਟਾਈਮ ਲੱਗੂਗਾ, ਪਹਿਲਾਂ ਅਸੀਂ ਇੱਕ ਦੂਜੇ ਨੂੰ ਜਾਣ ਲਈਏ, ਸਮਝ ਲਈਏ,
After all, ਜ਼ਿੰਦਗੀ ਭਰ ਦਾ ਸਵਾਲ ਹੈ। ਦੇਖ ਲੋ, ਸਾਨੂੰ ਥੋੜਾ ਕਾਲੀ ਹੈ। ਇਹਦੇ ਕਹਿਣ ਦਾ ਮਤਲਬ ਸਾਨੂੰ ਕਿਹੜਾ ਕਾਲੀ ਹੈ? ਇੱਥੇ ਰੌਲਾ ਰੱਪਾ ਕੁਝ ਜ਼ਿਆਦਾ ਨਹੀਂ ਪੈ ਰਿਹਾ। ਵਿਆਹ ਦੇ ਦੇ ਤੋਂ ਹੀ ਜ਼ਿਆਦਾ ਪੈਣਾ। ਪ੍ਰੀਤੀ ਦੇ ਕਹਿਣ ਦਾ ਮਤਲਬ ਸੀ ਕਿਤੇ ਆਊਟਿੰਗ ਤੇ ਚੱਲਦੇ ਆ, ਨਾਲੇ ਫੰਕਸ਼ਨ ਵੀ ਹੋ ਜਾਏਗਾ, ਨਾਲੇ ਇੱਕ ਦੂਜੇ ਨੂੰ ਸਮਝ ਵੀ ਲਵਾਂਗੇ। ਨੇਕੀ ਤੇ ਪੁੱਛ ਨਹੀਂ। ਕੀ ਗੱਲ, ਡੈਡੀ ਨੂੰ ਪੁੱਛਣਾ? ਨਹੀਂ ਨਹੀਂ, ਬੁੜਾ ਤਾਂ ਡੈਡ ਤਾਂ ਸਾਨੂੰ ਪੁੱਛ ਕੇ ਜਾਂਦੇ ਆ। ਓਕੇ, ਚਲੀਏ ਚਲੋ 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 ਆ ਜਾਓ ਫਿਰ ਆ ਜਾਓ ਜੀ। ਫਸੀ ਦੀ ਮੱਛੀ ਫੇਰ ਕੋਈ? ਮੱਛੀਆਂ ਆਸਾਨੀ ਨਾਲ ਨਹੀਂ ਫਸਦੀਆਂ। ਕਿਉਂ? ਕਿਉਂ? ਪਾਣੀ ਤਾਂ ਦੇਖੋ ਕਿੰਨਾ ਠੰਡਾ ਹੈ। ਐਡੀ ਵੀ ਕੋਈ ਗੱਲ ਨਹੀਂ ਹੈਗੀ। ਅੱਛਾ, ਜੇ ਐਡੀ ਗੱਲ ਨਹੀਂ ਫਿਰ ਤੁਸੀਂ ਜਾ ਕੇ ਵਿਖਾਓ, ਸਿਰਫ ਅੱਧੇ ਘੰਟੇ ਲਈ। ਅਸੀਂ ਚੱਲ ਜਾਣਾ। ਹਾਂ ਹਾਂ ਜਾਓ, ਪਰ ਹੱਥ ਪਾਣੀ ਦੇ ਬਾਹਰ ਹੀ ਰਹਿਣੇ ਚਾਹੀਦੇ ਨੇ। ਜੇ ਹੱਥ ਥੱਲੇ ਆ ਗਏ ਤਾਂ ਰਿਸ਼ਤਾ ਟੁੱਟ ਵੀ ਸਕਦਾ ਹੈ। ਉੱਠ ਗੈਰੀ, ਇਹ ਵੀ ਕੀ ਯਾਦ ਰੱਖਣਗੀਆ। ਪਾਣੀ ਬਹੁਤ ਠੰਡਾ। ਉਹ ਕੁੜੀਆਂ ਫਸੌਲ ਨਹੀਂ, ਇੰਨਾ ਟੱਕਰ ਨਹੀਂ ਪੈਂਦਾ। ਤੂੰ ਆ ਜਾ। ਪੂਰੇ ਕੱਪੜਿਆਂ 'ਚ ਤਾਂ ਕੋਈ ਵੀ ਜਾ ਸਕਦਾ ਹੈ। ਅੱਛਾ, ਹਾਂ ਆਪੇ ਰੋਗਲੇ ਵਰ ਜਿੱਥੇ ਰੋਗਣਾ ਹੋਵੇ ਆ ਲੋ। ਠੀਕ ਹੈ, ਆ ਵੀ ਲੋ, ਆ ਚੁੱਕੋ, ਆ ਵੀ ਲੋ, ਆ ਵੀ ਚੁੱਕੋ, ਆ ਲੋ, ਆ ਲੋ, ਆ ਲੋ, ਆ ਵੀ ਲੋ, ਆ ਵੀ ਲੋ। ਘਬਰਾਓ ਨਾ, ਇਹ ਤਾਂ ਠੰਡ ਤੋਂ ਬਚਲੀ ਦੋ ਪਾ ਕੇ ਰੱਖੀ ਦੀ ਹੈ। ਬਾਏ, ਮੈਨੂੰ ਲੱਗਦਾ ਕੁੜੀਆਂ ਸੈੱਟ ਹੋ ਗਈਆਂ। ਮਜ਼ਾ ਆ ਰਿਹਾ ਹੈ? ਹਲੇ ਤਾਂ ਢਿੱਲ ਦਿੱਤੀ ਹੋਈ ਹੈ, ਜਦੋਂ ਖਿੱਚ ਪਈ ਨਾ ਫਿਰ ਦੇਖੀ ਕਿੰਨਾ ਮਜ਼ਾ ਆਊ। ਖਿੱਚ ਕੇ ਵੇਖੀ। ਓਏ ਛੇੜਖਾਨੀ ਨਾ ਕਰ। ਓ ਮੈਂ ਕਿੱਥੇ ਕਰ ਰਿਹਾ ਛੇੜਖਾਨੀ? ਮੈਂ ਤੇ ਰੱਬ ਤੋਂ ਅਰਦਾਸ ਕਰ ਰਿਹਾ ਕਿ ਅੱਧਾ ਘੰਟਾ ਛੇਤੀ ਛੇਤੀ ਪੂਰਾ ਹੋ ਜਾਏ। ਓਏ ਤੂੰ ਕੀ ਕਰ ਰਿਹਾ? ਓ ਮੈਂ ਤਾਂ ਆਪ ਅਰਦਾਸ ਕਰ ਰਿਹਾ। ਯਾਰ ਆਪਣੀ ਅਰਦਾਸ ਕਬੂਲ ਨਹੀਂ ਹੋ ਰਹੀ ਅੱਜ। ਛੋਟੇ ਵੀਰ, ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈ, ਨਹੀਂ ਤਾਂ ਆਪਣੀ ਇੱਜ਼ਤ ਲੈ ਜਾਣੀ ਹੈ। ਓਏ ਮੇਰੀ ਤਾਂ ਉਤਰ ਗਈ। ਓਏ ਓਏ ਮੇਰੀ ਵੀ। ਓਏ ਓਏ ਅਪੜੇ ਓਏ ਅਪੜੇ ਓਏ। ਓ ਯਾਰ ਪ੍ਰੀਤੀ, ਓ ਸਿੱਟੀ, ਓ ਪ੍ਰੀਤੀ, ਨਹੀਂ ਨਹੀਂ ਓ ਪ੍ਰੀਤੀ ਡਾਰਲਿੰਗ। ਪ੍ਰੀਤੀ ਯਾਰ, ਅੱਛਾ ਆਪਣੀ ਇੱਜ਼ਤ ਇੱਜ਼ਤ ਤੇ ਦੂਸਰਿਆਂ ਦੀ ਕੋਈ ਇੱਜ਼ਤ ਨਹੀਂ? ਓ ਅਸੀਂ ਇੱਦੀ ਬਾਹਰ ਆ ਜਾਣਾ। ਆ ਜਾਓ, ਫੋਟੋ ਖਿੱਚਾਂਗੇ, ਫੇਸਬੁੱਕ ਤੇ ਲਾਵਾਂਗੇ। ਆ ਜਾਓ ਪ੍ਰੀਤੀ, ਪ੍ਰੀਤੀ। ਹੁਣ ਤੁਸੀਂ ਵੇਖ ਲਓ, ਬਾਹਰ ਆ ਕੇ ਬਦਨਾਮੀ ਦੀ ਮੌਤ ਬਣਨਾ ਹੈ ਜਾਂ ਅੰਦਰ ਰਹਿ ਕੇ ਇੱਜ਼ਤ ਦੀ। ਹੋਰ ਕਿੱਦਾਂ ਆਇਆ ਨਜ਼ਾਰਾ? ਕਾਹਦੇ ਨੂੰ ਯਾਰ, ਕਮਰਾ ਤੇ ਇੰਨਾ ਸ਼ੇਅਰ ਕਰਨਾ ਪੈਂਦਾ। ਓਏ ਹੋਏ, ਤੇ ਹੋਰ ਕਿਹਦੇ ਨਾਲ ਸ਼ੇਅਰ ਕਰਨਾ ਸੀ ਤੂੰ ਕਮਰਾ? ਲੈ ਗਾਲੀ ਨਾ ਵੀਰੇ। ਹਾਂ ਵੈਸੇ ਕੁੜੀਆਂ ਠੀਕ ਆ ਨਾ? ਉਹ ਕੁੜੀਆਂ ਤਾਂ ਠੀਕ ਹੈ ਯਾਰ, ਪਰ ਸਾਲੀ ਮਿਹਨਤ ਕਰਨੀ ਪਊ। ਕਿਉਂ? ਜੇ ਕੋਈ ਹੋਰ ਮਿਹਨਤ ਕਰ ਗਿਆ ਨਾ ਆਪਾਂ ਹੱਥ ਮਲਦੇ ਰਹਿ ਜਾਂਗੇ। ਓ ਵੀਰੇ, ਹੱਥ ਮਲੂ ਦੁਨੀਆ, ਆਪਾਂ ਤੇ ਬਾਜੇ ਗੱਜ ਨਾਲ ਵਿਆਹ ਕੇ ਰੱਬ ਜਣੇ ਖਣੇ ਨੂੰ ਪੈਸੇ ਤਾਂ ਦੇ ਦਿੰਦਾ ਪਰ ਅਕਲ ਦੇਣ ਲੱਗਿਆ ਹੱਥ ਘੁੱਟ ਲੈਂਦਾ। ਗੱਡੀ BMW ਚੱਕੀ ਫਿਰਦਾ, ਅਕਲ ਘੜੂਕੇ ਜਿੰਨੀ ਵੀ ਨਹੀਂ। ਠਹਿਰ, ਸਾਲਾ ਸਮਝਦਾ ਕੀ ਆ? ਕਾਰ ਤਾਂ ਲੈ ਲਈ, ਚਲਾਉਣੀ ਸਿੱਖਣੀ ਤੇਰੇ ਪਿਓ ਨੇ ਆ। ਓਏ ਪਿਓ ਤੱਕ ਨਾ ਪਹੁੰਚੀ, ਦਿਸਦਾ ਨਹੀਂ ਅੰਨਾ ਹੈ। ਜੇ ਅੰਨਾ ਹੁੰਦਾ ਤੇਰੇ ਵਿੱਚ ਨਾ ਵੱਜਦਾ? ਵਿੱਚ ਵੱਜ ਕੇ ਦੇਖ ਲੈ, ਜੇ ਮਾਂ ਦਾ ਦੁੱਧ ਪੀਤਾ ਹੈ। ਮੈਂ ਤਾਂ ਵੇਰਕਾ ਦਾ ਪੀਤਾ।
ਉਹ ਜੇ ਤੂੰ ਵੇਰਕਾ ਦਾ ਪੀਤਾ ਹੈ ਨਾ ਤਾਂ ਮੈਂ ਵੀ ਦੋਜੀਆਂ ਦਾ ਪੀਤਾ ਹੈ ਹੁਣੀ ਹੋ ਜੂ ਫੈਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਕਿ ਵੇਰਕਾ ਦਾ ਦੁੱਧ ਤੇ ਦੋਜੀਆਂ ਦਾ ਪਾਣੀ ਆ ਜਾ ਫਿਰ ਆ ਜਾ ਹਲੇ ਵੀ ਪਛਾਣਨ ਚ ਕੋਈ ਢਿੱਲ ਜੇ ਇਹ ਗੱਲ ਆ ਫਿਰ ਵੇਖਦਾ ਕੀ ਆ ਪਾ ਜੱਫੀ ਸਰਜੀਤ ਗਿੱਲ ਉਹ ਸੰਧੂਆ ਕਿੱਥੇ ਚਲਾ ਗਿਆ ਸੀ ਤੂੰ ਉਹ ਯਾਰ ਸੰਧੂ ਨੇ ਕਿਹੜੇ ਢੱਠੇ ਖੂਹ ਚ ਜਾਣਾ ਸੀ ਸੰਧੂ ਤਾਂ ਇੱਥੇ ਹੀ ਆ ਤੂੰ ਦੱਸ ਜਿਵੇਂ ਕਹਿੰਦੇ ਹੁੰਦੇ ਆ ਕੀ ਨਾ ਲਿਪਤੀ ਭੜੋਲੇ ਵਿੱਚ ਪਾ ਕੇ ਨੀ ਮਿਲਣੋਂ ਵੀ ਰਹਿ ਗਈ ਜੱਟੀਏ ਪਰ ਯਾਰ ਤੂੰ ਮੈਨੂੰ ਪਛਾਣਨ ਚ ਇੰਨੀ ਦੇਰ ਕਿਉਂ ਲਾਤੀ ਉਹ ਯਾਰ ਦੇਰ ਤਾਂ ਹੋ ਗਈ ਤੇਰੀਆਂ ਅੱਖਾਂ ਪਹਿਲਾਂ ਬਿੱਲੀਆਂ ਨਹੀਂ ਸੀਗੀਆਂ ਸੀਗੀਆਂ ਯਾਰ ਪਰ ਹੁਣ ਮੈਂ ਲੈਂਸ ਪਵਾ ਲਏ ਉਹ ਕਿਉਂ ਐਵੇਂ ਲੋਕੀ ਰਿਮਾਰਕਸ ਦੇਣੋਂ ਨਹੀਂ ਹਟਦੇ ਸੀ ਕਹਿੰਦੇ ਬਿੱਲਾ ਬੰਦਾ ਥੋੜਾ ਖਚਰਾ ਹੁੰਦਾ ਸੰਧੂਆ ਤੇਰੀਆਂ ਉਹੀ ਗੱਲਾਂ ਉਹ ਲੋਕੀ ਮੇਰੀਆਂ ਗੱਲਾਂ ਦੇ ਹੀ ਤਾਂ ਮਰਦੇ ਆ ਨਹੀਂ ਸੁਰੱਖੇ ਤਾਂ ਹੋਰ ਵੀ ਬਥੇਰੇ ਤੁਰੇ ਫਿਰਦੇ ਆ ਚੰਡੀਗੜ੍ਹ ਚ ਯਾਰ ਏਦਾਂ ਨੀ ਸਵਾਦ ਆਉਣਾ ਤੇਰੇ ਨਾਲ ਖੁੱਲ ਕੇ ਗੱਲਾਂ ਕਰਨੀਆਂ ਨਾ ਹੁਣ ਸੜਕ ਤੇ ਹੀ ਕਰਨੀਆਂ ਗੱਲਾਂ ਉੱਥੇ ਹੀ ਕਰੀਦੀਆਂ ਜਿਹੜੀ ਜਗ੍ਹਾ ਗੱਲਾਂ ਕਰਨ ਲਈ ਬਣੀ ਹੁੰਦੀ ਆ ਚੱਲ ਫਿਰ ਚੱਲੀਏ ਚਲੋ ਪਰ ਐਂ ਦੱਸ ਕਿ ਤੇਰੇ ਵਾਲੀ BMW ਚ ਚੱਲਣਾ ਕਿ ਮੇਰੇ ਵਾਲੀ ਯਾਰ ਮੈਂ ਕਹਿੰਦਾ ਆਪਾਂ ਰਿਕਸ਼ੇ ਤੇ ਨਾ ਚੱਲੀਏ ਵਟ ਆਈਡੀਆ ਨਾ ਚਿੱਟੀ ਨਾ ਕਾਲੀ ਯਾਰਾਂ ਦੀ ਉਹੀ ਸ਼ਾਹੀ ਸਵਾਰੀ ਚੀਅਰਸ ਹਾਂ ਵੇ ਸ਼ਮਸ਼ੇਰ ਅੱਜ ਕੱਲ ਕਿਹੜਾ ਬਿਜ਼ਨਸ ਰਨ ਕਰਦਾ ਹੈ ਨਿਰਵਾਣਾ ਗ੍ਰੀਨਸ ਰੀਅਲ ਐਸਟੇਟ ਦਾ ਨਾਂ ਸੁਣਿਆ ਹਾਂ ਬਹੁਤ ਸੁਣਿਆ ਬਸ ਦੱਸਦੀ ਆ ਵਾਹ ਵੇ ਵਾਹ ਫਿਰ ਕਿਹੋ ਜਿਹਾ ਕੰਮ ਚੱਲ ਰਿਹਾ ਪ੍ਰਾਪਰਟੀ ਦਾ ਕਾਹਦੀ ਪ੍ਰਾਪਰਟੀ ਅੱਜ ਕੱਲ ਜਿੱਦਾਂ ਦਾ ਕੰਮ ਕਰਦੇ ਆ ਸਾਰੀ ਸੋਚ ਵੀ ਉਦਾਂ ਦੀ ਹੋਈ ਹੋਈ ਆ ਕਿਉਂ ਕੀ ਹੋ ਗਿਆ ਪਿਛਲੇ ਹਫ਼ਤੇ ਮੈਂ ਭੁੱਲਰ ਨਾਲ ਹੀਰ ਰਾਂਝਾ ਫਿਲਮ ਦੇਖਣ ਚਲਿਆ ਗਿਆ ਹਾਂ ਫਿਲਮ ਦੇ ਵਿੱਚ ਹੀਰ ਜਦੋਂ ਸੈਦੇ ਦੀ ਡੋਲੀ ਚੜ੍ਹਨ ਲੱਗੀ ਮੈਂ ਭੁੱਲਰ ਨੂੰ ਕਿਹਾ ਮੈਂ ਕਿਹਾ ਭੁੱਲਰਾ ਸਾਲਾ ਸੈਦਾ ਬੜਾ ਬੇਵਕੂਫ ਆ ਕਹਿੰਦਾ ਕਿਉਂ ਮੈਂ ਕਿਹਾ ਜਦ ਇਹਨੂੰ ਪਤਾ ਵੀ ਡਿਸਪਿਊਟਡ ਪ੍ਰਾਪਰਟੀ ਆ ਤੂੰ ਸਾਲਾ ਜ਼ਰੂਰ ਵਿੱਚ ਪੰਗਾ ਲੈਣਾ ਸੰਧੂਆ ਤੇਰੀਆਂ ਗੱਲਾਂ ਉਹੀ ਜਿਹੀਆਂ ਹੀ ਰਹੀਆਂ ਯਾਦ ਹੈ ਤੈਨੂੰ ਕਿੰਨੇ ਵਧੀਆ ਸੀਗੇ ਸਾਡੇ ਕਾਲਜ ਦੇ ਦਿਨ ਕੋਈ ਸ਼ੱਕ ਨਹੀਂ ਨਾ ਕੋਈ ਫਿਕਰ ਨਾ ਕੋਈ ਫਾਕਾ ਕਿੰਨਾ ਇੰਜੋਏ ਕਰਦੇ ਸੀਗੇ ਪ੍ਰਿੰਸੀਪਲ ਦੀਆਂ ਝਿੜਕਾਂ ਕੁੜੀਆਂ ਦਾ ਝਾਕਾ ਓਏ ਤੂੰ ਹੁਕਮ ਕਰ ਗਿੱਲਾ ਤੈਨੂੰ ਦੁਬਾਰਾ ਕਾਲਜ ਚ ਐਡਮਿਸ਼ਨ ਦਵਾ ਦਈਏ ਪਿਛਲੇ ਬੈਂਚ ਤੇ ਬੈਠ ਕੇ ਤਾੜਿਆ ਕਰਾਂਗੇ ਦੋਵੇਂ ਵੀਰ ਕੁੜੀਆਂ ਇੱਧਰ ਬਾਹਰ ਮੈਂ ਕੁੜੀਆਂ ਤਾੜੀ ਜਾਵਾਂ ਘਰ ਗਏ ਨੂੰ ਮੇਰੀਆਂ ਕੁੜੀਆਂ ਮੈਨੂੰ ਤਾੜੀ ਜਾਣ ਹੈ ਕਿੰਨੀਆਂ ਕੁੜੀਆਂ ਨੇ ਤੇਰੀਆਂ ਸੁੱਖ ਨਾਲ ਦੋ ਹੈ ਕਮਾਲ ਹੈ ਮੇਰੇ ਵੀ ਦੋ ਕਾਕੇ ਨੇ ਦੁੱਖ ਨਾਲ ਸੁਖੀ ਸਾਂਦੀ ਦੁੱਖ ਨਾਲ ਕਿਉਂ ਦੁੱਖ ਜਿਹਾ ਦੁੱਖ ਇਹਦੇ ਨਾਲ ਤਾਂ ਰੱਬ ਮੈਨੂੰ ਦੋ ਕੁੜੀਆਂ ਦੇ ਦਿੰਦਾ ਮੈਂ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਕੇ ਘੱਟੋ ਘੱਟ ਫਾਰਗ ਤਾਂ ਹੋ ਜਾਂਦਾ ਮੇਰੀਆਂ ਵਾਲੀਆਂ ਸਾਂਭ ਕੇ ਦੇਖ ਲੈ ਜੇ ਤੈਨੂੰ ਨਾ ਫਾਰਗ ਕਰ ਦੇਣ ਤਾਂ ਮੈਨੂੰ ਗਿੱਲ ਸੁਰਜੀਤ ਨਾ ਕਹੀ ਇਹੀ ਜੀ ਕਿਹੜੀ ਗੱਲ ਆ ਉਹਨਾਂ 'ਚ ਯਾਰ ਕੀ ਦੱਸਾਂ ਉਹਨਾਂ ਦੇ ਕੋਈ ਵੀ ਮੁੰਡਾ ਨੱਕ ਥੱਲੇ ਨਹੀਂ ਆਉਂਦਾ ਕਹਿੰਦੀ ਹੈ ਵਿਆਹ ਕਰਾਵਾਂਗੀਆਂ ਤਾਂ ਦੋ ਸਕੇ ਭਰਾਵਾਂ ਨਾਲ ਨਹੀਂ ਤਾਂ ਨਹੀਂ ਕਰਾਉਣਾ ਲੱਗ ਲਾ ਸਮਝ ਲਾ ਫਿਰ ਤੇਰੀਆਂ ਕੁੜੀਆਂ ਨੂੰ ਰਿਸ਼ਤਾ ਮਿਲ ਗਿਆ ਪਰ ਮੁੰਡੇ ਕਿੱਥੇ ਹੈ ਮੇਰੀ ਜੇਬ 'ਚ ਤੇਰੀ ਜੇਬ 'ਚ ਆ ਨੇ ਮੁੰਡੇ ਮੁੰਡੇ ਪੰਜਾਬੀ ਇਹ ਤਾਂ ਸਾਲੇ ਲੋਫਰ ਜੇ ਲੱਗਦੇ ਆ ਮੈਨੂੰ ਮੇਰੇ ਨੇ ਕਿਹੜਾ ਸਾਲਾ ਕਹਿੰਦਾ ਇਹ ਲੋਫਰ ਹੈ ਇਹ ਤਾਂ ਮੈਨੂੰ ਸ਼ਕਲੋ ਹੀ ਖਾਨਦਾਨੀ ਲੱਗਦੇ ਉਹ ਕਿਸੇ ਨੇ ਕਿਹਾ ਨਹੀਂ ਹੈ ਬਈ ਮਾਂ ਪਤੀ ਪਿਤਾ ਪਰ ਕੋੜਾ ਬਹੁਤ ਨਹੀਂ ਤਾਂ ਥੋੜਾ ਥੋੜਾ ਬਸ ਇਹਨਾਂ ਦੀ ਵੀ ਇਹੀ ਜ਼ਿੱਦ ਆ ਕਿ ਅਸੀਂ ਵਿਆਹ ਕਰਾਉਣਾ ਤਾਂ ਦੋ ਸਕੀਆਂ ਭੈਣਾਂ ਨਾਲ ਹੀ ਕਰਾਉਣਾ ਨਹੀਂ ਕਰਾਉਣਾ ਹੀ ਨਹੀਂ ਅੱਛਾ ਦੋ ਸਕੀਆਂ ਭੈਣਾਂ ਨਾ ਦੋ ਸਕੀਆਂ ਭੈਣਾਂ ਤਾਂ ਮੇਰੀ ਜੇਬ 'ਚ ਹੈ ਆ ਦੇਖ ਦੋ ਸਕੀਆਂ ਭੈਣਾਂ ਇਹ ਤਾਂ ਮੈਨੂੰ ਸ਼ਕਲੋਂ ਹੀ ਪਰਚੀਟੀਆਂ ਜਿਹੀਆਂ ਲੱਗਦੀਆਂ ਦੱਸਦੀਆਂ ਧੀਆਂ ਹੈ ਕਿਹੜਾ ਸਾਲਾ ਕਹਿੰਦਾ ਪਰਚੀਟੀਆਂ ਨੇ ਆ ਮੈਂ ਤਾਂ ਦੂਰੋਂ ਹੀ ਸ਼ਕਲ ਪਛਾਣ ਕੇ ਦੱਸਦਾ ਸੀ ਕਿ ਕਿਸੇ ਹੋਰ ਦੀਆਂ ਧੀਆਂ ਹੋ ਹੀ ਨਹੀਂ ਸਕਦੀਆਂ ਉਹ ਕਹਿੰਦੇ ਨਹੀਂ ਹੁੰਦੇ ਵੀ ਸੂਲਾਂ ਜੰਮਦੀਆਂ ਦੇ ਤਿੱਖੇ ਮੂੰਹ ਹੁੰਦੇ ਫਿਰ ਤਾਂ ਸੰਧੂ ਆਪਣੀ ਦੋਸਤੀ ਰਿਸ਼ਤੇਦਾਰੀ 'ਚ ਬਦਲ ਗਈ ਇਸੇ ਖੁਸ਼ੀ 'ਚ ਮੇਰੇ ਵੱਲੋਂ ਚੀਅਰਸ ਸੰਧੂਆ ਵਿਆਹ 'ਚ ਦਾਰੂ ਵੀ ਤੇਰੀ ਹੀ ਹੋਏਗੀ ਮੁੰਡੇ ਮੇਰੇ ਨੇ ਪੌਂਟੀ ਚੱਡਾ ਦੇ ਨਹੀਂ ਪਰ ਦਾਰੂ ਤਾਂ ਮੁੰਡੇ ਵਾਲਿਆਂ ਦੀ ਹੁੰਦੀ ਹੈ ਵਿਆਹ 'ਚ ਜੇ ਇਹ ਗੱਲ ਹੈ ਫਿਰ ਗਾਉਣ ਵਾਲੀ ਕੁੜੀ ਵਾਲਿਆਂ ਦੀ ਹੁੰਦੀ ਹੈ ਕੁੜੀਆਂ ਨਾਲ ਧੋਖਾ ਸਮਝ ਕੀ ਰੱਖਿਆ ਤੁਸੀਂ ਲੋਫਰਾਂ ਨੇ ਕੌਣ ਬੇਵਕੂਫ ਆ ਗਿਆ ਇਸ ਵਕਤ ਪਤਾ ਨਹੀਂ ਕੌਣ ਜਾ ਜਾ ਫਟਾਫਟ ਬੇਟਾ ਮੈਂ ਆ ਤੁਹਾਡਾ ਡੈਡੀ ਡੈਡੀ ਆ ਜਾਓ ਡੈਡੀ ਵਾਹ ਵੇ ਵਾਹ ਮੇਰੀਆਂ ਧੀਆਂ ਪੜ੍ਹ ਰਹੀਆਂ ਹਾਂਜੀ ਡੈਡੀ ਮੇਰਾ ਬੇਟਾ ਤੁਸੀਂ ਇੰਨੀ ਛੇਤੀ ਮੈਂ ਤਾਂ ਜੰਮਿਆ ਵੀ ਛੇਤੀ ਸੀਗਾ ਉਹ ਦਾਈ ਕਹਿਣ ਲੱਗੀ ਬਈ ਸੱਤ ਮਾਹ ਬੱਚਾ ਬਚਦਾ ਨਹੀਂ ਹੁੰਦਾ
पर पता नहीं थोड़ी किस्मत करके बच गया मैं। मम्मी कित्थे थोड़ी? मम्मी ने कित्थे जाना है? सारा दिन घर ही तां बैठी रहिंदी है। ओ कहिंदे हुंदे आ ना के कम दे नकाज दे दुश्मन अनाज दे। कदी मेरे नाल कपड़े धोए, कदे भांडे मजवाए, कल्ला सब्जियां कटदा रहिंदा मैं। ओ कम ऑन डैड, गल दसो की है? गल तो बहुत खुशी दी है। जे खुशी वाली गल आ तो रोई को जाने है तुसी? जे किसे परिवार दे चार जीयां विच सिर्फ दो जी रह जान ताकि वो भंगड़ा पाऊगा? हाय मैं मर जा। केड़े परिवार दे? अपने 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 मेरी धीयां ने तो चले जाना है, इन्हां वास्ते मैं दो सके भरा लब्बे है। दस है ना खुशी दी गल? दो सके भरा? वो पहला कुड़ियां तो पुछ लेंदे तुसी। पुछन दी की लोड़ है मम्मा, दो सके भरा ने, इट्स परफेक्ट। फिर भी फोटो तो देख लो। नो डैड, कोई लोड़ नहीं डैड, तुसी देख ले बस। ओके फिर मैं डन समझा? डन। कौन कहंदा है आजकल दी जनरेशन च संस्कार नहीं है? मेरी धीयां वल देखो, फोटुआं देखियां भी नहीं हां कर दित्ती। किन्ना माण वधाया अपने प्यो दा। मैं जरा कपड़े धो के आया। नी तू जट दी बसंत जट ने व्याउणियां, जट दी बसंत जट ने व्याउणियां, जट दी पसंद जट ही व्याऊगा, होर साला भैया लेके जाऊगा। हैरी गैरी। हां जी डैडी। हां जी डैडी। हां जी डैड। जल्दी आओ डैड, तुसी सुते नहीं साले? ओ इस उम्र ही बुढ़े नूं सुवाउण नूं फिरदे हो? नाले जे मैं सुता हुंदा फिर तोटे नाल मैं इदां ही गल्लां करदा? डैड ऐदां दियां लाडियां पाडियां ते तुसी दो सूरतां च करदे हुंदे हो, जां ते तुसी सुते होवो ते जां फिर तोडे पैग लगे होण। दारू पीती है। मैं क्या आहो कहने सानू भी पढ़ाओ जाओ। काम दी गल सुनो। दसो के मंगनी विआह दे दिन थोड़े नच लै हरनाम करे, ओए टप लै गुरनाम करे। रिश्ता तय करके आया मैं। मैं तेन कहा ना यार डैड दारू पी के जबड़िया मारते रहते। साले मैं थोड़े व्याह की गल करके आया ना के अपने दी। थोड़ी यही शर्त सी ना कि व्याह ली थोड़ू तो सगियां भैन चाहिए लभतियां। पर डैड इस कुड़ियां पसंद करी बैठे हैं। करी जाओ, मैं मना कर दा। पसंद की है? पसंद मैं भी कटरीना कर दा। यदा मतलब यह थोड़ा कटरीना मेरे घर आजू, नाले जे अगली आना भी चाहू सलमान आन दू। सो अपने केच तुसी मनु शमशेर नहीं सलमान ही समझो। मैं अपने बचपन दे दोस्त नू जवान दे चुके। और डैड थोड़ी जवान दा की है? एडी थोड़ी जवान है, जाने खड़े नू दे के आ जाने हो, कल डॉक्टर मरे कड्डी बैठे थी। जमीन बंजर ते औलाद कंजर, रब किसे नू ना दवे। पर डैड असी कुड़ियां नू दिल दे ही बैठे हां। मैनू कुछ नहीं पता। और पता ता जे कुड़ियां नू भी नहीं। थोड़े साले सूत ना पतान जलाहे ना ठेंगा ठेंगी। बहुत सुन ली मैं थोड़ी बकवास, हुण मेरी सुनो। कल असी कुड़ियां वेखण जा रहे हां, मतलब जा रहे हैं। Now go to your room। दादा जी किहो जिहा जम्मा साडा बड़ा यार, ना अपील सुनदा ना दलील सुनदा। कोई काम की गल करिए तो अपने कंजर वंजर लेके बैंदा। चल चली यार। दीदी एक बार फोटो देखिए मुंडिया दी। ओहो दो सके भरा ने, होर की चाहिए? पर फिर भी एक बार देखते हैं ना। मैं क्या जी, लत्तां तां मैं ठीक घुट रहा है ना। हुण तां तजर्बा हो गया मैनूं लत्तां घुटण दा। तबीयत किद्दां है थोड़ी? अब पैर जे बहुत दुखी जांदे ने। जे पैर हिलदे जुलदे रहण ना फेर नहीं दुखदे हुंदे। हला लिया करो कदे कदार अपने हाथ पैर भी। हां
ਇੱਥੋਂ ਕੁੱਟੋ, ਪਿੰਨੀਆਂ ਵੀ ਬਹੁਤ ਦੁਖਦੀਆਂ ਨੇ। ਇੱਥੋਂ? ਹਾਂ ਇੱਥੋਂ। ਠੀਕ ਹੈ, ਇੱਥੋਂ ਕੁੱਟ ਦਿੰਦੇ। ਮੂਡ ਕਿੱਦਾਂ ਹੈ ਅੱਜ ਤੁਹਾਡਾ? ਕੀ? ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਮੂੰਹ ਕਿੱਦਾਂ ਹੈ ਤੁਹਾਡਾ? ਕੱਲ ਕੌੜਾ 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 ਜਿਹਾ ਸੀ ਨਾ ਕੱਲ? ਅੱਜ ਵੀ ਇਸ ਤਰ੍ਹਾਂ ਹੀ ਹੈ। ਹੋਰ ਕਿੰਨੇ ਕੁ ਦਿਨ ਰਹੇਗਾ ਇਸੇ ਤਰ੍ਹਾਂ? ਸ਼ਾਇਦ ਲਿਆਵਾਂ ਤੁਹਾਡੇ ਵਾਸਤੇ। ਡੈਡ, ਲੱਗਦਾ ਕੁੜੀਆਂ ਆ ਗਈਆਂ। ਠੀਕ ਹੋ ਕੇ ਬੈਠੋ, ਪਰੇ ਹੋ ਕੇ। ਆ ਜਾਓ ਬੱਚਿਓ, ਆ ਜਾਓ। ਡੈਡ, ਡੈਡ, ਡੈਡ। ਦੱਸੋ। ਡੈਡ, ਅਸੀਂ ਮੁੰਡਿਆਂ ਨਾਲ ਵਿਆਹ ਨਹੀਂ ਕਰਾਉਣਾ। ਵਿਆਹ ਤਾਂ ਮੁੰਡਿਆਂ ਨਾਲ ਹੀ ਹੋਣਾ ਹੈ, ਸਾਡੇ ਇੱਥੇ ਕਲਚਰ ਹੀ ਨਹੀਂ ਹੈ ਬਈ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਉਣ। ਹੋਰ ਜਿਹਦੇ ਨਾਲ ਮਰਜ਼ੀ ਕਰਾ ਦੋ, ਉਹ ਫੋਟੋ ਵਾਲਿਆਂ ਨਾਲ ਨਹੀਂ ਕਰਾਉਣਾ। ਕੋਈ ਖਰਾਬੀ ਹੈ ਫੋਟੋ 'ਚ? ਫੋਟੋ 'ਚ ਕੋਈ ਖਰਾਬੀ ਨਹੀਂ, ਮੁੰਡਿਆਂ 'ਚ ਖਰਾਬੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕੁੜੀਆਂ ਨੂੰ ਪੁੱਛ ਲੈਂਦੇ ਤੁਸੀਂ। ਪੁੱਛ ਕੇ ਹਾਂ ਕੀਤੀ ਹੈ ਮੁੰਡੇ ਵਾਲਿਆਂ ਤੋਂ? ਡੈਡ ਪਲੀਜ਼ ਨਾ ਕਰ ਦੋ, ਪਲੀਜ਼। ਏਦਾਂ ਕਿੱਦਾਂ ਕਰਦਾ ਮੈਂ? ਨਾ, ਸਾਡੀ ਵੀ ਕੋਈ ਇੱਜ਼ਤ ਹੈ। ਮੈਂ ਜ਼ੁਬਾਨ ਦਿੱਤੀ ਹੈ, ਕੱਲ ਦਾ ਟਾਈਮ ਦਿੱਤਾ ਹੈ। ਜਾਓ, ਜਾ ਕੇ ਸੌ ਜਾਓ ਆਪਣੇ ਕਮਰੇ 'ਚ। ਡੈਡ ਪਲੀਜ਼। ਓਏ ਕੋਈ ਪਲੀਜ਼ ਪਲੂਜ਼ ਨਹੀਂ, ਭੱਜ ਜਾਓ ਇੱਥੋਂ, ਜਾਓ। ਹਾਂ, ਦੇਖਿਆ ਫਿਰ ਸਰਦਾਰ ਦਾ ਰੂਪ। ਕੰਮ ਕਰੋ ਤੁਸੀਂ ਆਪਣਾ। ਨੀਂਦ ਆਈ ਹੈ ਮੈਨੂੰ। ਮੁੰਡੇ ਦਾ ਦਿਲ ਟੁੱਟ ਜੂ, ਮੁੰਡੇ ਦਾ ਦਿਲ ਟੁੱਟ ਜੂ। ਗੈਰੀ, ਹੈਰੀ, ਹੈਰੀ, ਉੱਠੋ ਪੁੱਤਰੋ। ਸੰਧੂ ਸਾਹਿਬ ਪੱਟੇ ਗਏ ਜੇ। ਉਹ ਸੰਧੂ ਸਾਹਿਬ ਆਪਾਂ ਲੁੱਟੇ ਗਏ। ਉਹ ਸੰਧੂ ਸਾਹਿਬ, ਸੰਧੂ ਸਾਹਿਬ, ਸੰਧੂ ਸਾਹਿਬ। ਹੈਂ? ਹੈਰੀ ਤੇ ਗੈਰੀ ਘਰ ਛੱਡ ਕੇ ਭੱਜ ਗਏ। ਆਹ ਦੇਖੋ ਬੈਡਰੂਮ 'ਚੋਂ ਚਿੱਠੀ ਮਿਲੀ ਹੈ। ਡੀਅਰ ਡੈਡ, ਅਸੀਂ ਘਰ ਛੱਡ ਕੇ ਜਾ ਰਹੇ ਹਾਂ। ਤੁਹਾਡੇ ਕ੍ਰੈਡਿਟ ਕਾਰਡ 'ਤੇ ਤਿਜੋਰੀ 'ਚੋਂ 5 ਲੱਖ ਨੂੰ ਥੁੱਕ ਲਾ ਕੇ ਚੱਲੇ ਹਾਂ। ਜਦੋਂ ਪੈਸੇ ਖਤਮ ਹੋ ਗਏ ਉਦੋਂ ਵਾਪਸ ਆ ਜਾਵਾਂਗੇ, ਕਿ ਉਦੋਂ ਤੱਕ ਸਾਡੇ ਵਿਆਹ ਦੀ ਗੱਲ ਵੀ ਠੰਡੀ ਪੈ ਚੁੱਕੀ ਹੋਵੇਗੀ। ਆਪ ਜੀ ਦੇ ਹੋਣ ਹਰ ਸਪੂਤ ਹੈਰੀ ਗੈਰੀ, ਜ਼ਮੀਨ ਬੰਜਰ ਅਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇਵੇ। ਮੇਰੇ ਯਾਰ ਸੁਰਜੀਤ, ਮੈਂ ਤੈਨੂੰ ਕਿਵੇਂ ਫੇਸ ਕਰੂੰਗਾ, ਕਿਵੇਂ ਫੇਸ ਕਰੂੰਗਾ? ਆਈ ਡੋਂਟ ਨੋ ਯਾਰ। ਹੁਣ ਪੈ ਗਈ ਕਲੇਜੇ ਠੰਡ ਤੁਹਾਡੇ। ਕੁਛ ਠੰਡਾ ਪਿਲਾਓਗੇ ਤਾਂ ਹੀ ਕਲੇਜੇ ਠੰਡ ਪਾਊਗੀ, ਏਦਾਂ ਕਿੱਦਾਂ ਪੈ ਜੂ ਠੰਡ? ਆ ਫੜੋ, ਫਿਰ ਪਤਾ ਲੱਗੂ ਤੁਹਾਨੂੰ ਪਾਲਦੇ ਠੰਡਾ ਇੱਥੇ। ਹੁਣ ਇਸ ਉਮਰ 'ਚ ਵੀ ਲਵ ਲੈਟਰ ਦੇਣ ਲੱਗ ਪਈ। ਇਹ ਕੀ ਕੀਤਾ ਤੁਸੀਂ? ਆਪਣੇ ਪਿਓ ਦੀ ਇੱਜ਼ਤ ਮਿੱਟੀ 'ਚ ਮਿਲਾ ਕੇ ਰੱਖ ਦਿੱਤੀ, ਕੋਈ ਖਿਆਲ ਨਹੀਂ ਕੀਤਾ ਆਪਣੇ ਪਿਓ ਦੀ ਪੱਗ ਦਾ। ਨਾ ਹੋਰ ਚੜਾਓ ਸਿਰ ਕੁੜੀਆਂ ਨੂੰ। ਮੈਂ ਤਾਂ ਕਨੇਡੀ ਚੜਾਉਂਦਾ ਹੁੰਦਾ ਸੀਗਾ, ਤੂੰ ਹੀ ਕਹਿੰਦੀ ਹੁੰਦੀ ਸੀ ਚੜ ਜਾਓ ਆਪਣੇ ਪਿਓ ਦੇ ਸਿਰ, ਚੜ ਜਾਓ ਆਪਣੇ ਪਿਓ ਦੇ ਸਿਰ। ਚੜ ਗਈਆਂ ਵਿਚਾਰੀਆਂ। ਹਾਏ ਰੱਬਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕੀ ਹੋਊਗਾ ਆਪਣਾ। ਇਸ ਤੋਂ ਪਹਿਲਾਂ ਕਿ ਸੰਧੂ ਆਪਣੇ ਮੁੰਡੇ ਲੈ ਕੇ ਸਾਡੇ ਘਰ ਆ ਜੇ, ਮੈਂ ਪਹਿਲਾਂ ਹੀ ਜਾ ਕੇ ਉਹਦੇ ਪੈਰ ਫੜ ਲੈਂਦਾ। ਉਹ ਮੇਰੇ ਪੈਰ ਕਿਉਂ ਫੜੀ ਜਾਂਦੇ? ਸੰਧੂ ਸਾਹਿਬ ਦੇ ਪੈਰ ਫੜੋ ਜਾ ਕੇ। ਇਹ ਠੀਕ ਹੈ, ਫਿਰ ਮੈਂ ਉਹਨਾਂ ਦੇ ਪੈਰ ਫੜਦਾ। ਜਾਓ ਛੇਤੀ। ਕਿਵੇਂ ਆ ਕੇ ਲੱਗੀ ਅੰਗੂ ਚਲਾਉਂਦੇ ਆ, ਜਿਵੇਂ ਸਾਲਿਆਂ ਦੀ ਔਲਾਦ ਘਰੋਂ ਭੱਜ ਗਈ ਹੋਵੇ। ਕੁੜੀਆਂ ਮੇਰੀਆਂ ਘਰੋਂ ਭੱਜੀਆਂ, ਦਿਮਾਗ ਇਹਦਾ ਖਰਾਬ ਹੋਈ ਫਿਰਦਾ। ਇਹਨੇ ਸਾਲਿਆਂ ਨੇ ਧੱਫੇ ਖਾਣੇ ਅੱਜ ਮੇਰੇ ਕੋਲੋਂ, ਹੁਣ ਨਹੀਂ ਬਚਦਾ ਮੇਰੇ ਕੋਲੋਂ। ਤੂੰ ਤਾਂ ਇੰਜ ਮੂੰਹ ਲਕੋਰਿਆ ਗਿੱਲਾ, ਜਿਵੇਂ ਤੇਰੇ ਗੀਤਾਂ ਦੀ ਪਲੇਠੀ ਕੈਸਟ ਫਲੌਪ ਹੋ ਗਈ ਹੋਵੇ। ਉਲਟਾ ਮੂੰਹ ਤਾਂ ਮੈਨੂੰ ਲਕੋਣਾ ਚਾਹੀਦਾ। ਇਹ ਤਾਂ ਤੇਰੀ ਫਿਰਾਕ ਦਲੀ ਹੈ ਸੰਧੂ, ਆ ਜਿਹੜਾ ਤੂੰ ਹਲੇ ਵੀ ਮੈਨੂੰ ਪਿਆਰ ਕਰਦਾ, ਵਰਨਾ ਲੰਗੜੀ ਘੋੜੀ ਨੂੰ ਕੌਣ ਛੋਲੇ ਚਾਰਦਾ? ਹੁਣ ਕੀ ਫਾਇਦਾ ਹਿਣਕਣ ਦਾ? ਮੈਂ ਤਾਂ ਤੇ ਤੋਂ ਮਾਫ਼ੀ ਮੰਗਣ ਆ ਰਿਹਾ ਸੀਗਾ। ਕਿਉਂ ਸ਼ਰਮਿੰਦਾ ਕਰ ਰਿਹਾ ਯਾਰ ਮਾਫ਼ੀ ਮੰਗ ਕੇ? ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਆ, ਸਾਲੀ ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇ। ਹੁਣ ਮਾਫ਼ੀ ਮੰਗ ਤਾਂ ਲਈਏ, ਤਾਨੇ ਮਾਰਨ ਦਾ ਕੀ ਮਤਲਬ? ਯਾਰ ਮੈਂ ਤੈਨੂੰ ਥੋੜਾ ਤਾਨੇ ਮਾਰ ਰਿਹਾ, ਮੈਂ ਤਾਂ ਆਪਣੀ ਕੰਦੀ ਔਲਾਦ ਨੂੰ ਕੋਸ ਰਿਹਾ। ਮੇਰੇ ਸਾਲ ਦੇ ਰਾਤ ਘਰੋਂ ਭੱਜ ਗਏ। ਕੀ ਕਿਹਾ? ਰਾਤੀ ਘਰੋਂ ਭੱਜ ਗਏ? ਹਾਏ ਓਏ, ਹਾਏ ਓਏ, ਹੋ ਹਾਏ ਓਏ। ਬਸ ਕਰ ਯਾਰ, ਬਸ ਕਰ ਪਲੀਜ਼। ਜਿਹਦੇ ਹੋਣ ਵਾਲੇ ਜਵਾਈ ਵਿਆਹ ਤੋਂ ਪਹਿਲਾਂ ਹੀ ਘਰੋਂ ਭੱਜ ਜਾਣ, ਉਸਦੀ ਕੀ ਹਾਲਤ ਹੁੰਦੀ ਹੈ ਮੈਂ ਚੰਗੀ ਤਰ੍ਹਾਂ ਸਮਝ ਸਕਦਾ। ਗਿੱਲਾ ਸਮਝ ਸਕਦਾ। ਓਏ ਮੈਂ ਤੇਰੇ ਮੁੰਡਿਆਂ ਨੂੰ ਨਹੀਂ, ਆਪਣੀ ਗੰਦੀ ਔਲਾਦ ਨੂੰ ਰੋ ਰਿਹਾ। ਉਹ ਕਲੈਣੀਆਂ ਵੀ ਰਾਤੀ ਘਰੋਂ ਭੱਜ ਗਈਆਂ। ਉਹ ਵੀ ਘਰੋਂ ਭੱਜ ਗਈਆਂ? ਸਾਲਾ ਆਵਾ ਹੀ ਉੱਤੇ ਆ ਪਿਆ, ਘਰ ਕਰ ਰਹੇ ਹੋ ਅੱਗ?
ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਸ਼ਗਨਾ ਦੀ ਮਹਿੰਦੀ ਘਰੇ ਸੁੱਟ ਕੇ ਸਿਰਖੇ ਪਾ ਕੇ ਉੱਡ ਗਈਆਂ। ਚਲੋ ਕੋਈ ਗੱਲ ਨੀ, ਮਹਿੰਦੀ ਤਾਂ ਨੀ ਵੇਸਟ ਹੁੰਦੀ, ਉਹ ਤਾਂ ਤੇਰੇ ਫਿਰ ਵੀ ਘਰੇ ਕੰਮ ਆਜੂ, ਦਾੜੀ ਨੂੰ ਲਾਉਣ ਦੇ। ਸੰਧੂਆ ਸੌਰੀ ਗੱਲਾਂ, ਕੀ ਹੁਕਮ ਹੈ ਹੁਣ? ਹੁਕਮ ਇਹੋ ਜਿਹੇ ਟਾਈਮ ਤਾਂ ਫਿਰ ਥਾਣੇਦਾਰ ਹੁਕਮ ਸਿੰਘ ਹੀ ਕੰਮ ਆਉਂਦਾ ਹੁੰਦਾ। ਚਲੋ ਉਹ ਬਸ ਕਰੋ ਯਾਰ। ਸ਼ਮਸ਼ੇਰ ਸੰਧੂ ਜੀ, ਗਿੱਲ ਸੁਰਜੀਤ ਜੀ, ਮੰਨਿਆ ਤੁਸੀਂ ਸ਼ਹਿਰ ਦੇ ਮੋਹਤਬਰ ਬੰਦੇ ਹੋ, ਪਰ ਇਹਦਾ ਇਹ ਮਤਲਬ ਨਹੀਂ ਵੀ ਮੇਰੇ ਥਾਣੇ 'ਚ ਆ ਕੇ ਥਾਣੇ ਦਾ ਡਿਸਿਪਲਿਨ ਭੰਗ ਕਰੋ। ਨਾਲ ਇਹਦੇ ਵਿੱਚ ਮੈਂ ਕੀ ਕਰ ਸਕਦਾ? ਇਹਦਾ ਫੈਸਲਾ ਤੁਸੀਂ ਆਪ ਕਰੋ ਵੀ ਤੁਹਾਡੀ ਇਲਾਜ ਜ਼ਿਆਦਾ ਗੰਦੀ ਹੈ ਜਾਂ ਤੁਹਾਡੀ ਇਲਾਜ ਜ਼ਿਆਦਾ ਗੰਦੀ ਹੈ। ਹੁਕਮ ਸਿੰਘ, ਅਸੀਂ ਤੇਰੇ ਕੋਲੋਂ ਆਪਣੇ ਜਵਾਕਾਂ ਦੀ ਜੱਜਮੈਂਟ ਕਰਾਉਣ ਨਹੀਂ ਆਏ, ਅਸੀਂ ਥਾਣੇ ਰਿਪੋਰਟ ਲਿਖਾਉਣ ਆਏ ਹਾਂ ਕਿ ਸਾਡੇ ਬੱਚੇ ਘਰੋਂ ਭੱਜ ਗਏ। ਹੁਣ ਭੱਜਣ ਦਾ ਕੀ ਫਾਇਦਾ? ਉਹਨਾਂ ਨੂੰ ਪਤਾ ਕਦੋਂ ਦੀ ਲੰਘੀ ਹੈ? ਉਦੋਂ ਕਿੱਥੇ ਸੀ ਬਾਈ? ਓਲੰਪਿਕ ਦੇ ਟਾਈਮ ਤਾਂ ਘਰ ਹੀ ਸੀਗੇ ਸਰ, ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਟੀਵੀ ਤੇ ਇਵੈਂਟ ਦੇਖੇ, ਬਾਅਦ ਚ ਭੱਜੇ, ਹੁਣ ਘਰ ਹੈ ਨੀ। ਪਰ ਇਹਦੇ ਵਿੱਚ ਅਸੀਂ ਕੀ ਕਰੀਏ? ਕੀ ਕਰੀਏ? ਤੁਸੀਂ ਥਾਣੇ ਦੇ ਮਾਲਕ ਹੋ, ਤੁਹਾਡੀ ਡਿਊਟੀ ਆ ਬੱਚਿਆਂ ਨੂੰ ਲੱਭੋ। ਸੰਧੂ ਸਾਹਿਬ, ਮੈਂ ਇਹੀ ਕਹਿ ਰਿਹਾ ਵੀ ਪੁਲਿਸ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦੀ ਹੈ? ਵੀ ਆਰ ਵਿਦ ਯੂ ਫਾਰ ਯੂ ਆਲਵੇਸ। ਯੈਸ ਇੰਸਪੈਕਟਰ ਸਾਹਿਬ, ਅੰਗਰੇਜ਼ੀ ਚ ਹਮਦਰਦੀ ਜਤਾਉਣ ਦੀ ਲੋੜ ਨਹੀਂ ਹੈ, ਮੈਨੂੰ ਸਿੱਧਾ ਸਿੱਧਾ ਪੰਜਾਬੀ ਚ ਦੱਸੋ ਸਾਡੇ ਬੱਚੇ ਮਿਲ ਜਾਣਗੇ ਕਿ ਨਹੀਂ। ਦੇਖੋ ਮੇਲੇ ਚ ਗੁੰਮੇ ਤਾਂ ਮਿਲ ਜਾਂਦੇ ਹੁੰਦੇ ਨੇ, ਪਰ ਜਾਣ ਬੁੱਝ ਕੇ ਮੌਜ ਮੇਲਾ ਕਰਨਗੇ ਘੱਟ ਹੀ ਲੱਭਦੇ ਹੁੰਦੇ ਨੇ ਸਰਦਾਰ ਸਾਹਿਬ। ਉਹ ਜਨਾਬ ਤੁਸੀਂ ਕੋਸ਼ਿਸ਼ ਤਾਂ ਕਰੋ। ਕਾਹਦੀ? ਮੌਜ ਮੇਲੇ ਦੀ? ਓਏ ਬੱਚੇ ਲੱਭਣ ਦੀ। ਦੇਖੋ ਸੰਧੂ ਸਾਹਿਬ, ਤੁਹਾਡੇ ਬੱਚੇ ਤਾਂ ਅੱਜ ਨਹੀਂ ਕੱਲ੍ਹ ਲੱਭ ਹੀ ਜਾਣੇ ਨੇ, ਪਰ ਜੇ ਅੱਜ ਕਿਤੇ ਮੇਰੇ ਹੱਥੋਂ ਮੀਕਾ ਨਿਕਲ ਗਿਆ ਨਾ, ਉਹਦਾ ਮੁੜ ਕੇ ਮਿਲਣਾ ਬੜਾ ਮੁਸ਼ਕਿਲ ਹੈ। ਇਹ ਮੀਕਾ ਦਲੇਰ ਮਹਿੰਦੀ ਦਾ ਭਰਾ? ਸਰ ਮੈਂ ਤਾਂ ਸੁਣਿਆ ਇਹ ਜੰਮਦਾ ਹੀ ਹੱਥੋਂ ਨਿਕਲ ਗਿਆ ਸੀਗਾ। ਹਾਂ, ਮੈਂ ਗਾਉਣ ਵਾਲੇ ਮੀਕੇ ਦੀ ਨਹੀਂ ਭਜਾਉਣ ਵਾਲੇ ਮੀਕੇ ਦੀ ਗੱਲ ਕਰ ਰਿਹਾ, ਜਿਹੜਾ ਮੇਰੀ ਗਰਲਫ੍ਰੈਂਡ ਨੂੰ ਲੈ ਕੇ ਫਰਾਰ ਹੋ ਗਿਆ। ਪਰ ਉਹਨੂੰ ਸ਼ਾਇਦ ਇਹ ਨਹੀਂ ਪਤਾ ਵੀ ਬਚੋ ਬਚੋ ਜਿੰਨਾ ਬਚਿਆ ਜਾ ਸਕਦਾ ਬਚੋ। ਪੁੱਛੋ ਕਿਉਂ? ਕਿਉਂ? ਕਿਉਂਕਿ ਹੁਕਮਾਂ ਬੜਾ ਕੱਬਾ ਸੁਭਾਅ ਚੱਕੀ ਫਿਰਦਾ, ਬੜਾ ਜ਼ਿਆਦਾ, ਬਹੁਤ ਜ਼ਿਆਦਾ ਕੱਬਾ ਸੁਭਾਅ ਚੱਕੀ ਫਿਰਦਾ। ਸਾਲੀ ਚੱਕਣ ਵਾਲੀ ਚੀਜ਼ ਮੀਕਾ ਚੱਕੀ ਫਿਰਦਾ, ਤੂੰ ਇਕੱਲਾ ਕੱਬਾ ਸੁਭਾਅ ਚੱਕੀ ਫਿਰ। ਅੱਛਾ ਇਹ ਗੱਲ ਹੈ, ਮੈਂ ਚੱਲਿਆ ਫਿਰ ਮੀਕੇ ਲੱਭਣ, ਤੁਸੀਂ ਆਪਣੇ ਜਵਾਕ ਆਪ ਹੀ ਲੱਭੋ। ਸ਼ਮਸ਼ੇਰ ਸੰਧੂ ਜੀ। ਜੀ ਗਿੱਲ ਸੁਰਜੀਤ। ਇਸ ਗਮਗੀਨ ਮੌਕੇ ਤੇ ਦੋ ਲਾਈਨਾਂ ਹੋ ਜਾਣ। ਇਹ ਸਾਲਾ ਸਮਝਦਾ ਕੀ ਆਪਣੇ ਆਪ ਨੂੰ? ਇੱਥੇ ਡੀਸੀਪੀ ਸਲੂਟ ਮੈਨੂੰ ਮਾਰਦਾ, ਪੈਰਾਂ 'ਚ ਥਾਣੇਦਾਰ ਰੋਲਤਾ। ਸ਼ਾਇਦ ਇਹਨੂੰ ਇਹ ਨਹੀਂ ਪਤਾ ਮੇਰੇ ਬਾਰੇ ਕਿ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਨੇ ਸੋਹਣੇ। ਸਾਨੂੰ ਤਾਂ ਸਾਲਾ ਅਜੇ ਤੱਕ ਇਹ ਨਹੀਂ ਪਤਾ ਇਸ ਵੇਲੇ ਸਾਡੇ ਜਵਾਕ ਕਿੱਥੇ ਹੋਣੇ। ਓ ਯੈਸ, ਔਰਤ ਨੂੰ ਕਦੇ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਲੇਕਿਨ ਅੱਜ ਕੱਲ੍ਹ ਇਹਨਾਂ ਜੁੱਤੀਆਂ ਨਾਲ ਹੀ ਮਰਦਾਂ ਨੂੰ ਕੁੱਟਿਆ ਜਾਂਦਾ। ਪਰ ਮੈਨੂੰ ਕਿਉਂ ਕੁੱਟਿਆ? ਮੇਰਾ ਕਸੂਰ ਕੀ ਸੀ? ਮੈਨੂੰ ਦੱਸੋ ਮੇਰਾ ਕਸੂਰ ਕੀ ਸੀ? ਮੇਰਾ ਕਸੂਰ ਕੀ ਸੀ? ਕੀ ਸੀ ਕਸੂਰ ਮੇਰਾ? ਕਸੂਰ ਕੀ ਸੀ? ਦੇਖੋ ਯਾਰ, ਭਲਾਈ ਦਾ ਜ਼ਮਾਨਾ ਨੀ ਰਿਹਾ, ਕਿੰਨੀ ਛੋਟੀ ਜਿਹੀ ਗੱਲ ਪਿੱਛੇ ਕੁੱਟਿਆ। ਯਾਰ ਮੈਂ ਰਿਸ਼ਤਾ ਲੈ ਕੇ ਗਿਆ ਸੀ, ਮੈਂ ਕਿਹੜਾ ਬੰਬ ਲੈ ਕੇ ਚਲਾ ਗਿਆ ਸੀ ਉੱਥੇ? ਕਹਿੰਦੀਆਂ ਕੱਲਿਆ ਰਿਸ਼ਤਾ ਲੈ ਕੇ ਕਿਉਂ ਆ ਗਿਆ? ਸਾਲੀਆਂ ਨੂੰ ਛੱਡਿਓ ਨਾ, ਬਦਲਾ ਲੈ ਲਈਓ। ਅੱਛਾ, ਗੱਡੀ ਦੀ ਡਿੱਕੀ ਚੋਂ ਡੰਡਾ ਲੈ ਗਏ ਸੀ? ਡੰਡਾ ਤਾਂ ਲੈ ਗਏ ਸੀ, ਇਹਦਾ ਮਤਲਬ ਬਦਲਾ ਲੈ ਲਿਆ। ਵੈਰੀ ਗੁੱਡ। ਬਦਲਾ ਸਵਾ ਲੈਂਦੇ, ਕੁੜੀਆਂ ਤੇ ਮਿਲ ਨਹੀਂ ਰਹੀਆਂ। ਕੀ ਕੁੜੀਆਂ ਨਹੀਂ ਲੱਭੀਆਂ? ਔਰ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ, ਉਹਦੇ ਪਿੱਛੇ ਹੱਥ ਧੋ ਕੇ ਪਏ ਐ, ਉਹ ਗਾਇਬ ਹੋ ਗਈਆਂ। ਫਿਰ ਹੁਣ 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 ਜਦ ਤੱਕ ਤੇਰੀਆਂ ਕੁੜੀਆਂ ਨਹੀਂ ਮਿਲਦੀਆਂ, ਬਦਲੇ ਬਦਲੇ ਦਾ ਪ੍ਰੋਗਰਾਮ ਕੈਂਸਲ ਸਮਝ ਰਿਹਾ ਮੈਂ ਉਹਨਾਂ ਨੂੰ ਛੱਡਣਾ ਨਹੀਂ। ਯਾਰ 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 ਬੈਠ, ਉਹ ਕਰੇ ਉਹ ਹੈ ਨਹੀਂ, ਫੋਨ ਚੱਕ ਨਹੀਂ ਰਹੀਆਂ, ਕੀ ਕਰੀਏ? ਓ ਯਾਰ, ਮੈਂ ਕਦੇ ਲਈ ਸੌਫਟਵੇਅਰ ਇੰਜੀਨੀਅਰ, ਮੈਨੂੰ ਪੁੱਛਣਾ ਸੀ ਨੰਬਰ ਬੋਲੋ ਉਹਨਾਂ ਦਾ ਨੰਬਰ, ਨੰਬਰ 98-766-3661। ਹੁਣ ਦੱਸਦਾ ਕਿੱਥੇ ਆ, ਉਹ ਤੁਹਾਡਾ ਬੇੜਾ ਬਹਿ ਜਾ ਦੋਵਾਂ ਦਾ। ਮੈਨੂੰ ਕੁੱਟਣ ਤੋਂ ਬਾਅਦ ਆਪ ਉੱਥੇ ਪਿਕਨਿਕ ਮਨਾਉਣ ਚਲੀਆਂ ਗਈਆਂ। ਪਿਕਨਿਕ ਕਿੱਥੇ? ਗੋਲਡਨ ਟੂਲਿਪ ਹੋਟਲ ਪਤਾਇਆ ਹਿੱਲ। ਛੱਡਿਓ ਨਾ, ਬਦਲਾ ਲੈ ਲਈਓ। ਜੱਟ ਦਾ ਪੁੱਤ ਬਦਲਾ ਲੈ ਕੇ ਮੁੜੂਗਾ ਪੱਪੀ। ਵੈਰੀ ਗੁੱਡ। ਕੰਟਰੋਲ ਹੈਰੀ, ਓਕੇ ਗੈਰੀ, ਡੰਡਾ ਨਾਲ ਲੈਂਦੇ ਜਾਈਓ। ਔਰ ਡੰਡਾ ਲੈ ਜਾਗੇ। ਛੱਡਿਓ ਨਾ, ਮੇਰੇ ਬੋਝ ਬੇੜਾ ਆ ਰਿਹਾ।
दीदी, this is so beautiful. ओ वेख पत्तियां ते पई ओस, सूरज दियां किरणा पैण नाल ऐदा लग रहा है, जिवे हीरे चमक रहे होण. हां जी बोल रहा जी, होटल गोल्डन टिलिप. हां जी परसों ओके. किते 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 ओए आ कुड़ी के देखिया आई शाम जी, मैं ईशा काम नहीं करता, अंदर मैं लंबू, वो इंशाल्लाह ईशा काम करता, जाके मिल जाएगा. चल लंबू. हां जी दसो. लंबू किथे? मैं ही लंबू हां. छोटू लंबू दस किथे? लंबू ओ मैं ही लंबू हां. ओ कद तेरा एड्डा के ना तेरा लंबू. ओ बचपन तो ही मेरी तमन्ना सी भी मैं लंबा होवां, पर राह च रह गई तमन्ना. पर आ दसो तुसी मन्नू की मैं जान देओ? ओ तुहानू कौन नहीं जानदा जनाब, तुहानू पूरा पंजाब जानदा महाराज. एड्डी भी कोई गल नहीं है. ओ कम नाल ही ना हुंदा बाई जी. हां हां ए ता है. अच्छा एक काम ता करो, एना बारे दसो जरा. एड्डा वड्डा होटल है ते ए थोड़ी पता लगदा. लग जू पता. पाजी फर्स्ट फ्लोर 115 नंबर कमरा, कुड़ियां लाल पीलियां टॉप जीना पांदियां ने, गाडर है कुड़ियां पाजी गाडर. आ चको ते फॉलो मी. आजो फिर थानू थोड़ा कमरा दिखावा. चल यार. आया नहीं यार अजे. हेलो मैं इधर है. थानू अपने पैसों की गल तो याद है ना? लिया फिर. चल शाबाश रो जा. चल चलो सजना. रूम सर्विस. कम इन. अब मैडम ब्रेकफास्ट. हाँ रख दो इतने. अब मैं क्या थोड़ी गोदी च रख दिए. ओह माय गॉड. ओह माय गॉड तुसी साडे पीछे पीछे इतने भी आ गए. पर तुसी इतने आए किवें? बाय कार. मैं ट्रांसपोर्ट नहीं पूछी, वजह पूछी है. वजह? थोड़ा प्यार. थोड़े प्यार दी वजह करके सानू करो पछना पिया. की गल थोड़ा रिश्ता भी किते होर कर रहे सी? तू आडे नाल कर रहे सी ता पजियां. अच्छा अच्छा की Now get lost. Out. Get lost. एक मिनट. फोन मारो. Idiots. तेरी तो. ऐदर नू पैसे लुटाई जा रहे हो ते अंदरों तक्के खाई जा रहे हो. आज चक्कर की है? चुप रे. साला गंड हो गया. क्यों पाए? क्यों पाए? क्यों पाए मेरे बूट? जदो तेनु चंगी तरह पता है तेरे पैरों चो मुश्क आउंदा है. क्यों पाए मेरे बूट? जानू तुहाडे बूट तो मैं पाए सी. हाँ तू क्यों मेरे बूटा नू भी गलत आदत पाएगा? तू बिजली दे सेंटर पालिया कर, नाले तेनु करंट मिलदा रहू. उस्ताद जी एओ नी, ए हीरियां दे व्यापारी दा ड्राइवर है. इनू पुछो हीरे किथे है? हीरे मिकू तुहानू किन्ने वारी क्या ठंडे पानी नाल ना नहाया करो, हुण कंब रहे हो. दसो किथे होनी है हीरियां दी डील? छेती दस दे, नहीं तो सारी दी सारियां गोलियां खोपड़ी दे बिच दी कर दूं. होटल गोल्डन ट्यूलिप पता है हिल्स? होटल गोल्डन ट्यूलिप पताया हिल्स. फॉलो मी. चलो चलो. तू मैनू इत्थे क्यों बुलाया?
ਜਦ ਕਿ ਡੀਲ ਤਾਂ ਆਪਣੀ ਗੋਲਡਨ ਟਿਊਲਿਪ ਦੇ ਵਿੱਚ ਹੋਣੀ ਸੀ। ਬਾਈ ਗੋਲਡਨ ਟਿਊਲਿਪ ਕਿਹੜਾ ਦੂਰ ਆ, ਆ ਤਾਂ ਹੈ ਪਤਾਲਾ ਹਿਲ, ਸਾਰਾ 22 ਕਿਲੋਮੀਟਰ ਦੂਰ। ਉਹ ਪਰ ਤੂੰ 22 ਕਿਲੋਮੀਟਰ ਪਹਿਲੇ ਕਿਉਂ ਲੈਂਡ ਕਰਵਾ ਲਿਆ ਮੈਨੂੰ? ਬਾਈ ਜੀ ਟੈਨਸ਼ਨ ਨਾ ਲਓ, ਮੈਂ ਸਾਰਾ ਮਾਮਲਾ ਫਿੱਟ ਕੀਤਾ ਹੋਇਆ। ਓਏ ਟੈਨਸ਼ਨ ਨਾ ਲਵਾਂ, ਤਾਂ ਹੋਰ ਕੀ ਕਰਾਂ ਓਏ, ਹੀਰੇ ਨੇ ਉਹ ਹੀਰੇ ਕੋਈ ਬੰਟੇ ਨਹੀਂ। ਹਾਏ ਹਾਏ, ਜੇ ਹੀਰੇ ਮਿਲ ਗਏ ਇੱਕ ਮੈਨੂੰ ਵੀ ਦੇ ਦਿਓ। ਸਾਲੇ ਤੈਨੂੰ ਵੀ ਲੈ ਦੂੰ ਹੀਰਾ, ਤੈਨੂੰ ਲਵ ਹੀਰਾ ਲੈ ਕੇ ਦਿਓ। ਪਰ ਉਹ ਤੇ ਗਾਉਣ ਵਾਲਾ ਏ। ਹੋਰ ਸਾਲੇ ਤੈਨੂੰ ਮੁਜਰਾ ਕਰਕੇ ਦਿਖਾਊ, ਸਾਲਾ ਬੰਦਾ ਨਾ ਜਨਾਨਾ ਬਲੈਤੀ ਕਰ ਖਾਨਾ। ਜਾਨੂ ਗੁੱਸਾ ਨਾ ਕਰੋ, ਤੁਹਾਨੂੰ ਦਮਾ ਹੋ ਜਾਣਾ। ਠੀਕ ਹੈ ਠੀਕ ਹੈ, ਗੇਮ ਖੇਡ ਰਹੇ ਹੋ? ਬਸ ਗੇਮ ਹੀ ਖੇਡਿਓ, ਕਿਤੇ ਕਾਲ ਨਾ ਕਰ ਲਿਓ, ਆਪਾਂ ਨੂੰ ਰੂਮਿੰਗ ਪੈਂਦੀ ਇੱਥੇ। ਚੰਗਾ ਬਾਈ ਮੈਂ ਚੱਲਦਾ, ਤੁਸੀਂ ਟੈਨਸ਼ਨ ਨਾ ਲਓ, ਮੈਂ ਸਾਰਾ ਮਾਮਲਾ ਫਿੱਟ ਕਰਕੇ ਮਿਲਦਾ। ਚੰਗਾ ਬਾਈ। ਇਹਦੇ ਤੇ ਨਜ਼ਰ ਰੱਖਿਓ ਓਏ, ਮੈਨੂੰ ਇਹਦੀ ਨੀਅਤ ਦੇ ਵਿੱਚ ਡਿਸਪਿਊਟ ਲੱਗਦਾ। ਤੀਤਾ ਬਾਈ ਦੀ ਛੋਟੇ ਯਾਰ, ਕੁੜੀਆਂ ਬਾਹਲਾ ਨਜਾਇਜ ਕਰੀ ਜਾਂਦੀਆਂ ਆਪਣੇ ਨਾਲ। ਹਾਂ ਯਾਰ, ਕੁੜੀਆਂ ਪਿੱਛੇ ਐਵੇਂ ਧੱਕੇ ਖਾਈ ਜਾਂਦੇ ਆ, ਸਾਰਾ ਮੂਡ ਖਰਾਬ ਕਰਤਾ। ਉਹ ਮੂਡ ਤੇਰਾ ਹੁਣੇ ਠੀਕ ਕਰ ਦਿੰਨੇ ਆ, ਉਹ ਲੰਬੂ ਨਹੀਂ ਆ ਉਹ ਛੋਟੂ? ਹਾਂ, ਉਹ ਕਹਿੰਦਾ ਹੋਟਲ ਦੇ ਨਾਲ ਹੀ ਨਾ ਰੰਗਾ ਰੰਗ ਪ੍ਰੋਗਰਾਮ ਚੱਲਦਾ, ਐ ਕਹਿੰਦਾ ਸੀ ਉਹ। ਵਾਹਗੁਰੂ ਵਾਹਗੁਰੂ ਵਾਹਗੁਰੂ, ਚੱਲੀਏ। ਚੱਲ ਵੀ ਉਹ ਕੇ ਤੇਰੇ ਵਾਲ ਵੀ ਉਹ ਕੇ ਨੇ। ਜੋਰੀ ਜਾਂਦਾ ਤੇ ਜੋਰੀ ਕੋਲ ਹੀਰੇ ਵੀ ਬਹੁਤ ਹੋਣਗੇ। ਬਹੁਤ, ਪਰ ਤੁਸੀਂ ਵੀ ਹੀਰੇ ਨਾਲੋਂ ਘੱਟ ਨਹੀਂ। ਪਰ ਮੈਂ ਤਾਂ ਕਦੀ ਹੀਰੇ ਵੇਖੇ ਹੀ ਨਹੀਂ। ਵਿਖਾ ਦਿੰਨੇ ਆ।
एक एक करोड़ रुपए का एक डायमंड है। ये तो नकली ने। प्योर असली है, प्योर असली। जे ये प्योर डायमंड है, ते फिर मैं किया? तुसी ता बहुत। Amazing, beautiful. बहुत मजा आ रहा ना? हाँ दीदी। तुम्हारी प्रॉब्लम की है? क्लाइमेट चेंज हो गया है, थोड़ी जी चीका लग गया है, अदरवाइज तो कोई प्रॉब्लम नहीं है। We don't care, okay? साड़ा खेड़ा छड़ो। ब्याह तो वाला छुट्टी जाना। तो अड्डे जिन्ने बेशरम असी आज तक नहीं देखे। Let's go. So irritating. ते साड़े जिन्ने प्यार करने वाले भी नहीं देखे उन्हें। भाई दी, तेरा तो तुरी एक दुने तड़प रहे हैं। तड़प रहे हैं? तड़प नहीं, दुत्तम दुत्ती। ते आनल देख तू मरा जा। बेबो, हीरे दे दे। ए हीरे मिके देने। चेतना कर, हीरे दे दे। नहीं दवांगी। देख देख, कि ते हरामजादी मुंडे नल जप्फियां ते नहीं पा रही। होर की तैनू पावे, तैनू बड़ी जलन हुंदी आ। ध्यान नाल सुन, की गल्लां करदे ने। ओए दूरबीन नाल सुणिया नहीं जांदा, सिर्फ देखे जांदा हुंदा। तैनू क्या जरा मैं? भाई दी, तेरा तुरी दा दला तुत रहा, लगदा तुई दड़बड़ा। गड़बड़ा है? चल फोन करो कुड़ी नू, छेती कट ला। ओए जल्दी कर हुण छेती। भाई जी तुरी फोन चट दी नी। सालिया चट्टण नू शायद लग्या होया फोन ते, चट दी नी। चट दी मतलब पित नहीं दर्दी। ओए की पित पित लाई है। भाई जी एदा मतलब कुड़ी फोन चक नहीं रही। मैनू लगदा शेरे ने कुड़ी दा कम करता, मैनू साले ते पहले ही शक सी। चलो गड्डी कड्डो, करिए कूच। चलो चलो। ओ नो। लगता किसी ने डोर नॉक किया है, मैं देख दिया। मैंने लगता बेल मार दी, बेहोश हो गई। अंदर ले चल। चलो। ओह माय गॉड, क्या होया? एता मर गई। ओह नो, फटाफट पुलिस को फोन कर दे। पागल हो गई है। पुलिस तो डेड बॉडी बारे की दसंगी है। हाँ, पर मैंनू बहुत डर लग रहा है। घबराना, मैनू सोचन दे। ओ हैप्पी बर्थडे छोटे। थैंक यू भाई। भाई जे आपा इस वक्त घरे होंदे ते डैड वनू किन्ने गिफ्ट देंदे? ओ छोटे, तू दिल छोटा ना कर, तेरा वीर बैठा ना, मैं हुणे गिफ्ट लेके आया। नहीं नहीं भाई, कोई लोड़ नहीं है। ओ तू बैठ ना। कितना ख्याल रखता मेरा भाई। बॉडी तो पैक करती। बाहर देख कोई है तो नहीं? हाँ। कोई नहीं है। यही मौका इन्हां मुंडियां कोलो पिछा छुड़ाउण दा। हाँ। आजा फिर फटाफट। Huh?
ਵੀਰ ਤੇਰੇ ਲਈ ਬਾਈ ਇਹ ਫੁੱਲਾਂ ਦੀ ਕੀ ਕੋਈ ਕਸਰ ਹੈਗੀ ਸੀ ਤੂੰ ਤਾਂ ਇੰਨਾ ਵੱਡਾ ਗਿਫਟ ਦਿੱਤਾ ਮੈਨੂੰ ਉਹ ਗਿਫਟ ਉਹ ਮੈਂ ਕੋਈ ਗਿਫਟ ਨਹੀਂ ਦਿੱਤਾ ਫਿਰ ਕਿਹਨੇ ਸਵੀਟੀ ਹੋਣਾ ਦਿੱਤਾ ਹੋਣਾ ਬਾਈ ਉਹ ਸਾਨੂੰ ਲਿਫਟ ਨਹੀਂ ਦਿੰਦੀਆਂ ਗਿਫਟ ਕੀ ਸਵਾਹ ਦੇਣਗੀਆਂ ਇਹ ਵੀ ਹੈ ਨਾਲੇ ਉਹਨੂੰ ਮੇਰੇ ਬੱਦੇ ਦਾ ਕਿਵੇਂ ਪਤਾ ਕਿਵੇਂ ਪਤਾ ਉਹ ਫੇਸਬੁੱਕ ਉਹ ਫੇਸਬੁੱਕ ਤੇ ਪਤਾ ਲੱਗਿਆ ਹੋਣਾ ਤੂੰ ਖੋਲ ਤਾਂ ਸਹੀ ਨਹੀਂ ਤੂੰ ਗੋਲ ਜੀਦਾ ਵੜੇ ਉਹੀ ਗੋਲ ਨਹੀਂ ਤੂੰ ਗੋਲ ਜੀਦਾ ਵੜੇ ਉਹੀ ਗੋਲ ਨਹੀਂ ਤੂੰ ਗੋਲ ਸਾਡੇ ਖੋਲਦਾ ਕੋਈ ਨਹੀਂ ਚੱਲ ਘਟੇ ਬੋਲਦੇ ਆ ਚੱਲ ਆਈ ਪੁਲਿਸ ਤੂੰ ਘਬਰਾ ਨਾ ਬਾਈ ਕੌਨਫੀਡੈਂਸ ਨਾਲ ਗੱਲ ਕਰੀ ਜਦੋਂ ਆਪਾਂ ਕੁਝ ਕੀਤਾ ਹੀ ਨਹੀਂ ਠੀਕ ਹੈ ਓ ਤੂੰ ਦਰਵਾਜ਼ਾ ਖੋਲਣ ਨੂੰ ਇੰਨਾ ਟਾਈਮ ਉਹ ਅਸੀਂ ਸੁੱਤੇ ਪਏ ਸੀ ਹੈ ਬੂਟ ਪਾ ਕੇ ਲੱਗਦਾ ਕੋਈ ਨਾ ਕੋਈ ਗੜਬੜ ਹੈ ਪਰੋ ਪਰੋ ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਹੈ ਤੈਨੂੰ ਕਿਹਾ ਯਾਰ ਆ ਫੜ ਕੋਈ ਗੜਬੜ ਚੱਲ ਚੱਲ ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਹੈ ਤਾਈਓ ਤਾਂ 500 ਦਿੱਤਾ ਬੰਦਾ ਵੈਰੀ ਗੁੱਡ ਐਕਸਲੈਂਟ ਤੂੰ ਸਹੀ ਪਛਾਣਿਆ ਇਹ ਬੰਦਾ ਹੀ ਆ ਹੈ ਨਹੀਂ ਨਹੀਂ ਸਰ ਮੇਰੇ ਕਹਿਣ ਦਾ ਮਤਲਬ ਹੈ ਬਹੁਤ ਮਸ਼ਹੂਰ ਹੈ ਹਾਂ ਇਹ ਆ ਮੀਕਾ ਬਦਮਾਸ਼ ਸਾਰੀ ਪੁਲਿਸ ਇਹਦੀ ਤਲਾਸ਼ ਕਰਦੀ ਪਈ ਆ ਸਰ ਮੀਕਾ ਬਦਮਾਸ਼ ਓ ਮਾਈ ਗੋਡ ਆਇਓ ਮੇਰੇ ਰੱਬਾ ਆ ਫੋਟੋ ਦੇ ਪਿੱਛੇ ਨੰਬਰ ਲਿਖਿਆ ਜਲਦੀ ਡਾਇਲ ਕਰ ਜਲਦੀ ਵਾਓ ਮਜ਼ਾ ਆ ਗਿਆ ਓਏ ਹੁਣ ਤੈਨੂੰ ਕਹਦਾ ਮਜ਼ਾ ਆ ਗਿਆ ਸਰ ਮੀਕਾ ਬਦਮਾਸ਼ ਸਾਨੂੰ ਮਿਲਣ ਲਈ ਆਏਗਾ ਓਏ ਮੀਕੇ ਬਦਮਾਸ਼ ਦਾ ਨਹੀਂ SHO ਹੁਕਮ ਸਿੰਘ ਦਾ ਨੰਬਰ ਆ ਗਈ ਬੈਲ ਹਾਂ ਸਰ ਬੈਲ ਜਾ ਰਹੀ ਹੈ ਆ ਫੜੀ ਕੋ ਹੈਲੋ ਹੈਲੋ ਕੀ ਅੱਛਾ ਆ ਗਏ ਬਸ ਲੈ ਵੀ ਚਲੋ ਸ਼ੇਰੋ ਸ਼ੇਰ ਜਨਾਬ ਇੱਥੇ ਕੋਈ ਸ਼ੇਰ ਤਾਂ ਹੈ ਨਹੀਂ ਉਹ ਮੇਰਾ ਮਤਲਬ ਹੈ ਛੇਤੀ ਚਲੋ ਆਓ ਚਲੋ ਕਿੰਨੇ ਕਿਹੜੇ ਹੋ ਗਏ 45 ਦਿਮਾਗ ਚੱਲਿਆ ਨਹੀਂ ਫਿਰ ਤੂੰ ਕਾਹਨੂੰ ਚੱਲੀ ਜਾਂਦਾ ਆ ਕੇ ਬਜਾ ਇੱਥੇ ਇਕੱਠੇ ਸੋਚਦੇ ਹਾਂ ਯਾਰ ਸਮਝ ਨਹੀਂ ਲੱਗਦੀ ਇਸ ਲਾਸ ਦਾ ਕੀ ਕਰੀਏ ਹੁਣ ਹੁਣ ਕੌਣ ਹੈ ਯਾਰ ਦੱਸਾਂਗਾ ਪਹਿਲਾਂ ਇਹ ਦੱਸੋ ਕੁੜੀਆਂ ਤੋਂ ਮੇਰੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਹਾਂ ਉਹਨਾਂ ਦੀਆਂ ਲੱਤਾਂ ਤੋੜਤੀਆਂ ਇਹ ਡੰਡਾ ਕਿੱਥੇ ਹੈ ਡੰਡਾ ਵੀ ਦੇ ਦਿਆਂਗੇ ਕੰਮ ਤੇਰਾ ਹੋ ਗਿਆ ਕੰਮ ਹੋ ਗਿਆ ਸ਼ਾਬਾਸ਼ ਮੇਰੇ ਸ਼ੇਰੋ ਯਾਰ ਪੱਪੀ ਅਸੀਂ ਤੇਰਾ ਇੰਨਾ ਵੱਡਾ ਕੰਮ ਕਰਤਾ ਤੂੰ ਸਾਡਾ ਇੱਕ ਨਿੱਕਾ ਜਿਹਾ ਕੰਮ ਕਰ ਓ ਹੁਕਮਕਾਰ ਯਾਰਾ ਦਾ ਯਾਰਾ ਕੰਮ ਦੱਸ ਕੰਮ ਦੱਸ ਬਸ ਆ ਬੈਗ ਟਿਕਾਉਣੇ ਲਾਉਣਾ ਬਸ ਆ ਬੈਗ ਓ ਤੁਹਾਡੇ ਲਈ ਤਾਂ ਮੈਂ 100-200 ਬੈਗ ਟਿਕਾਣੇ ਲਾ ਦਿਆਂ ਵੈਸੇ ਇਹ ਬੈਗ 'ਚ ਹੈ ਕੀ ਓ ਲਾਸ਼ ਹੀ ਹੈ ਲਾਸ਼ ਭਜਣਾ ਕਿਧਰੋਂ ਹੈ ਖੜ ਜਾਓ ਰੁਕੋ ਯੈਸ ਯੈਸ ਓ ਯਾਰ
ਪਤਾ ਨਹੀਂ ਵਿਚਾਰੇ ਆਸ਼ਕਾਂ ਦਾ ਕੀ ਹਾਲ ਹੋ ਰਿਹਾ ਹੋਣਾ। ਜਾਨ ਸੁੱਕੀ ਪਈ ਹੋਣੀ ਹੈ, ਚੱਲ ਕੇ ਦੇਖੀਏ। ਗੱਲ ਸੁਣੋ ਸ਼ੇਰੂ, ਉਹ ਤਾਂ ਰੁਕਿਆ ਵੀ ਨੀ ਜਿਹਨੂੰ ਤੂੰ ਆਵਾਜ਼ਾਂ ਮਾਰਦੇ, ਮੈਨੂੰ ਵੀ ਲਾ ਕੇ ਦੇਖ। ਤੈਨੂੰ ਮੈਂ ਰੋਕਾਂ? ਇਹ ਤਾਂ ਮਿੱਟੇ ਬਦਮਾਸ਼ੀ ਬੇਇੱਜ਼ਤੀ ਹੋ ਰਹੀ ਆ। ਪਹਿਲਾਂ ਤਾਂ ਹੋਈ ਨਹੀਂ ਸੀ, ਹੁਣ ਤੂੰ ਕਹਿਤਾ ਹੈਲੋ ਤੁਸੀਂ ਤੁਹਾਡਾ ਪਿਆਰ ਖਿੱਚ ਲਿਆ ਆ, ਬੜੇ ਗਲਤ ਟਾਈਮ ਤੇ ਖਿੱਚ ਲਿਆ। ਗੈਰੀ ਜੀ ਕਿੱਥੇ ਨੇ? ਗੈਰੀ 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 ਪਾਠ ਕਰ ਰਿਹਾ। ਓਹ ਪਾਠ, ਆਈ ਲਵ ਪਾਠ। ਸਤਨਾਮ 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 ਜੀ, ਵਾਹਿਗੁਰੂ 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 ਜੀ। ਪਰ ਤੁਸੀਂ ਇੱਥੇ ਕਿੱਥੇ? ਤੁਹਾਡੇ ਨਾਲ ਗੱਲਾਂ ਕਰਨ ਨੂੰ ਦਿਲ ਕਰ ਰਿਹਾ ਸੀ। ਤੇ ਫੇਰ ਕਰ ਲਾਂਗੇ, ਹੁਣੇ ਹੀ ਕਰਦੇ ਆ ਨਾ। ਫੇਰ ਕਰ ਲਾਂਗੇ ਪਲੀਜ਼। ਓਹ ਹੈਰੀ, ਦੇਖੋ ਇਦਾਂ ਨਾ ਕਰੋ ਪਲੀਜ਼। ਓਹ ਹੈਰੀ, ਰੱਬ ਕਰਕੇ ਛੱਡ ਦਿਓ ਪਲੀਜ਼। ਯਾਰ ਲਾਸ਼ ਨੂੰ ਫਟਾਫਟ ਕਿਤੇ ਟਿਕਾਣੇ ਲਾਈਏ। ਗੈਰੀ, ਮੈਨੂੰ ਲੱਗਦਾ ਇਸ ਬੈਗ ਤੇ ਸਾਰਿਆਂ ਨੂੰ ਸ਼ੱਕ ਹੋ ਗਿਆ ਯਾਰ। ਫੇਰ ਕਿੱਦਾਂ ਕਰੀਏ? ਉਹ ਤੈਨੂੰ ਮੈਂ ਦੱਸਦਾ। ਪਿਆਰ ਹੋ ਰਿਹਾ ਹੈ, ਇਹਦਾ ਹਸਬੈਂਡ ਤੂੰ ਕੀ ਲੈਣਾ? ਤੇ ਤੁਸੀਂ? ਮੈਂ ਖਾਮਖਾ। ਓਹ ਨਾਈਸ ਟੂ ਮੀਟ ਯੂ ਬ੍ਰਦਰ, ਆਈ ਐਮ ਆਲਸੋ ਖਾਮਖਾ। ਓਕੇ ਬਾਏ, ਇੰਜੋਏ। ਪਰ ਉੱਚਾ ਸ਼ੁਰੂ। ਓ ਮੈਂ ਮਸਾ ਮਸਾ ਬਿਨਾਂ ਭੱਜਣ ਨੱਠਣ ਤੋਂ ਆ ਸਿਹਤ ਬਣਾਈ ਸੀ, ਪਰ ਤੂੰ ਮੇਰੀ ਸਿਹਤ ਦਾ ਦੁਸ਼ਮਣ ਕਿਉਂ ਬਣਿਆ? ਕਿਉਂ ਬਣਿਆ? ਕਿਉਂ ਬਣਿਆ? ਪਾਸੇ ਟੋਏ ਸਾਲਾ ਬੰਦਾ ਨਾ ਜਨਾਨਾ ਬਲੈਟੀ ਕਰ ਖਾਨਾ। ਬਾਈ ਗਲਤੀ ਹੋ ਗਈ, ਮਾਫ ਕਰ ਦੇ। ਓਏ ਤੂੰ ਕੋਈ ਚੇਨੀ ਨਹੀਂ ਚੁਰਾਈ, ਬੰਦਾ ਮਾਰਿਆ ਮੱਖਣਾ, ਬੰਦਾ ਕੁੜੀ ਕੁੜੀ ਮਾਰੀ ਹੈ। ਸਿੱਧੀ ਤੇਰਾ ਦੱਸ ਦੇ, ਹੀਰੇ ਕਿੱਥੇ ਹੈ ਦੱਸ ਦੇ। ਹੀਰੇ ਬਾਈ, ਹੀਰੇ ਬਾਈ ਬੇਬੋ ਕੋਲ ਆ ਬਾਈ। ਬੇਬੋ ਕੋਲ? ਪਰ ਉਹ ਤਾਂ ਤੂੰ ਮਾਰ ਦਿੱਤੀ। ਉਹ ਤਾਂ ਬਾਈ ਪਿਆਰ ਪਿਆਰ ਚ ਮਰ ਗਈ ਬਾਈ, ਪਿਆਰ ਪਿਆਰ ਚ ਮਰ ਗਈ। ਪਿਆਰ ਪਿਆਰ ਚ ਮਰ ਗਈ? ਲਾਸ਼ ਕਿੱਥੇ ਹੈ? ਲਾਸ਼ ਕਿੱਥੇ ਹੈ? ਲਾਸ਼ ਲਾਸ਼ ਬਾਈ, ਉਹ ਤਾਂ ਬਾਈ 115 ਨੰਬਰ ਰੂਮ ਚ। ਲੈ ਫਿਰ ਹੁਣ ਤੂੰ ਵੀ ਮਰਨ ਲਈ ਤਿਆਰ ਹੋ ਜਾ, ਤੇ ਤੁਸੀਂ ਵੀ ਫਸਣ ਲਈ ਤਿਆਰ ਹੋ ਜਾਓ। ਕਿਉਂ? ਜੇ ਮਰ ਗਿਆ ਤੁਹਾਨੂੰ ਜੇਲ ਹੋ ਜਾਓ, ਮੇਰਾ ਕੀ ਬਣੂ? ਮੇਰਾ ਕੀ ਬਣੂ? ਬਿਨਾਂ ਤਰਾ ਤੋਂ ਦੁਲੀ ਚਲਾਓ ਦੇ ਤਾਂ ਫਤੋ ਦੇ ਫਤੋ ਦੇ। ਓਏ ਸੱਲਾਂ ਸਰ, ਤੇਰੇ ਪਿਓ ਦੇ ਵਿੱਚ ਹੀ ਹੁੰਦਾ ਮੂਰਖਾ। ਇੱਕ ਵਾਰੀ ਮਾਫ ਕਰ ਦੋ ਬਾਈ, ਗਲਤੀ ਹੋ ਗਈ। ਓਏ ਸਾਡੀ ਤਾਂ ਕਦੇ ਮਾਸਟਰ ਨੇ ਫੀਸ ਵੀ ਮਾਫ ਨਹੀਂ ਕਰੀ। ਓਏ ਅਸੀਂ ਤੇਰੀ ਗਲਤੀ ਕਿਵੇਂ ਮਾਫ ਕਰ ਦਈਏ? ਇੱਕ ਵਾਰੀ ਮਾਫ ਕਰ ਦੋ ਬਾਈ ਜੀ, ਇੱਕ ਵਾਰ। ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗਾ। ਅੱਛਾ, ਜੋ ਕਹੂੰਗਾ ਕਰੇਗਾ? ਹਾਂਜੀ। ਲੈ ਫਿਰ ਗੋਲੀ ਖਾ। ਲਾਸ਼ ਨੂੰ ਟਿਕਾਣੇ ਲਾਓ। ਚਲੋ ਚਲੋ ਛੇਤੀ ਚਲੋ। ਮੀਕਾ ਮੀਕਾ ਮੀਕਾ। ਪ੍ਰੀਤੀ, ਵੈਸੇ ਇਹ ਦੋਨੋਂ ਡੈਡ ਬਾਡੀ ਦਾ ਕਰਨਗੇ ਕੀ? ਫਿਲਹਾਲ ਤਾਂ ਵਿਚਾਰੇ ਡੈਡ ਬਾਡੀ ਦੀਆਂ ਮਿੰਨਤਾਂ ਕਰਦੇ ਹੋਣਗੇ। ਪਲੀਜ਼ ਸਾਡੇ ਗਲੋਂ ਲੈ ਜਾਓ। ਕਮ ਇਨ।
हेलो तू है कौन भाई जी भाई जी ने पूछ कितने जाना नहीं तू पूछ भाई जी कितने जाना कोई रिस्पांस नहीं आता वो सुने नहीं होना फिर पूछ पूछ भाई जी कितने जाना बोलता नहीं थोड़ी उच्ची थोड़ी भाई जी कितने जाना थोड़ी और उच्ची भाई जी कितने जाना ओ भाई जी भाई जी ओ भाई जी भाई जी साला कैसे बंद हो गया अरे फिर दारू पी के आया क्या पूरे कमरे में बदबू फैला डाला हाँ पिया है दारू थोड़ा पता तो लगना चाहिए ना वैसे भी इश्क और मुश्क छुपाए नहीं छुपते मुश्क मुझ में से आ रही है और इश्क मैं तुमको करूंगा अरे हट खबरदार जो मुझको हाथ लगाया तो ए क्या साला करंट मारेगी क्या हाँ मारूंगी बराबर मारे रजू डालिंग थोड़ा मेरे को प्यार करो ना हट परे कितना बदबू आ रहा है तेरे से चल पहले नहा के आ साला पागल कहीं का आए नहा के प्यार करने का कोई और मजा क्या ओके रजू डालिंग मैं अभी नहा के आता हूँ तुसी जादू कर दे हो ना जादू भी कर दा ते इलाज भी कर दा मेरा कर दो सिर बहुत दुख रहा है ले फिर खा गोली ऐ कि मैं दीदी गोली खा लू हाले तो दीदी ने कुछ खादा भी नहीं होना हाँ साला तन्नू बड़ा फिकर है दीदियों दा पर तुसी हो कौन साडे लुट के लगी हीरे नी हुण सानू कौन आख दी तुहाडी हीर मैं नहीं ओ तुहाडे पीछे खड़ी है मैं हीर दी नी हीरे दी गल करदा उस्तादी माल 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 उस्तादी माल साला मैनू नहीं दिसदा माल कुड़ियां नु एदा नहीं बोलीदा मतलब दी गल करो इन्हां नु पुछो हीरे किथे ने ती पता हीरे ना तोले ना होन ओए हीरे तोलेया च नहीं गिणती विच होंदे ने तोले 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 हीरे नु मारो गोली डेड बॉडी किथे है असी पागल हो जावांगी आ कदे हीरे पुछदा है कदे डेड बॉडी पूछदा तेरा दिमाग तो ठीक है ना दिमाग तो मैनू कभी भगवंत मान दिया ओ सतरा याद आंदियां ने ओ जदों दूरी सी तेरी डोली नी मैं दारू दी बोतल खोली नी ते मोटा जा पैग लाया सी हाय लाया तेरे ब्याह विच मेरे होण दिए मैं वेटर बन के आया सी तेरे ब्याह विच मेरे होण दिए मैं वेटर बन के आया सीधी तरह दस दो हीरे कित्थे है जे मैनू गुस्सा चढ़ गया ना तो मैनू दमा हो जांदा सीधी तरह दस दो हीरे कित्थे है छेती छेती है अब आएगा रजू डालने को मुझसे खुशबू आएगा नहाने का मजा रजू डार्लिंग क्या गिरा रे रजू डार्लिंग साला बहुत भारा सी यार बंदा सी गेंडा ओए आ गई तू बॉडी किथे ओए लड्डा उन फसांगे चल भजी फिर चल 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 आई रजू अरे मैं उधर रजू इधर खुल्ला मखुल्ला प्यार करेंगे हम दोनों अब इस दुनिया से नहीं डरेंगे हम दोनों बहुत बड़ी मुसीबत गलों लगी सही गल है यार सच्ची हुन कोड़े बेच के सोवांगे हाँ यार You were so haseen, so haseen, so haseen, suni. You were so haseen, so haseen, so haseen, suni. Tu mere dil di, mere dil di, mere dil di queen, suni. You were
सूरत तेरी जादू कर गई सेम टू सेम जानवर भी सूरत तेरी जादू कर गई तू की आई लाइफ च मेरी दिल दी खाली था पर गई इशारे ते कम ना कोई होर करा ओ, एक तेरी ही खातिर मैं यारा नू इग्नोर करा चला तेरे इशारे ते कम ना कोई होर करा लाती जनाब की गल बरात चली गई बरात केड़ी बरात जनाब मी केड़ी वो तो उत्ते है उत्ते 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 ओए हुक्मा हुक्मा फॉलो मी जनाब शुक्र है तुसी आ गए चलो मेरे नाल चाह पानी कदे फेर सही ओ जनाब मैं चाह पानी दी नी गल कर रहा जेड़े कमरे चो मेरे हीरे चोरी होए है ओथे जान नु कह रहा जनाब चलो ओथे भी चलांगे पहला असि पूरे होटल दी तहकीकात तक कर लिए चुनु मुनु जी जनाब सारे होटल नु फटाफट घेरा पा लो जनाब बंदे तां आपां पंज ही आ ओ अच्छा हां फिर ऐ करो फटाफट फार्मूला नंबर 6 अप्लाई करो जिप्सी च भर्तियां पईयां ने बेटरा बूटरा नु पा के फोर्स पूरी करो जी जनाब अज किसे भी हालत च मीका बचना नहीं चाहिदा अरे फटाफट देख रेस्टोरेंट में कोई है तो ना ही अरे मुंह है तेरे को चाय के पड़ी है पहले लाश को तो ठिकाने लगा दे अरे मैं रेस्टोरेंट में इस टाइम चाय थोड़े ना पीने आया हूँ लाश को ठिकाने लगाना है इस टाइम रेस्टोरेंट में कोई नहीं हुआ था चलो ना अरे जल्दी, जल्दी चल अरे अरे कोई देखा तो नहीं क्या जल्दी चल अरे बाबा बाबा कोई देखेगा तो जान फंडे में पड़ जाएगा नी जल्दी करो भागो इधर से आओ ना देखो कोई पीछे तो नहीं देख रहा अच्छा तो हुण तुहानू नहीं पता लाश किथे है नहीं देख लो एदे विच नौ गोलियां पैंदियां नौ नौ ही पैंदियां ने धक्का तां आपां कर नहीं सकदे पिस्तौल नाल तां धक्का नहीं कर सकदे पर मैं तो तक कर सकता दसो कि लाश असी तो लाश इन्हों कमरे दे बाहर रखी सी ते लाश सैर करन बाहर चली गई सानू की पता पर लाश नू लेके बाहर गई सी है? अच्छा ता तुसी सानू फसाउन ली साडे कमरे च लाश रखी सी हां जी रखी सी फटाफट दस दो लाश किथे है नहीं तो खोपड़ी का समान बाहर आउंदिया देर नहीं लगनी लाश हां टेरेस ते टेरेस ते
ਟੈਰਸ ਤੇ ਸਨ ਬਾਤ ਕਰ ਰਹੀ ਹੈ ਲਾਸ਼ ਚਲੋ ਟੈਰਸ ਤੇ ਚਲੀਏ ਮਿੱਕੂ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਉਹ ਨਹੀਂ ਮਾਈ ਡਾਰਲਿੰਗ ਤੂੰ ਸਨਸਕ੍ਰੀਮ ਨਹੀਂ ਨਾ ਲਾਈ ਧੁੱਪ ਚ ਰੰਗ ਤੇਰਾ ਕਾਲਾ ਹੋ ਜਾਊਗਾ ਮੈਂ ਨਹੀਂ ਚਾਹੁੰਦਾ ਮੇਰੀ ਬਿਜਲੀ ਦੀ ਚਮਕ ਫਿੱਕੀ ਪਵੇ ਚਲੋ ਚਲੀਏ ਟੈਰਸ ਤੇ ਹਾਂ ਠੀਕ ਹੈ ਯਾਰ ਆ ਪਪੀ ਲੈਣੀ ਦੀ ਸ਼ਕਲ ਦਾ ਬੰਦਾ ਦੇਖਿਆ ਕਿਤੇ ਤੁਸੀਂ ਦੱਸੋ ਕੀ ਗੱਲ ਹੋ ਗਈ ਅੱਛਾ ਪਹਿਲਾਂ ਤੈਨੂੰ ਮੈਂ ਗੱਲ ਦੱਸਾਂ ਫੇਰ ਤੂੰ ਮੈਨੂੰ ਦੱਸੇਗਾ ਵੀ ਬੰਦਾ ਕਿੱਥੇ ਆ ਹੈ ਸਾਲਿਓ ਫਟਾਫਟ ਦੱਸੋ ਚਪੇੜਾਂ ਤਾਂ ਨਹੀਂ ਖਾਣੀ ਕਿਤੇ ਤੁਸੀਂ ਇੱਧਰ ਗਿਆ ਜੀ ਅੱਧਾ ਤਾਂ ਕਰਕੇ ਤਾਂ ਨਹੀਂ ਭੇਜਤਾ ਦੋਨੇ ਪਾਸੇ ਸਾਲੇ ਇੱਧਰ ਦੇ ਫਟਾਫਟ ਦੱਸੋ ਬੰਦਾ ਕਿੱਥੇ ਆ ਓਏ ਇੱਧਰ ਗਿਆ ਜੀ ਪੱਕਾ ਇੱਧਰ ਗਿਆ ਹਾਂਜੀ ਇੱਧਰ ਗਿਆ ਆਓ ਫਟਾਫਟ ਚੱਕ ਲਓ ਅੱਜ ਨਹੀਂ ਛੱਡਣਾ ਇੱਕ ਕਲਾਕਾਰ ਹੀ ਕਲਾਕਾਰ ਦੀ ਕਦਰ ਜਾਣ ਸਕਦਾ ਹੈ ਕੀ ਮੈਂ ਬੈਠ ਜਾਵਾਂ ਚਲੋ ਬੈਠ ਹੀ ਜਾਣਾ ਥੈਂਕ ਯੂ ਸੋ ਮਚ ਮੂਡ ਠੀਕ ਨਹੀਂ ਲੱਗ ਰਿਹਾ ਚਲੋ ਆਪਾਂ ਡਾਂਸ ਕਰਦੇ ਹਾਂ ਨਾਲੇ ਮੂਡ ਵੀ ਠੀਕ ਹੋ ਜਾਏਗਾ ਇੰਨੀ ਛੇਤੀ ਬਣ ਗਈ ਹੈਲੋ ਮੈਂ ਕਿਹਾ ਹੈਲੋ ਹੈਲੋ ਲਾ ਲਾ ਕੀ ਹੋਇਆ ਉਹ ਕੀ ਹੋਇਆ ਸਰ ਰੋਲਾ ਨਾ ਪਾਓ ਰੋਲਾ ਨਾ ਪਾਓ ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤੇ ਆਪਣੀ ਕੇਅਰ ਨਹੀਂ ਠੀਕ ਹੈ ਸਰ ਠੀਕ ਹੈ ਜੀ ਓ ਹੈਲੋ ਕਿੱਥੇ ਆ ਉਹ ਕੌਣ ਉਹੀ ਉਹੀ ਕੌਣ ਮੀਕਾ ਮੀਕਾ ਕੌਣ ਜਨਾਬ ਜਨਾਬ ਮੀਕਾ ਬਦਮਾਸ਼ ਮੀਕਾ ਬਦਮਾਸ਼ ਮੀਕਾ ਬਦਮਾਸ਼ ਜਿਹਨੂੰ ਲੱਭਦੇ ਸੀ ਇੱਥੇ ਆਇਆ ਜਨਾਬ ਉਹ ਤਾਂ ਬਸ ਇੱਕੋ ਵਾਰੀ ਨਜ਼ਰ ਆਇਆ ਉਸ ਤੋਂ ਬਾਅਦ ਤਾਂ ਜਨਾਬ ਉਹਦੇ ਦਰਸ਼ਨ ਹੀ ਨਹੀਂ ਹੋਏ ਦਰਸ਼ਨਾਂ ਨੂੰ ਸਾਲਿਆ ਸੰਤ ਹੈ ਉਹ ਕੋਈ ਗੱਲ ਨਹੀਂ ਹੁਕਮ ਦੇ ਡਰ ਤੋਂ ਕਿਤੇ ਲੁਕਦਾ ਫਿਰਦਾ ਹੋਣਾ ਪਰ ਸ਼ਾਇਦ ਉਹਨੂੰ ਇਹ ਨਹੀਂ ਪਤਾ ਵੀ ਮੈਂ ਤਾਂ ਬੜਾ 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 ਜ਼ਿਆਦਾ ਕੱਬਾ ਸਵਾਹ ਚੱਕੀ ਫਿਰਦਾ ਕੋਈ ਗੱਲ ਨਹੀਂ ਆਖਿਰਕਾਰ ਲੱਭ ਤਾਂ ਮੈਂ ਲੈਣਾ ਹੀ ਹੈ ਆਓ ਏ ਬਾਲ ਬਾਲ ਬਚ ਗਏ ਲਾਸ਼ ਨੂੰ ਟਿਕਾਣੇ ਲਓ ਜਲਦੀ ਜਲਦੀ ਕਰੋ ਜੀ ਸਰ ਜੀ ਸਰ ਸੰਭਾਲ ਕੇ ਅਰੇ ਆ ਬਈ ਇਤਨੇ ਪਰੇਸ਼ਾਨ ਕਿਉਂ ਹੋ ਅਰੇ ਮੈਂ ਇਸ ਲਈ ਪਰੇਸ਼ਾਨ ਹੂੰ ਮੈਂ ਇਤਨੀ ਦੇਰ ਲਾਸ਼ ਕੇ ਸਾਥ ਹੀ ਪਿਆਰ ਕਰਤਾ ਰਹਾ ਅਰੇ ਦਾਰੂ ਕੇ ਨਸ਼ੇ ਮੇਂ ਤੁਮੇ ਕੁਛ ਪਤਾ ਨਹੀਂ ਚਲਾ ਚਲੋ ਆਪ ਹਮ ਦੋਨੋ ਚਲਤੇ ਨਾ 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 ਮੈਂ ਨਹੀਂ ਜਾਣਾ ਵਾਲਾ ਅਜਾ ਅਰੇ ਚੱਲ ਨਾ ਵਹਾਂ ਪੇ ਹਮ ਦੋਨੋ ਨਹਾਏਂਗੇ ਔਰ ਮੈਸ ਕਰੇਂਗੇ ਔਰ ਤੂੰ ਮੇਰੇ ਕੋ ਸਾਬਨ ਲਗਾਣਾ ਮੈਂ ਤੇਰੇ ਕੋ ਓਏ ਛੇਤੀ ਤੇਰੇ ਦੱਸੋ ਲਾਸ਼ ਕਿੱਥੇ ਆ ਓਏ ਐਡੀ ਲੰਬੀ ਲਾਸ਼ ਨਹੀਂ ਐਡੀ ਇੱਕ ਲਾਸ਼ ਬਾਤ ਪਈ ਐ ਓਏ ਮੈਨੂੰ ਕੁੜੀ ਦੀ ਲਾਸ਼ ਚਾਹੀਦੀ ਆ ਉਹ ਕਮਾਲ ਕਰਦੇ ਹੋ ਭਾਜੀ ਹੁਣ ਤਾਂ ਲਾਸ਼ ਵੈਰਾਈਟੀ ਚਾਹੀਦੀ ਆ ਆਹ ਤਾਂ ਪਈ ਐ ਉਹ ਮੈਨੂੰ ਕੁੜੀ ਦੀ ਡੈਡ ਬੋਡੀ ਚਾਹੀਦੀ ਐ ਦੱਸੋ ਇਹਨਾਂ ਨੂੰ ਜਦੋਂ ਮੈਨੂੰ ਗੁੱਸਾ ਚੜਦਾ ਨਾ ਤਾਂ ਮੈਨੂੰ ਦਬਾ ਹੋ ਜਾਂਦਾ ਤੁਸੀਂ ਕੰਮ ਕਰੋ ਇਹਨਾਂ ਦੋਵਾਂ ਚ ਦੇਖ ਲਓ ਹਾਂ ਸਰ ਇਹ ਜਾਨ ਬੁੱਝ ਕੇ ਤੁਹਾਡਾ ਟਾਈਮ ਖਰਾਬ ਕਰ ਰਹੇ ਨੇ ਓਏ ਮੇਰਾ ਤਾਂ ਪਹਿਲੇ ਹੀ ਟਾਈਮ ਬੜਾ ਖਰਾਬ ਹੋ ਚੁੱਕਿਆ ਹੈ ਸਰ ਇਹਨਾਂ ਦੀ ਵਜ੍ਹਾ ਨਾਲ ਤੁਹਾਡਾ ਟਾਈਮ ਖਰਾਬ ਹੋਇਆ ਕੁੜੀ ਦੀ ਲਾਸ਼ ਕਿੱਥੇ ਹੈ ਪੁੱਛੋ ਇਹਨਾਂ ਨੂੰ ਪੁੱਛੋ ਕੀ ਪੁੱਛੋ ਜਾਂ ਸਾਨੂੰ ਕੁਝ ਪਤਾ ਹੀ ਨਹੀਂ ਦੱਸੋ ਲਾਸ਼ ਕਿੱਥੇ ਹੈ ਜੇ ਤੁਹਾਨੂੰ ਪਤਾ ਹੀ ਨਹੀਂ ਤੇ ਸਾਰਿਆਂ ਨੂੰ ਟੈਰੇਸ ਤੇ ਕਿਉਂ ਲੈ ਕੇ ਆਏ ਮੈਂ ਤੁਹਾਨੂੰ ਦੱਸਦਾ ਅਸੀਂ ਲਾਸ਼ ਇੱਥੇ ਲੈ ਕੇ ਆਏ ਸੀ ਅਸੀਂ ਲਾਸ਼ ਇੱਥੇ ਹੀ ਰੱਖੀ ਸੀ ਉਹ ਕਿੱਥੇ ਚਲੀ ਗਈ ਸਾਨੂੰ ਕੁਝ ਨਹੀਂ ਪਤਾ ਰੱਬਾ ਰੱਬ ਦੀ ਓੜੀ ਨੂੰ ਕੌਣ ਡਾਲ ਸਕਦਾ ਮੇਰੀ ਭੂਆ ਦੀ ਕੁੜੀ ਸੀ ਉਹ ਸਿੱਧੀ ਤਰ੍ਹਾਂ ਦੱਸੋ ਲਾਸ਼ ਗਿਰੀ ਤਾਂ ਗਿਰੀ ਕਿਵੇਂ ਉਹ ਮੈਂ ਦੱਸਦਾ ਕਿੱਦਾਂ ਗਿਰੀ ਅਸੀਂ ਏਦਾਂ ਲਾਸ਼ ਨੂੰ ਚੱਕਿਆ ਅੱਛਾ ਏਦਾਂ ਘੜੀਸ ਕੇ ਇੱਥੇ ਲੈ ਕੇ ਆਏ ਇੱਥੇ ਰੱਖੀ ਤੇ ਐਵੇਂ ਉਹਨੂੰ ਬਿਠਾਇਆ ਲਾਸ਼ ਰੱਖੀ ਪਿੱਛੇ ਮੁੜੇ ਤੇ ਲਾਸ਼ ਗਾਇਬ ਫਿਰ ਕੀ ਹੋਇਆ ਫਿਰ ਤੁਹਾਨੂੰ ਮੈਂ ਦੱਸਦਾ ਮੈਂ ਬਾਲ ਸੈੱਟ ਕੀਤੇ ਫਿਰ ਮੈਂ ਆਪਣੀ ਜੈਕਟ ਲਾਈ ਫਿਰ ਮੈਂ ਟਾਈਮ ਦੇਖਿਆ ਫਿਰ ਮੈਂ ਦੁਬਾਰਾ ਟਾਈਮ ਦੇਖਿਆ ਫਿਰ ਸਿੱਧਾ ਹੱਥ ਫੜੇ ਫਿਰ ਅਸੀਂ ਹੱਥ ਫੜੇ ਠੀਕ ਹੈ ਠੀਕ ਹੈ ਵਾਪਸ ਆ ਜਾਓ ਬਾਈ ਉਹਨਾਂ ਨੇ ਦੀ ਵਾਪਸ ਹੋਣਾ ਉਹ ਤਾਂ ਭੱਜੇ ਭੱਜੇ ਸਾਲਿਓ ਪਿੱਛਾ ਕਰੋ
अभी नहीं ना ना रे बाबा मेरे को डर लगता है रे बाबा मेरे को चु 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 तुसी हाँ जी किधर ओ साडे पीछे बदमाश पे है बदमाश तो पीछे पैनी है इना कीमती सामान जो नाल चक्की फिरदे हो की मतलब मेरा मतलब मोबाइल घड़ियां वगैरह तुहाडे कोल हैगी ने बदमाश पीछे पैई जांदे इंस्पेक्टर साहब बदमाश सामान करके नहीं इन्ना करके साडे पीछे पए ने साडा जीना हराम हो गया इंस्पेक्टर साहब नहीं नहीं इन्ना पीछे बदमाश नहीं पै सकदे इन्ना पीछे तां मीका ही पै सकदा ओई हां किथे मीका ओ तू टेरेस ते अज जे ओनू मैं टेरेस तो थल्ले तक घड़ीसदा ना लेके आया ना तां मेरा नाम भी हुकम सिंह नहीं आलो शेरो ਡੰਡਾ ਕਿੱਥੇ ਹੈ ਪੱਪੀ ਤੂੰ ਇੱਥੇ ਹਾਂ ਮੈਂ ਇਹ ਵੇਖਣ ਆਇਆ ਕਿ ਤੁਸੀਂ ਇਹਨਾਂ ਕੁੜੀਆਂ ਕੋਲੋਂ ਮੇਰਾ ਬਦਲਾ ਲੈ ਰਹੇ ਹੋ ਕਿ ਨਹੀਂ ਡੰਡਾ ਕਿੱਥੇ ਹੈ ਤੂੰ ਤਾਂ ਉਹੀ ਹੈ ਨਾ ਜਿਹੜਾ ਸਾਡੇ ਘਰ ਰਿਸ਼ਤਾ ਲੈ ਕੇ ਆਇਆ ਸੀ ਤਾਂ ਤੁਸੀਂ ਕਿਹੜਾ ਦੇਤਾ ਸੀ ਕੁੱਤੇ ਵਾਂਗੂ ਕੁੱਟਿਆ ਸੀ ਤੇ ਨਾਲੇ ਕੁੱਟਵਾਇਆ ਸੀ ਇਸੇ ਕਰਕੇ ਮੈਂ ਇਹਨਾਂ ਦੋਵਾਂ ਦੋਸਤਾਂ ਨੂੰ ਤੁਹਾਡੇ ਮਗਰ ਲਾਇਆ ਸੀ ਡੰਡਾ ਕਿੱਥੇ ਹੈ ਕਿਹੜਾ ਡੰਡਾ ਡੰਡਾ ਮੈਂ ਦਿੱਤਾ ਸੀ ਇਹਨਾਂ ਦੋਵਾਂ ਨੂੰ ਤੁਹਾਨੂੰ ਕੁੱਟਣ ਦੇ ਲਈ ਤੇ ਨਾਲੇ ਇਹ ਵੀ ਕਿਹਾ ਸੀ ਕੁੜੀਆਂ ਵੇਖ ਕੇ ਤਰਸ ਨਾ ਖਾਇਓ ਜਿੱਥੇ ਪੈਂਦਾ ਭੈਣ ਜਾਇਓ ਜਿੱਥੇ ਪੈਂਦਾ ਭੈਣ ਜਾਇਓ ਉਹ ਡੰਡਾ ਕਿੱਥੇ ਕੀ ਬਕਵਾਸ ਕਰੇ ਪੱਪੀ ਆ ਓਏ ਵੈਸੇ ਕੁੜੀਆਂ ਸਾਹਮਣੇ ਮੈਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਜਿਹੜੀ ਗੱਲ ਸੱਚ ਆ ਉਹ ਤਾਂ ਸੱਚ ਆ ਜੀ ਸੱਚ ਇਹਨਾਂ ਪਾਗਲ ਹੋ ਗਿਆ ਇਹਨਾਂ ਵੀ ਪਾਗਲ ਨਹੀਂ ਹੈ ਵਿਚਾਰ ਤੇ ਕੁੱਟ ਜਿਆਦਾ ਪੈ ਗਈ ਨਾ ਥੋੜਾ ਮੈਂਟਲੀ ਅਪਸੈਟ ਹੋ ਗਿਆ ਤੁਸੀਂ ਦੋਨੋਂ ਗਿਰੇ ਹੋ ਇਨਸਾਨੋ ਇਹ ਤੇ ਸਾਨੂੰ ਪਤਾ ਸੀ ਪਰ ਇੰਨੇ ਘਟੀਆ ਵੀ ਹੋ ਇਹ ਅੱਜ ਪਤਾ ਲੱਗਿਆ ਉਹ ਕਈ ਵਾਰੀ ਨਾ ਅੱਖੀ ਦੇ ਕਿਤੇ ਕੰਨੀ ਦੁਨੀ ਗੱਲ ਵੀ ਛੁੱਟੀ ਆਉਂਦੀ ਹੈ ਹੋ ਜਾਂਦੀ ਹੈ ਪਰ ਤੁਹਾਡੇ ਵਰਗੇ ਝੂਠਿਆਂ ਦੀਆਂ ਸਾਰੀਆਂ ਗੱਲਾਂ ਹੀ ਝੂਠੀਆਂ ਨੇ ਚੱਲ ਸਵੀਟੀ ਓ ਪ੍ਰੀਤੀ ਓ ਸਵੀਟੀ ਓ ਪ੍ਰੀਤੀ ਓ ਸਵੀਟੀ ਓ ਯਾਰ ਡੰਡਾ ਕਿੱਥੇ ਹੈ ਦੇ ਲੈ ਲੋ ਡੰਡਾ ਬੜੀ ਭਾਰੀ ਆ ਯਾਰ ਰੱਖ ਇੱਥੇ ਉਹ ਦੇਖ 0003 ਮੈਨੂੰ ਲੱਗਦਾ ਡਿੱਗੀ ਖੁੱਲੀ ਆ ਹਾਂ ਹਾਂ ਮੈਂ ਚੱਲ ਦੇਖ ਕੇ ਆ ਜਾ ਫਟਾਫਟ ਓਕੇ ਚੱਲ ਚੱਲ ਛੇਤੀ ਚੱਲ ਛੇਤੀ ਸ਼ਮਸ਼ੇਰ ਤੈਨੂੰ ਪੱਕਾ ਪਤਾ ਮੁੰਡੇ ਇਸੇ ਹੋਟਲ 'ਚ ਹੈ ਕ੍ਰੈਡਿਟ ਕਾਰਡ ਤਾਂ ਇਸੇ ਹੋਟਲ 'ਚ ਸਵਾਈਪ ਹੋ ਰਿਹਾ ਕਿੰਨੇ ਕੁ ਦਾ ਕੁੰਡਾ ਕਰ ਚੁੱਕੇ ਆ ਹੁਣ ਤੱਕ ਜਿੰਨੇ ਦਾ ਮਰਜ਼ੀ ਕਰ ਲੈਣ ਸ਼ਮਸ਼ੇਰ ਨੇ ਸਭ ਵਸੂਲ ਕਰ ਲੈਣੇ ਆ ਦਾਜ ਲੈ ਕੇ ਦਾਜ ਕਿਨੇ ਦੇਣਾ ਹੈ ਨਾ ਲਫੰਡਰਾਂ ਨੂੰ ਮੇਰਾ ਖਿਆਲ ਹੈ ਇਹਨਾਂ ਨੂੰ ਕਬਾੜ ਦੇ ਭਾਅ ਨਹੀਂ ਚੱਕਣਾ ਕਿਸੇ ਨੇ ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਰੱਬ ਵੀ ਮੂੰਹ ਦੇਖ ਕੇ ਚਪੇੜ ਮਾਰਦਾ ਕਿਉਂਕਿ ਹੋਇਆ ਮੇਰੇ ਮੂੰਹ ਨੂੰ ਉਹ ਯਾਰ ਮੇਰੀਆਂ ਵੀ ਤਾਂ ਪੰਜੀਆਂ ਫਿਰਦੀਆਂ ਹੈ ਠੀਕ ਆ ਰੱਬ ਮੂੰਹ ਵੇਖ ਕੇ ਚਪੇੜ ਮਾਰਦਾ ਹੋਰ ਕਿੱਥੇ ਨੇ ਉਹ ਚਾਰੇ ਕੋਈ ਬਚਣਾ ਨਹੀਂ ਚਾਹੀਦਾ ਜੇ ਕੋਈ ਬਚ ਗਿਆ ਮੇਰੇ ਵਾਸਤੇ ਰੱਖ ਲਿਓ ਉਹਨਾਂ ਤਾਲਾ ਦਾ ਤਾਂ ਪਤਾ ਨਹੀਂ ਪਲ ਆਪਣਾ ਬਦਨ ਦਲੂ ਧਾਦੂ ਪੋਲੀਆ ਉਤਲ ਉਤਲ ਤੇ ਮਜ਼ਾਕ ਨਾ ਕਰੋ ਏ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਮੈਨੂੰ ਗੁੱਸਾ ਚੜਦਾ ਤਾਂ ਮੈਨੂੰ ਤਮਾ ਹੋ ਜਾਂਦਾ ਹੈ ਚਲੋ ਸੁਨੂ ਮਨੂ ਜੀ ਜਨਾਬ ਤੁਹਾਨੂੰ ਕੋਈ ਚੁਟਕਲਾ ਆਉਂਦਾ ਹੈ ਨਹੀਂ ਜਨਾਬ ਅੱਛਾ ਆਉਂਦਾ ਨਹੀਂ ਹੋ ਫਿਰ ਸਾਲੇ ਆਈ ਹੱਸੋ ਹਾਂ ਹੱਸੋ ਸਾਲੇ ਹੁਕਮ ਦਾ ਹੁਕਮ ਹੈ ਹੱਸ ਹੱਸ ਕੀ ਪੌੜੀਆਂ ਚੜ੍ਹਿਆ ਜਾਣਾ ਹੁਣ ਤਾਂ ਜੇ ਮੁੰਡੇ ਕੁੜੀਆਂ ਹੱਥੋਂ ਗਏ ਤਾਂ ਸਮਝੋ 25 ਕਰੋੜ ਗਏ ਤੇ ਮਾਲਾ ਮੋਤਾ ਪਹਿਲੇ ਦਿਲੋਂ ਦੂਰ ਦਿਆ ਤੇ ਦਨੋ ਦੇ ਹਾਏ ਮੇਰੀ ਜਾਨ ਨਾ ਪਰਾ ਹੋ ਜਾ ਸਾਲਾ ਬੰਦਾ ਨਾ ਜਨਾ ਨਾ ਬਲੈਤੀ ਕਰ ਖਾਨਾ ਚਲੋ ਕੀ ਲੱਗਦਾ ਆਪਾਂ ਫੜ ਲਾਂਗੇ ਮਿੱਕੇ ਨੂੰ ਜਨਾਬ ਆਪਣੇ ਸਾਹ ਤਾਂ ਫੜੇ ਨਹੀਂ ਜਾ ਰਹੇ ਆਪਣੇ ਤੋਂ ਮਿੱਕਾ ਕੀ ਫੜ ਲੈਣਾ ਆਪਾਂ ਹੁਣ ਫਿਰ ਜਨਾਬ ਐਦਾਂ ਕਰਦੇ ਆ 10 ਮਿੰਟ ਪੌੜੀਆਂ 'ਚ ਬੈਠ ਜਾਂਦੇ ਆ ਚਪੇੜਾ ਨਾ ਖਾ ਲਿਓ ਸਾਲਿਓ ਤੁਹਾਡੇ ਸਾਹਿਬ ਦੀ ਮਸ਼ੂਕ ਨੂੰ ਭਜਾ ਕੇ ਲੈ ਗਿਆ ਮਿੱਕਾ ਐ ਬਹਿ ਕੇ ਕੰਮ ਨਹੀਂ ਚੱਲਣਾ ਮਿੱਕਿਆ ਹੁਣ ਨਹੀਂ ਛੱਡ ਦਿਓ ਤੈਨੂੰ ਹੋ ਹੈਂਡ ਅਪ ਹੈਂਡ ਅਪ ਹਿੱਲਣ ਦੀ ਕੋਸ਼ਿਸ਼ ਨਾ ਕਰੀ ਸਾਲਾ ਹਿੱਲ ਤਾਂ ਹੋ ਸਕਦੀ ਨਹੀਂ ਕਿੱਥੇ ਬਿਜਲੀ ਕਿੱਥੇ ਹੈ ਮੇਰੀ ਬਿਜਲੀ ਬਿਜਲੀ ਕਿੱਥੇ ਮੈਨੂੰ ਦੱਸ ਦਿਓ ਏ ਬਿਜਲੀ ਬਿਜਲੀ ਤਾਂ ਗਈ ਹੋਈ ਆ ਜੀ ਅੱਜ ਕੱਲ ਘੱਟ ਹੀ ਆਉਂਦੀ ਹੈ ਜੀ ਤੇ ਮੈਂ ਆਈ ਹੋਈ ਆ ਹਾਂ ਓਏ ਇਹਦਾ ਨੰਬਰ ਨੋਟ ਕਰ ਕੌਣ ਹੈ ਓਏ
ਇਹ ਵੀ ਆਪਣੀ ਪ੍ਰਾਪਰਟੀ ਹੈ ਜੀ। ਸਾਲੀ ਮੈਨੂੰ ਇਹ ਪ੍ਰਾਪਰਟੀ ਰੌਲੇ ਵਾਲੀ ਲੱਗਦੀ ਹੈ। ਹਾਂਜੀ ਜਨਾਬ। ਬਿਜਲੀ ਕਿੱਥੇ ਹੈ? ਕਿੱਥੇ ਹੈ ਮੇਰੀ ਬਿਜਲੀ? ਬਿਜਲੀ ਕਿੱਥੇ? ਮੈਨੂੰ ਬਿਜਲੀ ਦੱਸ ਦੇ ਕਿੱਥੇ ਬਸ। ਬਿਜਲੀ ਤਾਂ ਮੇਰੇ ਤੇ ਗਿਰ ਗਈ ਜਨਾਬ, ਮੈਂ ਸੱਚ ਦੱਸ ਰਿਹਾ ਤੁਹਾਨੂੰ, ਮੈਨੂੰ ਬਰਬਾਦ ਕਰ ਗਏ। ਸਾਲਾ ਮੈਨੂੰ ਇਹ ਪਲਾਟ ਵੀ ਰੌਲੇ ਵਾਲੀ ਲੱਗਦਾ ਹੈ। ਓਏ, ਜੇ ਇਹੋ ਜਿਹੀਆਂ ਲੁੱਚੀਆਂ ਲੁੱਚੀਆਂ ਗੱਲਾਂ ਕਰੇਗਾ ਨਾ, ਪੇੜੇ ਬਹੁਤ ਪੈਣੇ ਨੇ ਸਾਲੇ ਦੇ। ਬਿਜਲੀ ਦੱਸ ਦੇ ਕਿੱਥੇ ਹੈ? ਕਿੱਥੇ ਹੈ ਮੇਰੀ ਬਿਜਲੀ? ਮੇਰੀ ਬਿਜਲੀ ਕਿੱਥੇ ਹੈ? ਉਹ ਮੇਰੀ ਬਿਜਲੀ ਕਿੱਥੇ ਹੈ? ਮੇਰੀ ਬਿਜਲੀ ਕਿੱਥੇ? ਦੱਸ ਦੇ ਫਟਾਫਟ। ਮੈਂ ਸੱਚ ਦੱਸਦਾ ਜਨਾਬ, ਬਿਜਲੀ ਦੇ ਖਰਚੇ ਇੰਨੇ ਵੱਧ ਗਏ ਸੀ, ਮੈਂ ਆਪਣਾ ਪਿਆਰਾ ਜਿਹਾ ਸੋਹਣਾ ਜਿਹਾ ਕੀਬੋਰਡ ਵੇਚ ਕੇ ਉਹਦਾ ਬਿੱਲ ਉਤਾਰਿਆ ਜਨਾਬ। ਮੈਂ ਉਹਦਾ ਖਰਚਾ ਚੱਕ ਹੀ ਨਹੀਂ ਸਕਦਾ, ਬਿਜਲੀ ਦਾ ਖਰਚਾ ਚੱਕ ਹੀ ਨਹੀਂ ਸਕਦਾ ਜਨਾਬ। ਤੈਨੂੰ ਕਿਹਾ ਸੀ ਨਾ, ਹਾਂਜੀ, ਆਮ ਬੰਦਾ ਉਹਦਾ ਖਰਚਾ ਚੱਕ ਵੀ ਨਹੀਂ ਸਕਦਾ ਸੀ। ਸਹੀ ਗੱਲ ਹੈ ਜਨਾਬ। ਓਏ, ਭੱਜਣ ਦੀ ਕੋਸ਼ਿਸ਼ ਨਾ ਕਰ, ਮੇਕੇ ਇੱਕ ਗੱਲ ਯਾਦ ਰੱਖ, ਮੈਂ ਤਾਂ ਬਸ ਇਹੀ ਕਹਿਣਾ ਵੀ ਬਚੋ, ਜਿੰਨਾ ਬਚ ਸਕਦੇ ਹੋ ਬਚੋ, ਮੇਰੇ ਤੋਂ ਬਚੋ। ਸਾਲਿਓ ਪੁੱਛੋ ਕਿਉਂ? ਕਿਉਂ ਜਨਾਬ? ਕਿਉਂਕਿ ਹੁਕਮਾਂ ਬੜਾ ਕੰਬਾ, ਬੜਾ ਜ਼ਿਆਦਾ ਕੰਬਾ, ਬਹੁਤ ਕੰਬਾ, ਬੜਾ ਜ਼ਿਆਦਾ ਕੰਬਾ, ਬਹੁਤ ਜ਼ਿਆਦਾ ਕੰਬਾ ਸਵਾਲ ਚੱਕੀ ਫਿਰਦਾ। ਮੈਂ ਉਹ ਸਾਲਿਓ ਇੱਥੇ ਐਕਸਰਸਾਈਜ਼ ਕਰ ਰਿਹਾ, ਤੁਹਾਡਾ ਫੁੱਪੜਨਾ ਗਿਆ, ਆਜੋ ਹੁਣ ਨਹੀਂ ਛੱਡਦੇ, ਚਲੋ ਉਹ ਚਲੋ ਫਟਾਫਟ ਨਿਕਲੇ ਇੱਥੋਂ। ਸਹੀ ਗੱਲ ਹੈ। ਉਹ ਪਰ ਯਾਰ ਕੁੜੀਆਂ, ਉਹ ਛੱਡ ਕੁੜੀਆਂ ਦਾ ਖੇੜਾ, ਉਹਨਾਂ ਕਰਕੇ ਸਾਰੇ ਪੰਗੇ ਪਏ ਆ। ਓਏ, ਮੇਰਾ ਕੋਟ ਟੈਰਿਸ ਤੇ। ਓ ਯਾਰ ਚੱਲ, ਕੇ ਆ, ਮੈਨੂੰ ਡਰ ਲੱਗਦਾ, ਤੂੰ ਨਾਲ ਚੱਲਣਾ? ਓ ਯਾਰ ਚੱਲ ਛੇਤੀ ਕਰ। ਹਾਂ ਚੱਲ ਛੇਤੀ ਕਰ, ਇੱਥੇ ਚੱਕ ਲੈ ਯਾਰ, ਆ ਜਾ। ਸੰਧੂ, ਹੋ ਰਹੀਆਂ ਮੇਰੀਆਂ ਕੁੜੀਆਂ। ਓ ਮਾਈ ਗੋਡ, ਪਾਪਾ ਇੱਥੇ, ਪੰਜ ਜਲਦੀ ਪੰਜ। ਪ੍ਰੀਤੀ ਸਵੀਟੀ ਇੱਥੇ, ਉਹ ਨਾਲ ਉਹ ਰਹੇ ਹੈਰੀ ਗੈਰੀ। ਹਾਂ ਓ ਯਾਰ ਪਾਪਾ, ਚੱਲ ਚੱਲ ਛੇਤੀ ਕਰ। ਪਰ ਜਾ ਕਿੱਥੇ ਰਹੇ ਨੇ? ਚੱਲ ਭੱਜ ਕੇ ਪਿੱਛਾ ਕਰੀਏ। ਓ ਭੱਜਿਆ ਜਾਵੇ ਨਾ, ਫਿਟੇ ਮੂੰਹ ਗੋਡਿਆਂ ਨੇ ਕਾਰ 'ਚ ਪਿੱਛਾ ਕਰਦੇ ਆ। ਓਏ ਹੈਲੋ, ਕਿੱਥੇ? ਇੱਥੇ। ਨਿਕਲੋ ਫਟਾਫਟ ਗੱਡੀ 'ਚੋਂ। ਓ ਛੇਤੀ ਕਰੋ, ਪਿੱਛੇ ਡੈਡ ਆ ਰਹੇ, ਕਿਤੇ ਐ ਨਾ ਹੋਵੇ ਗੱਡੀ 'ਚ ਫੇਰੇ ਕਰਾ ਦੇਣ। ਡੈਡ ਤੇ ਸਾਡੇ ਵੀ ਆਨੇ ਨੇ ਤੇ ਫਟਾਫਟ ਚਲੋ, ਜੈਨੀਮੂਨ ਤੇ ਚੱਲਣਾ ਤਾਂ ਵੀ ਵੇਖ ਲਓ। ਓਏ ਸ਼ਟ ਅਪ। ਬਾਜੀ ਬਾਜੀ ਉਹ ਆ ਰਹੇ ਨੇ। ਓਏ ਖੜੇ ਖੜੇ ਮੇਰਾ ਮੂੰਹ ਕੀ ਦੇਖ ਰਹੇ ਹੋ? ਪਿੱਛੇ ਕਰੋ ਉਹਨਾਂ ਦਾ। ਜਨਾਬ, ਉਹ ਦੇਖੋ ਮੀਕਾ ਜਾ ਰਿਹਾ ਹੈ। ਸਾਰਾ ਦੇਖ ਰਹੇ ਨੇ ਉਹਨੂੰ, ਤਾਂ ਫੜਨਾ ਵੀ ਹੈ। ਛੇਤੀ ਕਰੋ, ਗੱਡੀ ਚੱਕੋ। ਕੋਈ ਆ ਕਾਹਦਾ ਪਟਾਕਾ ਜਿਹਾ ਪੈ ਗਿਆ। ਹਾਏ ਸਾਲੀਏ, ਤੂੰ ਹੁਣੀ ਖਰਾਬ ਹੋਣਾ ਸੀ। ਐ ਕਿੱਦਾਂ ਚੱਲੂ? ਹਾਂ ਸਾਲਿਆ, ਮੈਨੂੰ ਨਹੀਂ ਪਤਾ ਕਿਵੇਂ ਚੱਲੂ। ਤੇ ਪਤਾ ਹੀ ਨਹੀਂ ਤਾਂ ਤਤਾਰਾ ਦੇ ਦਿਲੇ ਤੇ ਹੋਣੀ ਸੀ। ਸਾਲਿਆ, ਮੈਂ ਤੁਹਾਡੇ ਮੂੰਹ ਹੀ ਨਹੀਂ ਲੱਗਣਾ ਚਾਹੁੰਦਾ। ਮੇਰੇ ਵੀ ਨਹੀਂ। ਇਹ ਤਾਂ ਅੱਜ ਮੇਰੇ ਹੱਥੋਂ ਮਰੂ। ਉਹ ਰਹਿਣ ਦੇ ਬਿਜਲੀ, ਇੰਨਾ ਕਰੰਟ ਠੀਕ ਨਹੀਂ ਹੁੰਦਾ। ਬਸ ਮੀਕੇ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ, ਬੰਦਾ ਮਾਰਨਾ ਤੇ ਕਰਜ਼ਾ ਉਤਾਰਨਾ। ਚਲੋ ਆ ਗਿਆ ਸ਼ਿਕਾਰ। ਇੰਨੇ ਕਾਂ ਕਿਉਂ ਇਕੱਠੇ ਹੋਏ? ਹੈਂਡਸ ਅਪ, ਹੈਂਡਸ ਅਪ। ਮੈਂ ਆ ਮੀਕਾ ਬਦਮਾਸ਼, ਤੇ ਮੈਂ ਸੰਧੂ ਸ਼ਮਸ਼ੇਰ। ਕੁਛ ਯਾਦ ਆਇਆ? ਥੋੜਾ ਥੋੜਾ। ਪੂਰਾ ਯਾਦ ਮੈਂ ਕਰਾਉਂਦਾ। ਮੈਂ ਕੌਣ ਹੈ? ਗਿੱਲ ਸੁਰਜੀਤ। ਸਾਲਿਆ, ਸਾਡੇ ਕੋਲੋਂ ਗੀਤ ਲਿਖਾ ਕੇ ਲੈ ਗਿਆ ਤੇ ਰਿਕਾਰਡ ਤੇਰੇ ਪਿਓ ਨੇ ਕਰਾਉਣੇ ਸੀ। ਦਰਅਸਲ ਗੱਲ ਇਹ ਆ ਜੀ ਕਿ ਪਾਇਰੇਸੀ ਦਾ ਜ਼ਮਾਨਾ, ਉੱਤੋਂ ਡਾਊਨਲੋਡ ਗੈਂਟੀ ਵੱਧ ਗਈ ਇੰਟਰਨੈਟ ਤੇ, ਕੈਸਟਾਂ ਬਣਦੀਆਂ ਨਹੀਂ, ਸੀਡੀਆਂ ਵਿਕਦੀਆਂ ਨਹੀਂ। ਮੈਂ ਤਾਂ ਐਸੇ ਡਰੋਂ ਤਾਂ ਬਦਮਾਸ਼ ਬਣਿਆ। ਓਏ ਅਸਲ ਗੱਲ ਦੱਸ, ਅਸਲ ਸਾਡੇ ਗੀਤ ਰਿਕਾਰਡ ਕਿਉਂ ਨਹੀਂ ਕਰਵਾਏ? ਜੇ ਮੈਂ ਅਸਲ ਗੱਲ ਦੱਸਦੀ ਤੁਸੀਂ ਫੇਟਾ ਲੈਣਾ। ਓਏ ਦੱਸਦਾ ਸਹੀ। ਦਰਅਸਲ ਗੱਲ ਇਹ ਆ ਜੀ ਕਿ ਪੁਰਾਣੇ ਗੀਤਕਾਰ ਚਾਹੇ ਲੱਖ ਵਧੀਆ ਹੋਣ ਪਰ ਅੱਜ ਕੱਲ ਚੱਲਦੇ ਨਹੀਂ। ਅੱਜ ਕੱਲ ਤਾਂ ਹਨੀ ਸਿੰਘ ਦਾ ਜ਼ਮਾਨਾ ਜੀ। ਯੋ ਯੋ, ਇਹਨੂੰ ਯੋ ਯੋ ਕਿਉਂ ਕਹਿੰਦੇ? ਯੋ ਜੋ ਜੋ ਵੀ ਇਹਨਾਂ ਦੇ ਧੱਕੇ ਚੜਾ ਜੀ, ਬਸ ਰਗੜ ਕੇ ਰੱਖ ਦਿੰਦੇ ਆ ਜੀ। 40 ਲੱਖ ਤੋਂ ਘੱਟ ਮੰਗਦੇ ਹੀ ਨਹੀਂ। ਆ ਪਿਸਤੌਲ ਦੇ ਦੋ, ਕਿਸੇ ਵੇਲੇ ਕੰਮ ਆ ਜਾਂਦਾ ਜੀ। ਯਾਰ ਸਾਡੇ ਗੀਤ ਤੂੰ ਰਿਕਾਰਡ ਤਾਂ ਨਹੀਂ ਕਰਾਏ, ਪਰ ਮੇਰੇ ਇੱਕ ਵਾਰੀ ਗਾ ਕੇ ਤਾਂ ਸੁਣਾ ਦੇ। ਮੋਢੇ ਤੋਂ ਤਿਲਕ ਦਾ ਜਾਵੇ, ਸਤਾਰਾਂ ਵਾਲ ਖਾਵੇ, ਦੁਪੱਟਾ ਤੇਰਾ ਸੱਤ ਰੰਗ ਦਾ, ਦੁਪੱਟਾ ਤੇਰਾ ਸੱਤ ਰੰਗ ਦਾ, ਦੁਪੱਟਾ ਤੇਰਾ ਸੱਤ ਰੰਗ ਦਾ, ਦੁਪੱਟਾ। ਸਾਲਿਆ ਸਾਨੂੰ ਇਹਨਾਂ ਨਾਲ ਗਾਉਣ ਲਾ ਲਿਆ। ਕੋਰਸ ਤੋਂ ਬਿਨਾਂ ਗੀਤ ਜੱਜਦਾ ਨਹੀਂ ਨਾ ਜੀ।
ਵੈਸੇ ਹੈ ਤਾਂ ਸੱਚਾਈ ਆ। ਯੋ ਯੋ ਓ ਨੋ ਯਾਰ ਵਾਟ ਦ ਹੈਲ ਹੁਣ ਕੀ ਕਰੀਏ? ਕਰ ਲੈ ਕੇ ਲੈਫਟ ਨੂੰ ਕੱਚੇ ਵੱਲ ਲਾ ਲਓ, ਪਿੱਛੇ ਮਿੱਕਾ ਆਉਂਦਾ, ਜਲਦੀ ਕਰੋ ਜਲਦੀ। ਉਹ ਦੇਖ ਕੇ ਵੀ ਥੋੜਾ ਧਿਆਨ ਨਾਲ। ਉਹ ਬਾਈ ਜੀ ਅੱਗੇ ਤਾਂ ਨਾਕਾ ਹੈ। ਜੇ ਨਾਕਾ ਲੱਗਾ ਮੋੜ ਲੈ ਖੱਬੇ। ਚੱਲ ਆਜ ਉਹ ਗਿੱਲਾ, ਅੱਗੇ ਤਾਂ ਰਸਤਾ ਬੰਦ ਆ। ਇੱਧਰ ਹੀ ਗਏ ਹੋਣੇ ਸੰਧੂਆ, ਗੱਡੀ ਲੈ ਲੈ ਖੱਚੇ ਆਰਾਮ ਨਾਲ। ਆਰਾਮ ਨੂੰ ਵੱਡਾ ਆਪਰੇਸ਼ਨ ਕਰਾਇਆ ਜਨਾਬ? ਮੈਨੂੰ ਤਾਂ ਲੱਗਦਾ ਕਿ ਰਸਤਾ ਬੰਦ ਹੈ। ਮੈਂ ਤੇਰੇ ਕੋਲ ਸਾਲਿਆ 10ਵੀਂ ਸਾਇੰਸ ਲਈ ਸੀ ਜਿਹੜਾ ਤੈਨੂੰ ਦੀਦਾ, ਮੈਨੂੰ ਨਹੀਂ ਪਤਾ ਲੱਗਦਾ ਤੇਰੀ ਗਏ ਹੋਣਗੇ। ਰੁਕ ਰੁਕ ਰੁਕ, ਓ ਮਾਈ ਗੋਡ, ਅੱਗੇ ਰਸਤਾ ਬਿਲਕੁਲ ਹੀ ਬੰਦ ਹੈ। ਅੱਜ ਤਾਂ ਪਹਿਲੇ ਹੀ ਕਿਹਾ ਸੀ ਸਾਡੇ ਨਾਲ ਵਿਆਹ ਕਰਾਉਣ, ਸਾਰੇ ਰਸਤੇ ਖੁੱਲ ਜਾਣਗੇ। ਸ਼ਟ ਅਪ, ਮੀਕਾ ਸਾਡੇ ਪਿੱਛੇ ਕਿਸੇ ਵਕਤ ਵੀ ਪਹੁੰਚ ਸਕਦਾ। ਓ ਮੀਕਾ ਪਿੱਛੇ ਜੰਗਲ ਅੱਗੇ, ਹੁਣ ਕੀ ਕਰੀਏ? ਓਹੋ ਫਟਾਫਟ ਨਿਕਲੋ ਇੱਥੋਂ। ਚਲੋ ਬੱਜੋ ਚਲੋ। ਆਜੋ ਬਾਜੀ, ਆਜੋ ਆਜੋ ਬਾਜੀ। ਦੇਖ ਕੇ ਜਾਨੂੰ ਮੇਰੀ ਜਾਨ ਹੀ ਨਿਕਲ ਜਾਂਦੀ ਹੈ। ਲੱਗਦਾ ਜੰਗਲ ਚ ਚਲੇ ਗਏ ਹੋ। ਆਪਾਂ ਨੂੰ ਇੰਤਜ਼ਾਰ ਹੀ ਕਰਨਾ ਪੈਣਾ। ਓਏ ਉਹ ਜੰਗਲ ਚ ਗਏ ਨੇ, ਜੰਗਲ ਪਾਣੀ ਨਹੀਂ ਗਏ। ਇਹ ਜੰਗਲ ਪਾਣੀ ਕੀ ਹੁੰਦਾ? ਆਹੀ ਜਿਵੇਂ ਨਿੰਬੂ ਪਾਣੀ। ਚਲੋ ਜੰਗਲ ਚੱਲੀਏ। ਸੰਧੂ ਸਾਹਿਬ ਤੁਹਾਨੂੰ ਸਮੈਲ ਆ ਰਹੀ ਹੈ ਬੱਚਿਆਂ ਦੀ? ਬੱਚਿਆਂ ਦੀ ਕਿਉਂ ਆਏਗੀ? ਮੇਰੀ ਬੱਚਿਆਂ ਤਾਂ ਮੇਰੇ ਤੇ ਗਈਆਂ, ਉਹ ਤਾਂ ਰੋਜ਼ ਨਹਾਉਂਦੀਆਂ। ਤੁਹਾਡਿਆਂ ਤਾਂ ਮੈਨੂੰ ਪਤਾ ਨਹੀਂ। ਕਿਉਂ ਮੇਰੇ ਮੁੰਡੇ ਮਰਾਸੀ ਆ ਜਿਹੜੇ ਠੰਡ ਤੋਂ ਚੱਲਦੇ ਆ? ਓ ਜਾਂ ਪਾਣੀ ਉਹਨਾਂ ਨੂੰ ਦੰਦੀ ਵੱਢਦਾ? ਨਹੀਂ ਫਿਰ ਇਹ ਸਮੈਲ ਕਿੱਥੋਂ ਆ ਰਹੀ ਹੈ? ਇਹ ਸਾਰਾ ਕੀ ਆ? ਜੰਗਲ ਹੈ। ਤੇ ਉਹ ਕੀ ਆ ਸਾਹਮਣੇ? ਉਹ ਪਾਣੀ ਹੈ। ਤੇ ਫਿਰ ਜੰਗਲ ਪਾਣੀ ਚੋਂ ਸਮੈਲ ਹੀ ਆਉਂਦੀ ਹੁੰਦੀ ਆ, ਹੋਰ ਸੰਦਲ ਦੀ ਖੁਸ਼ਬੂ ਆਉਂਦੀ ਹੁੰਦੀ ਆ। ਇਹ ਗੱਡੀਆਂ ਕਿਉਂ ਖੜੀਆਂ ਇੱਥੇ? ਮੇਰਾ ਖਿਆਲ ਲੋਕ ਪਾਰਕ ਕਰਕੇ ਗਏ ਨੇ, ਕਿਉਂਕਿ ਸ਼ਹਿਰ 'ਚ ਅੱਜ ਕੱਲ੍ਹ ਪਾਰਕਿੰਗ ਦੀ ਪ੍ਰੋਬਲਮ ਆ ਨਾ। ਸੰਧੂ ਸਾਹਿਬ ਤੁਹਾਨੂੰ ਮਜ਼ਾਕਾ ਸੋਚਦੀ ਹੈ, ਸਾਡੇ ਬੱਚੇ ਪ੍ਰੋਬਲਮ 'ਚ। ਚਲੋ ਲੱਭੀਏ ਉਹਨਾਂ ਨੂੰ। ਯੈਸ ਗੱਡੀਆਂ ਤਾਂ ਖੜੀਆਂ ਨੇ। ਹਾਂਜੀ। ਸਾਲੀ ਬਰਾਤ ਪਤਾ ਨਹੀਂ ਕਿੱਥੇ ਗਈ। ਜਨਾਬ ਲੱਗਦਾ ਮੀਕਾ ਫਿਰ ਚੱਕ ਮਾਰ ਕੇ ਭੱਜ ਗਿਆ। ਉਹ ਮੀਕਾ ਹੀ ਤਾਂ ਕੋਈ ਗੱਲ ਨਹੀਂ, ਜੇ ਕਿਤੇ ਬਿਜਲੀ ਦੀ ਸ਼ਾਰਟੇਜ ਹੋ ਗਈ ਨਾ ਫਿਰ ਸਾਲਾ ਬਹੁਤ ਪੰਗਾ ਪੈਣਾ। ਚਲੋ ਗੱਡੀਆਂ ਦੀ ਜਾਮਾ ਤਲਾਸ਼ੀ ਲਓ। ਜਾਮਾ ਤਲਾਸ਼ੀ ਜਨਾਬ? ਤਲਾਸ਼ੀ ਲਓ। ਹਾਂਜੀ ਜਨਾਬ। ਸਮਝਦਾ ਹੁੰਦਾ ਉੱਤੇ ਤਾਂ ਨਹੀਂ ਕੋਈ? ਉਹ ਅੰਦਰ ਵੀ ਹੈ ਨਹੀਂ, ਉੱਥੇ ਮਰ ਗਿਆ। ਓਏ ਆ ਗਰੀਬ ਜੀ ਗੱਡੀ ਦੀ ਡਿੱਗੀ ਖੋਲ ਕੇ ਦੇਖੋ, ਹਲੇ ਛਾਤੀ ਹੈ ਨੀ ਜਨਾਬ। ਜਨਾਬ ਆਪਾਂ ਇੱਥੇ ਕੀ ਕਰਦੇ ਆ? ਆਪਾਂ ਘਰ ਚੱਲਦੇ ਆ, ਅੱਗੇ ਤਾਂ ਜੰਗਲ ਹੈ। ਸਾਲਿਆਂ ਨੇ ਜੰਗਲ ਚ ਤਾਂ ਮੰਗਣ ਲਾਇਆ ਹੋਇਆ। ਆਓ ਮੇਰੇ ਪਿੱਛੇ। ਓਏ ਜੰਗਲ ਹੀ ਜੰਗਲ ਚਾਰੇ ਪਾਸੇ, ਕੁਛ ਨਜ਼ਰ ਹੀ ਨਹੀਂ। ਓ ਸ਼ਟ ਅਪ, ਸਾਡੀ ਮਜਬੂਰੀ ਹੈ ਤੁਹਾਡੇ ਨਾਲ ਰਹਿਣਾ, ਅਦਰਵਾਈਜ਼ ਅਸੀਂ ਤੁਹਾਡੀਆਂ ਸ਼ਕਲਾਂ ਦੇਖਣੀਆਂ ਪਸੰਦ ਨਹੀਂ ਕਰਦੀਆਂ। ਓ ਕਮਾਲ, ਸਾਨੂੰ ਦੇਖ ਕੇ ਕੁੜੀਆਂ ਗਸ਼ਾ ਗੜ ਵੀ ਜਾਂਦੀਆਂ, ਕਿਉਂ ਹੈਰੀ? ਹਾਂ ਤੇ ਤੁਹਾਨੂੰ ਸਾਡੀਆਂ ਸ਼ਕਲਾਂ ਹੀ ਨਹੀਂ ਪਸੰਦ? ਸੂਰਤ ਦੇ ਨਾਲ ਸੀਰਤ ਵੀ ਹੋਣੀ ਚਾਹੀਦੀ ਹੈ, ਤੁਹਾਡੇ ਤੇ ਦਿਲ ਵੀ ਕਾਲੇ ਨੇ। ਜੇ ਸਾਡੇ ਦਿਲ ਕਾਲੇ ਹੁੰਦੇ ਨਾ ਤੇ ਅਸੀਂ ਕਦੀ ਵੀ ਕੁਝ ਵੀ ਕਰ ਜਾਂਦੇ, ਇਹ ਤਾਂ ਸਾਡੀ ਸ਼ਰਾਫਤ ਹੈ। ਸ਼ਰਾਫਤ? ਕੀਰਤ ਤਾਂ ਜ਼ਬਰਦਸਤੀ ਵਿਆਹ ਕਰਾਤਾ, ਇਹ ਸ਼ਰਾਫਤ ਹੈ? ਕਿਸੇ ਕੁੜੀ ਦੇ ਅਰਮਾਨਾਂ ਨਾਲ ਖੇਡਣਾ ਇਹ ਸ਼ਰਾਫਤ ਹੈ? ਉਹ ਜਿਹੜੇ ਮੁੰਡੇ ਨੂੰ ਪਿਆਰ ਕਰਦੀ ਸੀ ਉਹਦੇ ਨਾਲ ਉਹਦਾ ਵਿਆਹ ਕਰਾਤਾ, ਇਹ ਸਾਡੀ ਸ਼ਰਾਫਤ ਹੈ? ਪਰ ਕੀਰਤ ਤਾਂ ਕਹਿੰਦੀ ਸੀ ਕਿ ਉਹ ਕਿਰਤ ਕੀ ਕਹਿੰਦੀ ਸੀ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ, ਸਾਨੂੰ ਬਸ ਇੰਨਾ ਪਤਾ ਕਿ ਅਸੀਂ ਦੋ ਪਿਆਰ ਕਰਨ ਵਾਲੇ ਨੂੰ ਆਪਸ 'ਚ ਮਿਲਾਇਆ ਤੇ ਜੋ ਵੀ ਕੀਤਾ ਬਿਲਕੁਲ ਠੀਕ ਕੀਤਾ। ਅਸੀਂ ਤਾਂ ਪੱਪੀ ਦੇ ਕਹਿਣ 'ਤੇ ਤਾਂ ਬਦਲ ਲੈਣ ਆਏ ਸੀ। ਉਹ ਤਾਂ ਤੁਹਾਨੂੰ ਦੇਖਦਿਆਂ ਸਾਰੀ ਸਾਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਤੇ ਨਾਲੇ ਵਿਆਹ ਦਾ ਵਿਚਾਰ ਹੋ ਗਿਆ ਸੱਚੀ। ਉਹ ਬਾਕੀ ਜਦੋਂ ਸਲਾਹ ਬਣੀ ਸਾਨੂੰ ਦੱਸ ਦਿਓ। ਹਾਂ ਅਸੀਂ ਲਿਮੋਜੀਨ ਨੂੰ ਫੁੱਲ ਲਵਾ ਕੇ ਆ ਜਾਵਾਂਗੇ। ਚੱਲ ਗੈਰੀ, ਚੱਲ ਹੈਰੀ। ਪਰ ਪਿਆਰ ਇਸ ਤਰ੍ਹਾਂ ਥੋੜੀ ਹੁੰਦਾ। ਹੋਰ ਕਿਸ ਤਰ੍ਹਾਂ ਹੁੰਦਾ?
ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਨਾ ਮੁੱਖ ਸਾਥੋਂ ਮੋੜ ਵੇ ਦੱਸ ਕੀ ਲੈਣਾ ਮੁੱਲ ਤੂੰ ਕਿਹੜੀ ਕੋਲ ਬਹਿਣ ਦਾ ਮੁੱਲ ਮੈਂ ਚੁਕਾਵਾਂ ਅੱਖੀਆਂ ਦੇ ਸਾਵੇਂ ਰਹਿਣ ਦਾ ਮੁੱਲ ਮੈਂ ਚੁਕਾਵਾਂ ਅੱਖੀਆਂ ਦੇ ਸਾਵੇਂ ਰਹਿਣ ਦਾ ਸਾਨੂੰ ਹੈ ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਨਾ ਮੁੱਖ ਸਾਥੋਂ ਮੋੜ ਵੇ ਜਦ ਕੋਲ ਤੇਰੇ ਹੋਵਾਂ ਸਾਰਾ ਜੱਗ ਭੁੱਲ ਜਾਂਦਾ ਏ ਕੱਲਾ ਕੱਲਾ ਸਾਵੀ ਤੇਰੇ ਉੱਤੇ ਡੁੱਲ ਜਾਂਦਾ ਏ ਕੱਲਾ ਕੱਲਾ ਸਾਵੀ ਤੇਰੇ ਉੱਤੇ ਡੁੱਲ ਜਾਂਦਾ ਏ ਸਾਨੂੰ ਹੈ ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਸਾਨੂੰ ਹੈ ਤੇਰੀ ਲੋੜ ਲੋੜ ਵੇ ਨਾ ਮੁੱਖ ਸਾਥੋਂ ਮੋੜ ਵੇ ਇੱਕ ਮਿੰਟ ਰੁਕੋ ਕੋਈ ਹੈ ਚਲੋ ਜੰਗਲ ਮੁੱਕਣ ਦਾ ਨਾ ਹੀ ਨੀ ਲੈ ਰਿਹਾ ਨਾ ਹੀ ਜਵਾਕਾਂ ਦਾ ਕੋਈ ਥਾਂ ਪਤਾ ਲੱਗ ਰਿਹਾ ਹੈ ਉੱਤੋਂ ਰਾਤ ਉਤਰ ਗਈ ਹੈ ਸੰਧੂ ਸਾਹਿਬ ਮੈਨੂੰ ਤਾਂ ਡਰ ਬੜਾ ਲੱਗ ਰਿਹਾ ਜੀ ਤੇ ਮੈਨੂੰ ਨਾਲ ਜ਼ਰੂਰ ਡਰਾਉਣਾ ਕੋਈ ਹੋਰ ਗੱਲ ਨਹੀਂ ਕਰ ਸਕਦੇ ਠੀਕ ਹੈ ਮੈਂ ਹੋਰ ਗੱਲ ਕਰਦਾ ਵੀਰ ਜੀ ਤੁਸੀਂ ਕਦੇ ਚੜੇਲ ਦੇਖੀ ਹੁਣ ਤੇ ਮੁੱਧ ਤਾਈਂ ਬੀਤ ਗਈਆਂ ਕੀ ਮਤਲਬ ਤਕਰੀਬਨ 20 ਸਾਲ ਤਾਂ ਹੋ ਗਏ ਹੋਣੇ ਆ ਚੜੇਲ ਦੇਖੀ ਨੂੰ ਨਹੀਂ ਘਰ ਵਾਲੀ ਮਰੀ ਨੂੰ ਹੁਣ ਕੀ ਹੋ ਗਿਆ ਪਰਜਾਈ ਦੀ ਗੱਲ ਕੀਤੀ ਤੇ ਪਰਜਾਈ ਹਾਜ਼ਰ ਹੈ ਉਹ ਭਰਜਾਈ ਨਹੀਂ ਹੈ ਉਹ ਤਾਂ ਕੋਈ ਹੋਰ ਲੇਡੀ ਹੈ ਉਹਨੂੰ ਬੱਚਿਆਂ ਬਾਰੇ ਜ਼ਰੂਰ ਪਤਾ ਹੋਣਾ ਉਹਨੂੰ ਜਾ ਕੇ ਪੁੱਛਦੇ ਹਾਂ ਚਲੋ ਹਾਂ ਭਰਜਾਈ ਜੀ ਭਾਬੀ ਜੀ ਨਹੀਂ ਭੈਣ ਜੀ ਆ ਤੁਸੀਂ ਇਹ ਸਾਡੀ ਗੰਦੀ ਔਲਾਦ ਵੇਖੀ ਆ ਚਲੋ ਵੀ ਚਲੋ ਤੇ ਹਾਲੇ ਤਾਂ ਫਿੱਟੀ ਬਹੁਤ ਹੈ ਇੱਕ ਮਿੰਟ ਨਿੱਕਾ ਆਈਡੀਆ ਸਾਲੇ ਉਹ ਇਹ ਜਿਹੀ ਐਕਟਿੰਗ ਕਰੇ ਜਿਵੇਂ ਸੱਚੀ ਤੁਹਾਡਾ ਪਿਓ ਮਰ ਗਿਆ ਹੁੰਦਾ ਓਕੇ ਬਾਏ ਡਾਰਲਿੰਗ ਚਲੋ ਵੀ ਚਲੋ ਲਾਮ ਨਾਮ ਸੱਤ ਹੈ ਲਾਮ ਨਾਮ ਸੱਤ ਹੈ ਲਾਮ ਨਾਮ ਸੱਤ ਹੈ ਲਾਮ ਨਾਮ ਵਾਹਿਗੁਰੂ ਵਾਹਿਗੁਰੂ ਚਲੋ ਓ ਚੱਕ ਲੋ ਸਾਲਿਓ ਚੱਕ ਲੋ ਹੁਣ ਓ ਚੱਕ ਲੋ ਚੱਕਦੇ ਕਿਉਂ ਨਹੀਂ ਕਰ ਜੋ ਤੁਹਾਡੇ ਸਾਲੇ ਪੰਜਾਬ ਦਾ ਹੀ ਮਾਰਦੇ
ਬਹੁਤ ਭਜਾਉਂਦਾ ਉਹ ਥਾਣੇਦਾਰ ਸਾਲਾ ਸਿਫਾਰਸ਼ੀ ਜਾ। ਅੱਛਾ ਮੇਰਾ ਜੀ ਕਰਦਾ ਕੱਲੇ ਕੱਲੇ ਪੁਲਿਸ ਵਾਲੇ ਨੂੰ ਰਗੜ ਕੇ ਰੱਖਦਾ। ਅੱਛਾ ਬਾਈ ਤੁਹਾਡਾ ਘਰ ਹੈ? ਹਾਂ ਆਪਣਾ ਘਰ ਹੈ। ਬਾਈ ਪੁਲਿਸ ਨੂੰ ਨਾ ਦੱਸਿਓ। ਜਮੀ ਨੀ ਦੱਸਦਾ ਬਾਈ? ਦੋ ਚਾਰ ਘੰਟੇ ਕੱਟਣੇ ਆ ਮੈਂ ਤੁਹਾਡੇ ਘਰੇ। ਲੈ ਦੋ ਚਾਰ ਘੰਟੇ ਕਿਉਂ, ਹੁਣ ਤਾਂ ਤੈਨੂੰ ਜਾਣ ਹੀ ਨੀ ਦੇਣਾ। ਪਾਣੀ ਹੈਗਾ? ਪਾਣੀ ਕਿਉਂ, ਦੁੱਧ ਪਿਆਵਾਂਗੇ। ਪੈਕਟ ਵਾਲਾ ਲੈਣ ਜਾਂ ਮੱਝਾਂ ਰੱਖੀਆਂ ਹੋਈਆਂ ਬਾਈ ਘਰੇ? ਜਿਹੜਾ ਕਹੇਗਾ ਉਹ ਪਿਆ ਦਾਂਗੇ। ਤੁਸੀਂ ਹੁਕਮ ਨੂੰ ਹੀ ਸਮਝ ਲਿਆ ਸੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਹੁਕਮਾ ਭਲਾ ਦੀ ਕੀ ਚੱਕੀ ਫਿਰਦਾ? ਦੇਖਦੇ ਕੀ ਹੋ, ਚਲੋ ਫੜੋ। ਫੜੀਏ ਕਿਹਨੂੰ? ਹੋਰ ਕੀ ਸਾਲਿਓ, ਮੈਨੂੰ ਫੜਨਾ? ਇਹਨੂੰ ਫੜੋ, ਉਹ ਤਾਂ ਭੱਜ ਗਿਆ। ਹੈ ਸਾਲਿਓ, ਦੇਖਦੇ ਕੀ ਹੋ, ਸਿੱਟ ਲਓ ਗੁਰਗਰੇ ਇਹਨੂੰ, ਜਾਵੇ ਨਾ ਸਾਲਾ। ਉਹ ਆ ਜਾਓ ਯਾਰ, ਇੱਕ ਤਾਂ ਮਿੱਕੀ ਨੇ ਪੀਟੀ ਊਸ਼ਾ ਬਣਾ ਰੱਖਿਆ ਪੰਜਾਬ ਜਾ ਕੇ ਯਾਰ। ਤੈਨੂੰ ਆਪ ਹੀ ਤਾਂ ਕਿਹਾ ਯਾਰ, ਮੈਂ ਤਾਂ ਬਹੁਤ ਕੁਛ ਕਹੂੰ। ਵੱਡਾ ਆਇਆ ਸਾਡੀ ਮਾਂ ਨੂੰ ਪੁੱਤ ਨੀ ਲੱਭਣੇ, ਤੈਨੂੰ ਯਾਰ ਬਥੇਰੇ। ਆ ਜਾ ਹੁਣ ਦੇਖਦੇ ਤੈਨੂੰ ਮਾਂ ਕਿਵੇਂ ਲੱਭਦੀ ਆ। ਫੜੋ ਇਹਨਾਂ ਨੂੰ, ਬਿਠਾਓ ਮੈਟਾਡੋਰ ਚ, ਹੁਣ ਦੇਖਦੇ ਕਿੱਥੋਂ ਲੱਭੂ ਲੱਗੇ ਯਾਰ। ਮੇਰੇ ਨਾਲ ਹੀ ਰਹੋ। ਤੁਹਾਡੀ ਲੁਕਣ ਮੀਚੀ, ਹੁਣ ਤਾਂ ਮੀਕਾ ਆਪਣੀ ਗੇਮ ਖੇਡੂਗਾ। ਗੇਮ? ਕਿਹੜੀ ਗੇਮ? ਤੈਨੂੰ ਕਿਹੜੀ ਆਉਂਦੀ ਓਏ? ਹਾਏ ਕਬੱਡੀ ਤਾਂ ਮੈਂ ਵੀ ਖੇਡਣੀ ਆ। ਹਟ ਕਬੱਡੀ ਹਟ। ਓਏ ਰਹਿਣ ਦੇ ਓਏ ਸਾਲਿਆ, ਤੈਨੂੰ ਕੋਈ ਢੀਤ ਵੀ ਲੈ ਜੂ ਚੱਕ ਕੇ। ਨਾਲੇ ਵੈਸੇ ਵੀ ਕਬੱਡੀ ਮਰਦਾਂ ਦੀ ਗੇਮ ਹੁੰਦੀ ਹੈ। ਜਾ ਜਾ ਕੇ ਤੂੰ ਕਿਕਲੀ ਕੁਕਲੀ ਪਾ, ਸਾਲਾ ਬੰਦਾ ਨਾ ਜਨਾਨਾ ਬਲੇਦੀ ਕਰ ਖਾਨਾ। ਬਿਜਲੀ ਗੇਮ ਖੇਡ ਰਹੀ ਹੈ, ਚੱਲ ਖੇਡ ਲੈ ਖੇਡ ਲੈ। ਕੰਮ ਦੀ ਗੱਲ ਤਾਂ ਬਾਅਦ ਚ ਵੀ ਕਰ ਲਾਂਗੇ। ਹੋ ਗਈ ਖਤਮ? ਚਲੋ ਸ਼ੁਕਰ ਹੈ। ਚਲੋ ਪਾਵਾ ਇਹਨਾਂ ਨੂੰ ਮੁੱਦੇ। ਬੱਚੇ ਘਰੋਂ ਭੱਜ ਜਾਣ, ਉਹ ਰੋਣਗੇ ਨਹੀਂ ਤਾਂ ਹੋਰ ਭੰਗੜੇ ਪਾਉਣਗੇ। ਉਹ ਗਿੱਲ ਸਾਹਿਬ, ਤੁਹਾਡੇ ਬੱਚੇ ਘਰੋਂ ਭੱਜੇ ਨੀ, ਤੁਹਾਨੂੰ ਮੂਰਖ ਬਣਾ ਰਹੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ, ਸੰਧੂ ਸਾਹਿਬ ਤੁਹਾਡੇ ਮੁੰਡੇ ਇਹਨਾਂ ਦੀਆਂ ਕੁੜੀਆਂ ਨੂੰ ਲੈ ਕੇ ਨਿਕਲ ਗਏ ਨੇ। ਓਏ ਮਾਈਂਡ ਯੂਅਰ ਲੈਂਗੁਏਜ। ਸੰਧੂ ਸਾਹਿਬ ਰਹਿਣ ਦਿਓ, ਇਹਨਾਂ ਬੇਕਦਰੀਆਂ ਨੂੰ ਕੀ ਪਤਾ ਕਿ ਪਿਆਰ ਇਸ਼ਕ ਮੁਹੱਬਤ ਕੀ ਚੀਜ਼ ਹੁੰਦੀ ਹੈ। ਕਿਉਂ ਸਾਨੂੰ ਕਿਉਂ ਨਹੀਂ ਪਤਾ? ਸਾਡੇ ਕੋਲ ਛਪੈਣਾ ਨਹੀਂ? ਜੇ ਤੁਹਾਨੂੰ ਪਤਾ ਹੁੰਦਾ ਸਾਡੇ ਬੱਚੇ ਹੁਣ ਨੂੰ ਕਦੋਂ ਦੇ ਲੱਭੇ ਹੁੰਦੇ ਤੁਸੀਂ? ਉਹ ਮੇਰਾ ਮਤਲਬ ਹੈ, ਮੈਨੂੰ ਕੀ ਪਤਾ ਤੁਹਾਡੇ ਬੱਚੇ ਐਡੇ ਵੱਡੇ ਜੰਗਲ 'ਚ ਕਿੱਥੇ ਮੰਗਲ ਮਨਾ ਰਹੇ ਹੋਣਗੇ। ਕੀ ਮਤਲਬ? ਮੇਰਾ ਮਤਲਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ, ਥੋੜ੍ਹਾ ਸਬਰ ਤਾਂ ਰੱਖੋ। ਅਸੀਂ ਹੋਰ ਸਬਰ ਨਹੀਂ ਰੱਖ ਸਕਦੇ। ਨਾ ਰੱਖੋ ਫਿਰ, ਚਲੋ ਰੱਖ ਲੈਂਦੇ। ਕਚਹਿਰੀਆਂ 'ਚ ਨੰਬਰਦਾਰ ਨਾਲ ਤੇ ਪੁਲਿਸ ਸਟੇਸ਼ਨ 'ਚ ਥਾਣੇਦਾਰ ਨਾਲ, ਰੱਬ ਕਿਸੇ ਦਾ ਵਾਹ ਨਾ ਪਾਵੇ। ਸੰਧੂ ਸਾਹਿਬ ਸਭ ਠੀਕ ਤਾਂ ਹੈ? ਜਗਿੰਦਰ ਆ ਗਿਆ ਤੂੰ? ਆਉਣੀ ਸੀ ਜੀ, ਤੁਹਾਡਾ SMS ਜੋ ਆਇਆ ਸੀ। ਬਸ SMS ਕੀਤੇ ਤੇ ਹੀ ਆਈ, ਆਪਣਾ ਦਿਮਾਗ ਵਰਤ ਕੇ ਨਾ ਕਦੇ ਆਈ। ਦਿਮਾਗ ਤਾਂ ਸੰਧੂ ਸਾਹਿਬ ਹੁਣ ਸਾਰੇ ਫੇਲ ਹੋ ਜਾਣਗੇ, ਹੁਣ ਤਾਂ ਦਿਮਾਗਾਂ ਦੇ ਪਟਾਕੇ ਪੈਣਗੇ ਪਟਾਕੇ। ਪੁੱਛੋ ਕਿਉਂ? ਕਿਉਂ? ਕਿਉਂਕਿ ਹੁਕਮਾਂ ਬਾਲਾ ਕੱਬਾ, ਬਾਲਾ ਹੀ ਕੱਬਾ, ਬਾਲਾ ਹੀ ਜ਼ਿਆਦੇ ਕੱਬਾ ਸਵਾਰ ਚੱਕੀ ਫਿਰਦਾ। ਚਲੋ ਆ ਜਾਓ।
ਬਾਈ ਜੀ ਤਵੇਤ ਤੋਂ ਤਾਂ ਮੋਦੀ ਹੀਲਿਆਂ ਦਾ ਤਾਂ ਤੁਸੀਂ ਪਤਾ ਹੀ ਨਹੀਂ ਲੱਗਦਾ। ਓਏ ਇਸ ਤੋਂ ਪਹਿਲਾਂ ਕਿ ਮੇਰਾ ਦਿਮਾਗ ਖਰਾਬ ਹੋਵੇ ਸਿੱਧੀ ਤਰ੍ਹਾਂ ਦੱਸ ਦੋ ਹੀਰੇ ਕਿੱਥੇ ਆ। ਓ ਸਾਨੂੰ ਸੱਚ ਨਹੀਂ ਪਤਾ ਹੀਰੇ ਕਿੱਥੇ ਹੈਗੇ 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 ਓ ਹੈਗੇ ਜੇ ਹੈਗੇ ਆ ਤਾਂ ਦੇਖੇ ਪਰਾਂ ਕਰੋ। ਸਹੀ ਕਹਿ ਰਹੀ ਆ ਦੀਦੀ ਮਿਲ ਗਏ ਹੀਰੇ ਮੇਰੇ ਹੀਰੋ ਨੂੰ। ਹਾਂ ਦੇਖ ਮੇਰੀ ਹੀਰੇ ਕਿੱਥੇ ਲੈ ਆਏ ਸਾਨੂੰ ਵੇਖਣ ਨੂੰ ਤਾਂ ਖੰਡ ਮਿਲ ਲੱਗਦੀ ਆ ਹਨੇਰਾ ਬੜਾ ਇੱਥੇ ਤਾਂ। ਓ ਡੈਡੀ ਹੈਰੀ ਗੈਰੀ ਤੁਸੀਂ ਪ੍ਰੀਤੀ ਬਾਈ ਜੀ ਇਹ ਸਾਰੇ ਆਪਣੇ ਅੱਡੇ ਦੇ ਬਾਹਰ ਘੁੰਮ ਰਹੇ ਸੀ। ਓ ਅਸੀਂ ਬਾਹਰ ਨਹੀਂ ਘੁੰਮ ਰਹੇ ਸੀ ਅਸੀਂ ਤਾਂ ਗੁੰਮੇ ਹੋਏ ਸੀ ਅਸੀਂ ਤਾਂ ਇੱਥੇ ਬੱਸਾਂ ਦਾ ਅੱਡਾ ਸਮਝ ਕੇ ਆਏ ਸੀ। ਇਹ ਤਾਂ ਸ਼ੁਕਰ ਹੋਵੇ ਕਾਲੀ ਝੱਗੀ ਵਾਲੇ ਦਾ ਅੱਜ ਜੀ ਨੇ ਸਾਨੂੰ ਦੱਸਿਆ ਕਿ ਬੱਸਾਂ ਦਾ ਅੱਡਾ ਨਹੀਂ ਇਹ ਤਾਂ ਸਾਡੇ ਮੀਕੇ ਬਾਈ ਦਾ ਅੱਡਾ। ਮੈਂ ਕਿਹਾ ਚੱਲ ਇਸੇ ਬਹਾਨੇ ਅੱਜ ਤੇਰੇ ਮੀਕੇ ਬਾਈ ਦੇ ਦਰਸ਼ਨ ਕਰ ਲੈਂਦੇ ਹਾਂ। ਪਿਛਲਾ ਗੀਤਾਂ ਦਾ ਹਿਸਾਬ ਰਹਿੰਦਾ ਉਹਨੇ ਅੱਜ ਤੱਕ ਸਾਨੂੰ ਇੱਕ ਵਾਰੀ ਵੀ ਰੋਇਲਟੀ ਨਹੀਂ ਭੇਜੀ। ਓਏ ਕੋਈ ਗੱਲ ਨਹੀਂ ਬਸ ਤੁਹਾਨੂੰ ਇੱਥੇ ਚੜਾ ਦਾਂਗੇ ਅਸੀਂ। ਆਪਣਾ ਮੀਕਾ ਜੀ ਜੈਤੋਂ ਨੂੰ ਬਸ ਕਿੰਨੇ ਨੰਬਰ ਕਾਊਂਟਰ ਤੋਂ ਜਾਂਦੀ ਹੈ? ਇੱਕ ਨੰਬਰ ਤੋਂ। ਵੀਰ ਜੀ ਮੈਂ ਲੰਬੀ ਜਾਣਾ ਸੀਗਾ। ਪਾਓ ਇਹਨਾਂ ਨੂੰ ਲੰਬੇ ਜਨਾਬ ਟੋਪੀ ਤਾਂ ਪਾ ਲਓ। ਸਾਲਿਆ ਉਹ ਆਪਾਂ ਨੂੰ ਥੱਲੇ ਲੰਬੇ ਪਾਉਣ ਨੂੰ ਫਿਰਦੇ ਨੇ ਤੇਰੀ ਟੋਪੀ ਦੀ ਪਈ ਹੈ। ਹੀਰੇ ਤੇ ਤੁਹਾਨੂੰ ਮਿਲ ਗਏ ਹੁਣ ਸਾਡਾ ਇੱਥੇ ਕੀ ਕੰਮ? ਕੰਮ ਹਾਂ ਚਲੋ ਇੱਕ ਮਿੰਟ ਇੱਕ ਮਿੰਟ ਐਡੀ ਵੀ ਕਾਹਦੀ ਕਾਹਲੀ ਹੈ ਪਹਿਲਾਂ ਵਿਆਹ ਦਾ ਅਟੈਂਡ ਕਰਕੇ ਜਾਓ। ਵਿਆਹ 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 ਕਿਹਦਾ ਵਿਆਹ? ਮੇਰਾ ਤੇ ਮੇਰੀ ਡਾਰਲਿੰਗ ਬਿਜਲੀ ਦਾ। ਨਹੀਂ ਜੇ ਤੁਸੀਂ ਇਦਾਂ ਕੀਤਾ ਨਾ ਮੈਂ ਕੁਝ ਖਾ ਕੇ ਮਰ ਜਾਣਾ। ਸਾਲਿਆ ਤੂੰ ਮੇਰਾ ਵਿਆਹ ਤੋਂ ਪਹਿਲਾਂ ਤਲਾਕ ਕਰਾਏਗਾ। ਵੀਰ ਜੀ ਖਾਣ ਦੇ ਸਟਾਲ ਕਿੱਥੇ ਹੈ? ਉਹ ਪਹਿਲਾਂ ਭੰਗੜਾ ਤਾਂ ਪਾ ਲਓ ਭੁੱਖੇ ਬਰਾਤੀਓ। ਤੁਹਾਨੂੰ ਖਾਣ ਦੀ ਪਈ ਆ? ਹਾਂ ਚੱਲ ਗਾਣਾ ਗਾ ਓਏ। ਪੈਂਦੇ ਦੀਤੀ ਵੀ ਤੁਲੂ ਤਾਂ ਉਹਨੂੰ ਮਾਲਦਾ। ਓਏ ਡਾਂਸ ਕਰ। ਪੈਂਦੇ ਦੀਤੀ ਵੀ ਉਹਨੂੰ ਮਾਲਦਾ ਪਹਿਲਾਂ ਤੇ ਥਾਣੇ ਦਾ ਲੋਲਦਾ। ਤੂੰ ਨਹੀਂ ਬੋਲਦੀ ਤੇਨੇ ਥਾਣੇਦਾਰ ਦੇ ਸਾਹਮਣੇ ਥਾਣੇਦਾਰ ਦੀ ਬੇਇੱਜ਼ਤੀ ਕਰੀ ਜਾਣਾ। ਤੂੰ ਨਹੀਂ ਬੋਲਦੀ ਤੇ ਤੈਨੇ ਤੂੰ ਨਹੀਂ ਬੋਲਦੀ ਤੇਲੇ ਤੇ ਤੇਲਾ ਯਾਰ ਬੋਲਦਾ। ਤੂੰ ਨਹੀਂ ਬੋਲਦੀ ਤੇ ਤੈਨੇ ਤੂੰ ਨਹੀਂ ਬੋਲਦੀ ਤੇਲੇ ਤੇ ਤੇਲਾ ਯਾਰ ਬੋਲਦਾ। 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 ਤੇਲੇ ਤੇ ਤੇਲਾ ਤੇਲੇ ਤੇ ਤੇਲਾ ਤੇਲੇ ਤੇ ਤੇਲੇ ਤੇ ਤੇਲਾ ਤੇਲੇ ਤੇ ਓਏ ਦੀ ਸੀਟੀ ਫਸ ਗਈ। ਓ ਤੇਰੀ ਨਹੀਂ ਬਣੀ ਤੂੰ ਨੱਚਦਾ ਨਹੀਂ। ਮੈਂ ਡਾਂਸ ਬਥੇਰਾ ਵਧੀਆ ਕਰ ਰਿਹਾ ਤੂੰ ਗਾ ਨਹੀਂ ਵਧੀਆ ਰਿਹਾ। ਸੰਧੂ ਸਾਹਿਬ ਬਿੰਦਰਖੀ ਵਰਗੀ ਆਵਾਜ਼ ਤਾਂ ਮੁੜ ਕੇ ਇਸ ਦੁਨੀਆ ਤੇ ਬਣਨੋਂ ਰਹੀ ਹੁਣ ਤਾਂ ਇਹੋ ਜਿਹੇ ਵਰਗਿਆਂ ਨਾਲ ਹੀ ਕੰਮ ਚਲਾਉਣਾ ਪੈਣਾ। ਸਾਲੇ ਨੇ ਨਾਸ ਮਾਰ ਕੇ ਰੱਖਤਾ ਮੇਰੇ ਗੀਤ ਦਾ ਨਾ ਮੈਂ ਇਹੋ ਜਿਹੇ ਦੇ ਗੀਤ ਤੇ ਨੱਚਾਂ ਤੇ ਨਾ ਇਹੋ ਜਿਹੇ ਨੂੰ ਆਪਣਾ ਗੀਤ ਦਵਾਂ। ਗਮਗੀਨ ਮਾਹੌਲ ਤੇ ਦੋ ਲਾਈਨਾਂ ਹੀ ਸੁਣਾ ਦੋ ਪਲੀਜ਼। ਪਰ ਆਪਣੀਆਂ ਨਾ ਸੁਣਾਇਓ ਬਸ਼ੱਕ ਫੋਕ ਹੀ ਸੁਣਾ ਦੋ। ਇਹੋ ਜਿਹੇ ਘਟੀਆ ਮੌਕੇ ਤੇ ਮੈਂ ਕੁਛ ਲਿਖਿਆ ਵੀ ਨਹੀਂ ਅੱਜ ਤੱਕ ਅਲਬੱਤਾ ਫੋਕ ਟ੍ਰਾਈ ਕਰ ਰਿਹਾ। ਅਰਜ਼ ਕਰੋ। ਡੋਲੀ ਚੜਦਿਆਂ ਮਾਰੀਆਂ ਹੀਰ ਚੀਕਾਂ। ਸੰਧੂ ਸਾਹਿਬ ਮੈਨੂੰ ਗੱਲ ਨਹੀਂ ਸਮਝ ਆਈ ਹੀਰ ਨੇ ਡੋਲੀ ਚੜ੍ਹਦੇ ਚੀਕਾਂ ਕਿਉਂ ਮਾਰੀਆਂ? ਮੇਰਾ ਖਿਆਲ ਚੜ੍ਹਨ ਲੱਗੀ ਤਾਂ ਦਰਵਾਜ਼ੇ 'ਚ ਹੱਥ ਆ ਗਿਆ ਸੀ। ਓਹੋ ਸਟੂਪਿਡ ਕੁਐਸਚਨ। ਉਹ ਦੂਜੇ ਪਾਸੇ ਗੋਲੀਆਂ ਚੱਲ ਰਹੀਆਂ ਆਪਣੇ ਵਾਲੇ ਪਾਸੇ ਕਿਉਂ ਨਹੀਂ ਚੱਲ ਰਹੀਆਂ? ਕੌਣ ਡੈਡੀ ਜੀ ਬੋਲ ਰਹੇ ਹੋ? ਡੈਡੀ ਜੀ ਮੈਨੂੰ ਡੈਡੀ ਜੀ ਕਹਿ ਰਿਹਾ ਲੈ ਤੈਨੂੰ ਸਮਝ ਨਹੀਂ ਪਈ ਮੈਨੂੰ ਕਹਿੰਦਾ ਡੈਡੀ ਜੀ। ਮੈਂ ਡੈਡੀ ਜੀ ਦੇ ਨਾਲ ਤਾਂ ਬੋਲਦਾ ਪਰ ਡੈਡੀ ਦੇ ਨਾਲ ਤਾਂ ਹਮੇਸ਼ਾ ਮੰਮੀ ਹੁੰਦੇ ਨੇ ਤੁਹਾਡੀ ਆਵਾਜ਼ ਤਾਂ ਬੰਦਿਆਂ ਵਰਗੀ ਲੱਗ ਰਹੀ ਹੈ। ਚਲੋ ਐਨੀਵੇਜ਼ ਬੋਲੋ ਮੈਂ ਕਿਹਾ ਗੋਲੀਆਂ ਚਲਾਓ। ਗੋਲੀ ਚਲਾਈਏ ਲੋ ਚੱਕੋ ਪਿਛਕੇ ਠਾ ਠਾ ਪਿਛੂ ਠਾ। ਇਹ ਜੀ ਗੋਲੀਆਂ ਤਾਂ ਅਸੀਂ ਵੀ ਚਲਾ ਸਕਦੇ ਹਾਂ ਠਾ ਠਾ। ਉਹ ਤੁਹਾਨੂੰ ਪਤਾ ਪਿਸਤੌਲ ਤਾਂ ਆਉਣ ਸਾਰੀ ਖੋਲੀ ਸੀ ਉਹਨਾਂ ਨੇ ਹੁਣ ਤਾਂ ਇਹੀ ਚੱਲਣ ਗਿਆ ਪਿਛਕੇ ਠਾ ਠਾ। ਸੰਦੂ ਸਾਹਿਬ ਪਰ ਜਾਈਆ ਕਿਹੜਾ
ਐ ਨਹੀਂ ਕਰਦਾ ਤਾਂ ਬੰਦਾ ਮਰ ਵੀ ਜਾਂਦਾ ਹੁੰਦਾ। ਕੋਈ ਭੂਤ ਪਾਤ ਨਹੀਂ ਹੁੰਦਾ, ਬਸ ਬੰਦੇ ਦਾ ਭੁਲੇਖਾ ਹੀ ਹੁੰਦਾ ਜੀ। ਸਾਰੇ ਡਰ ਗਏ ਸੀ। ਸ਼ਾਬਾਸ਼ ਬਿਜਲੀ, ਸ਼ਾਬਾਸ਼। ਆਈ ਪ੍ਰਾਊਡ ਆਫ ਯੂ ਮਾਈ ਡਾਰਲਿੰਗ, ਆਈ ਪ੍ਰਾਊਡ ਆਫ ਯੂ। ਸ਼ਾਬਾਸ਼ ਗੁਰਪ੍ਰੀਤ, ਸ਼ਾਬਾਸ਼। ਥੈਂਕ ਯੂ। ਗੁਰਪ੍ਰੀਤ? ਹਾਂ, ਇਹ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਹੈ ਗੁਰਪ੍ਰੀਤ। ਸਾਲਿਓ ਦੇਖਦੇ ਕਿਉਂ, ਹਥਿਆਰ ਫੜੋ ਇਹਨਾਂ ਤੋਂ। ਤੇ ਤੈਨੂੰ ਫਸਾਉਣ ਲਈ ਪੰਜਾਬ ਪੁਲਿਸ ਨੇ ਸਾਰਾ ਪਲਾਨ ਬਣਾਇਆ ਸੀ। ਪਲਾਨ? ਕਿਹੜਾ ਪਲਾਨ? ਹਾਂ ਪਲਾਨ, ਪਲਾਨ ਤੈਨੂੰ ਮੈਂ ਦੱਸਦਾ। ਹੁਕਮ ਸਿੰਘ ਮਿੱਕਾ ਜਾਣ ਚੁੱਕਿਆ ਕਿ ਪੰਜਾਬ ਉਹਦੇ ਲਈ ਬਿਲਕੁਲ ਸੇਫ ਨਹੀਂ ਹੈ, ਇਸ ਲਈ ਉਸਨੇ ਹੀਰਿਆਂ ਦੇ ਡੀਲ ਲਈ ਪਤਾਇਆ ਹਿਲਜ਼ ਨੂੰ ਚੁਣਿਆ। ਪਰ ਸਰ, ਜਦੋਂ ਬੰਦਾ ਆਪਣੀ ਰੇਂਜ 'ਚ ਨਹੀਂ, ਆਪਾਂ ਕਾਹਦੇ ਲਈ ਟੱਕਰਾਂ ਮਾਰੀਏ? ਰੇਂਜ ਦੇ ਵਿੱਚ ਤਾਂ ਤੁਹਾਡੇ ਮੈਂ ਵੀ ਨਹੀਂ, ਮੇਰੇ ਪਿੱਛੇ ਕਿਉਂ ਟੱਕਰਾਂ ਮਾਰ ਰਹੇ ਹੋ? ਇੱਕ ਗੱਲ ਸੁਣ ਲਓ ਹੁਕਮ ਸਿੰਘ, ਆਪਣਾ ਵਿਆਹ ਉਹਨਾਂ ਟਾਈਮ ਨਹੀਂ ਹੋਣਾ ਜਿੰਨਾ ਟਾਈਮ ਮਿੱਕਾ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਨਹੀਂ ਹੁੰਦਾ। ਸ਼ਾਬਾਸ਼ ਗੁਰਪ੍ਰੀਤ, ਸ਼ਾਬਾਸ਼। ਚਲੋ ਇੱਧਰ ਆਓ। ਓ ਹੈਪੀ ਬਰਥਡੇ ਸਰ। ਇਹ ਹੈਪੀ ਬਰਥਡੇ ਨਹੀਂ, ਸੌਂਹ ਖਵਾਉਣ ਲਈ ਜਲਾਈ ਹੈ। ਅੱਛਾ, ਕਾਹਦੀ ਸੌਂਹ? ਇਹੀ ਕਿ ਆਪਾਂ ਮਿੱਕੇ ਨੂੰ ਫੜ ਕੇ ਸਾਹ ਲਵਾਂਗੇ। ਓ ਅੱਛਾ ਅੱਛਾ, ਤੁਸੀਂ ਖਾਓ ਸਰ, ਮੈਂ ਤੁਹਾਡੇ ਨਾਲ ਹਾਂ ਹਮੇਸ਼ਾ। ਅੱਛਾ ਠੀਕ ਹੈ, ਫਿਰ ਮੈਂ ਵੀ ਵਿਆਹ ਉਦੋਂ ਕਰਾਉਂਗੀ ਜਦੋਂ ਮਿੱਕਾ ਫੜਿਆ ਗਿਆ, ਤੇ ਉਸ ਇਨਸਾਨ ਨਾਲ ਕਰਾਉਂਗੀ ਜੋ ਮਿੱਕਾ ਫੜਨ ਦੇ ਵਿੱਚ ਮੇਰੀ ਮਦਦ ਕਰੂਗਾ। ਐਡੀ ਗੱਲ ਹੀ ਗੁਰਪ੍ਰੀਤ, ਜੱਟ ਹਮੇਸ਼ਾ ਤੇ। ਓਏ ਆਮ ਸੋਰੀ ਸਰ, ਮੇਰਾ ਮਤਲਬ ਇੰਸਪੈਕਟਰ ਹੁਕਮ ਸਿੰਘ ਹਮੇਸ਼ਾ ਤੇਰੇ ਨਾਲ ਖੜਾ ਗੁਰਪ੍ਰੀਤ। ਆ ਲੈ ਖਾਦੀ ਸੌਂ। ਬਈ ਕਮਾਲ ਹੈ, ਐਡਾ ਵੱਡਾ ਸਸਪੈਂਸ, ਪਹਿਲੀ ਵਾਰੀ ਵੇਖਿਆ ਕਿ ਪੰਜਾਬ ਪੁਲਿਸ ਨੇ ਸਕਾਟਲੈਂਡ ਦੀ ਪੁਲਿਸ ਨੂੰ ਵੀ ਮਾਤ ਪਾਤੀ। ਇੰਨਾ ਵੱਡਾ ਧੋਖਾ ਬਿਜਲੀਏ, ਤੂੰ ਤਾਂ ਸੱਚਮੁੱਚ ਮੈਨੂੰ ਐਡਾ ਝਟਕਾ ਮਾਰਿਆ ਕਿ ਮੇਰੇ ਸਾਰੇ ਬਲਬ ਫਿਊਜ਼ ਕਰਤੇ। ਮੈਂ ਐਵੇਂ ਓਵਰ ਕੌਨਫੀਡੈਂਸ ਨਾਲ ਹੀ ਆਪਣੇ ਹੱਥ ਵਿੱਚ ਨੰਗੀਆਂ ਤਾਰਾਂ ਫੜੀ ਫਿਰਦਾ ਰਿਹਾ। ਬਿਜਲੀ, ਤੂੰ ਸੱਚਮੁੱਚ ਗੁਰਪ੍ਰੀਤ ਹੈ? ਆਹੋ ਗੁਰਪ੍ਰੀਤ ਹੈ। ਤੇ ਐ ਵੀ ਕੋਈ ਚੁੜੇਲ ਨਹੀਂ ਹੈ ਮੀਕਾ ਜੀ। ਹਾਂ, ਐ ਹੈ ਮੇਰੀ ਫਰੈਂਡ ਲਵਨੀਤ। ਕਿਉਂ ਉੜ ਗਿਆ ਤੋਤੇ? ਵੈਸੇ ਪਲੈਨਿੰਗ ਤਾਂ ਮੇਰੀ ਵੀ ਪੰਜਾਬ ਪੁਲਿਸ ਤੋਂ ਘੱਟ ਨਹੀਂ ਸੀ। ਹੌਲਦਾਰ ਸਾਹਿਬ, ਸੁੱਟੋ ਹੱਥ ਤੇ ਹੱਥ। ਮੈਂ ਚਪੇੜੇ ਛੱਡੂ ਸਾਲੇ ਦੇ, ਆ ਤਾਰੇ ਦਿੰਦੇ ਕਿੰਨੇ ਆ ਇੰਸਪੈਕਟਰ। ਮੈਂ ਨਾਲੇ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਮੇਰੇ ਤੋਂ ਬਚੋ, ਬਸ ਅੱਜ ਜਿੰਨਾ ਬਚ ਸਕਦੇ ਹੋ ਬਚੋ। ਸਾਲਿਓ ਪੁੱਛੋ ਕਿਉਂ? ਕਿਉਂ ਜਨਾਬ? ਕਿਉਂ ਜਨਾਬ? ਬੜਾ ਕੱਬਾ, ਬੜੇ ਕੱਬਾ, ਬੜੇ ਕੱਬਾ ਸਵਾਦ ਚੱਕੀ ਫਿਰਦਾ ਮੈਂ। ਬਸ ਦੇਖਦੇ ਕੀ ਹੋ, ਚੱਕ ਕੇ ਸਿੱਟੋ ਠਾਣੇ 'ਚ ਇਹਨਾਂ ਨੂੰ। ਜੀ ਜਨਾਬ। ਚੱਲ ਮਿੱਕਿਆ, ਹੁਣ ਬਣਾਉਂਦੇ ਹਾਂ ਤੇਰਾ ਮੋਰ। ਵੈਰੀ ਗੁੱਡ। ਓਏ ਹੈਲੋ, ਡੰਡਾ ਕਿੱਥੇ ਹੈ? ਉਹ ਡੰਡਾ, ਉਹ ਡੰਡਾ, 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 ਡੰਡਾ ਜਿਹੜਾ ਮੈਂ ਦਿੱਤਾ ਸੀ ਇਹਨਾਂ ਨੂੰ ਕੁੱਟਣ ਵਾਸਤੇ, ਕਿੱਥੇ ਹੈ? ਹੈ? ਨਾਲੇ ਇਹ ਦੱਸੋ ਕਿ ਮੇਰਾ ਬਦਲਾ ਲਿਆ ਕਿ ਨਹੀਂ ਇਹਨਾਂ ਤੋਂ? ਬਦਲਾ ਲਿਆ ਸੀ, ਤੂੰ ਪੁੱਛਦਾ ਸੀ? ਲਿਆ ਸੀ ਨਾ। ਝੂਠ ਕਿਉਂ ਬੋਲਦੇ ਹੋ ਸਾਲਿਓ? ਨਾ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸ ਸਕਦੇ ਸੀ ਕਿ ਤੁਸੀਂ ਇਹਨਾਂ ਕੁੜੀਆਂ ਨੂੰ ਪਿਆਰ ਕਰਦੇ ਹੋ? ਸਾਲਿਓ ਮੈਂ ਤੁਹਾਡਾ ਦੁਸ਼ਮਣ ਥੋੜ੍ਹੀ ਦੋਸਤ ਹਾਂ, ਮੇਰੀ ਫੀਲਿੰਗ ਨਹੀਂ ਸਮਝਦਾ ਯਾਰੋ, ਗੱਦਾਰੋ। ਹੁਣ ਮੂੰਹ ਹਲਕੀ ਚੱਕੀ ਜਾਂਦਾ, ਜੱਫੀ ਤੇ ਪਾ। ਓ ਬੱਬੀ, ਬੱਬੀ, ਤੁਸੀਂ ਰਹਿਣ ਦਿਓ। ਆਈ ਐਮ ਸੌਰੀ ਮਿਸਟਰ ਗਿੱਲ, ਮੈਂ ਹੁਣ ਆਪਣੇ ਮੁੰਡੇ ਦਾ ਰਿਸ਼ਤਾ ਤੇਰੀਆਂ ਕੁੜੀਆਂ ਨਾਲ ਨਹੀਂ ਕਰ ਸਕਦਾ। ਆ ਕੀ ਨਵਾਂ ਸੱਪਾ ਭਾਈ ਇਹਨਾਂ ਡੈਡ? ਸੰਧੂਆ, ਮੇਰੀਆਂ ਕੁੜੀਆਂ ਵੀ ਕੋਈ ਛੁੱਟੀਆਂ ਨਹੀਂ ਹੋਈਆਂ ਜਿਹੜੀਆਂ ਤੇਰੇ ਲੋਫਰ ਮੁੰਡਿਆਂ ਨਾਲ ਤੋਰਦਾ। ਡੈਡੀ ਨੂੰ ਕੀ ਹੋ ਗਿਆ? ਜਿੱਦਣ ਦੀਆਂ ਤੇਰੀਆਂ ਕੁੜੀਆਂ ਦਾ ਰਿਸ਼ਤਾ ਆਇਆ, ਮੇਰੇ ਮੁੰਡੇ ਉਦੋਂ ਦੇ ਘਰੋਂ ਭੱਜੇ ਆ। ਤੇਰੇ ਮੁੰਡਿਆਂ ਦੇ ਚੱਕਰ ਵਿੱਚ ਮੇਰੀਆਂ ਕੁੜੀਆਂ ਭੱਜੀਆਂ, ਮੈਨੂੰ ਬਦਨਾਮੀ ਮਿਲੀ ਹੈ। ਗਿੱਲ ਸਾਹਿਬ, ਸੰਧੂ ਸਾਹਿਬ, ਮੁੰਡੇ ਕੁੜੀਆਂ ਦਾ ਚੱਕਰ ਹੁੰਦਾ ਤਾਂ ਹੀ ਘਰੋਂ ਭੱਜਦੇ ਨੇ, ਤੁਸੀਂ ਬਿਨਾਂ ਚੱਕਰ ਤੋਂ ਸਾਨੂੰ ਚੱਕਰਾਂ 'ਚ ਪਾਇਆ ਹੋਇਆ। ਹੁਕਮ ਜੀ, ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਬਕਵਾਸ ਕਰਦੇ ਨੇ, ਜੇ ਪਿਆਰ ਕਰਦੇ ਹੁੰਦੇ ਹੁਣ ਨੂੰ ਇੱਕ ਦੂਜੇ ਨੂੰ ਗੱਲ ਵੱਖਰੀ ਨਾ ਪਾਈ ਹੁੰਦੀ। ਬੋੜਾ ਵੀ ਚੱਕਵਾਂ ਹੀ ਹੈ। ਆਲੋ ਆਲੋ, ਮੈਂ ਤਾਂ ਬੜਾ ਕੱਬਾ ਸਵਾ ਚੱਕੀ ਫਿਰਦਾ। ਤੂੰ ਤਾਂ ਸੀਰੀਅਸ ਹੀ ਲੈ ਗਿਆ। ਓ ਅੱਛਾ ਜੀ। ਹਾਂ, ਹਲੇ ਆਪਣਾ ਵਿਆਹ ਹੋਣਾ ਬਾਕੀ ਹੈ, ਬਾਅਦ ਚ ਫਿਰ ਤੇਰਾ ਸਵਾ ਕੱਬਾ ਹੋ ਜੂਗਾ। ਚਲੋ ਆਪਾਂ ਨੂੰ ਕੀ ਹੈ ਜੀ। ਸੰਧੂ ਸਾਹਿਬ, ਦੱਸੋ ਹੁਣ ਵੀ ਕਹੋਗੇ ਕਿ ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇਵੇ? ਨਹੀਂ, ਹੁਣ ਮੈਂ ਵਿਚਾਰ ਬਦਲੇ, ਜ਼ਮੀਨ ਉਪਜਾਊ ਤੇ ਏਦਾਂ ਦੀ ਔਲਾਦ ਸਾਊ, ਰੱਬ ਸਭ ਨੂੰ ਦੇਵੇ।
दारू पी के टैट हो गया लेफ्ट जना सी रेट हो गया दारू पी के टैट हो गया लेफ्ट जना सी रेट हो गया सोने मुख ते फ्लैट हो गया गल मैं तैनू कहनी सी ओ बेबी यू आर माय ਰਾਂਝੇ ਵਾਂਗੂ ਸੈਂਟ ਹੋ ਗਿਆ ਗੱਲ ਮੈਂ ਤੈਨੂੰ ਕਹਿਣੀ ਸੀ ਓ ਬੇਬੀ ਯੂ ਆਰ ਮਾਈ ਕਰਦੇ